ਕਹਿੰਦਾ ਅਸੀਂ ਕਹਿੰਦੇ ਭਾਈ ਸਾਹਿਬ ਨੂੰ ਸਾਨੂੰ ਉੱਥੇ ਜਾਣਾ ਚਾਹੀਦਾ, ਇਹਨਾਂ ਨੂੰ ਪੁੱਛੋ ਤੁਸੀਂ ਸਾਲੇ ਲੱਗਦੇ ਆ ਨਾ, ਇਹਨਾਂ ਜਣੇ ਖਣੇ ਦੇ ਸਾਲੇ ਬਣ ਤੁਰ ਪੈਂਦੇ, ਯਾਨੀ ਪਤਾ ਨੀ ਕਿੱਦਾਂ ਦੇ ਲੋਕ ਆ, ਕੀ ਕਹਿੰਦੇ ਅਸੀਂ ਗਰੰਟੀ ਲੈਂਦੇ ਆ ਤੁਹਾਡੇ ਵੱਲ ਨੂੰ, ਉਂਗਲੀ ਨੀ ਕੋਈ ਕਰ ਸਕਦਾ, ਅਸੀਂ ਗਰੰਟੀ ਲੈਂਦੇ ਆ। ਜਾਨੀ ਕੁਛ ਹੋਸ਼ ਕਰੋ ਯਾਰ ਤੁਸੀਂ, ਹੈ ਇਹ ਤਾਂ ਗੋਲਡੀ, ਯਾਨੀ ਗੋਲਡੀ ਹੁਣ ਤਾਂ ਮੁਕਾਬਲਾ ਇਹਨਾਂ ਦਾ ਹੋ ਸਕਦਾ, ਇਹ ਦੋ ਜਣੇ ਲੱਗੇ ਹੁੰਦੇ ਆ ਗੋਲਡੀ, ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਬਹੁਤ ਫਨੀ ਹੁੰਦੀਆਂ, ਯਾਨੀ ਮੈਂ ਕਈ ਵਾਰ ਯਾਨੀ ਜਦੋਂ ਵਿਹਲਾ ਹੋਵਾਂ ਹਨਾ, ਕਈ ਵਾਰ ਤਾਂ ਗਾਣੇ ਸੁਣ ਲਈਦੇ ਆ, ਪਰ ਨਹੀਂ ਤਾਂ ਇਹਨਾਂ ਦੀਆਂ ਲਾ ਲਈਦੀਆਂ। ਠੀਕ ਹੈ, 107 ਦੇ ਉੱਤੇ ਤੁਸੀਂ ਆਉਂਦੇ ਹੋ ਜੀ। ਹਾਂਜੀ ਹਾਂਜੀ ਭਾਜੀ, ਕਿੱਦਾਂ ਹਾਲ ਜੀ? ਕਿੱਦਾਂ ਜੀ, ਕਿੱਦਾਂ ਕੀ ਹਾਲ? ਵਧੀਆ ਵਧੀਆ, ਮੈਂ ਤਾਂ ਪੂਰਾ ਜਦੋਂ ਤੁਸੀਂ ਲੱਗੇ ਉੱਪਰ ਬੈਠਾ ਹੈ ਆਪਣੇ ਸੁਣ ਰਿਹਾ ਸੀਗਾ, ਮੈਂ ਕਿਹਾ ਚੱਲ ਫੇਰ ਤੁਸੀਂ ਬਾਅਦ ਚ ਕਰ ਲੈਂਦੇ, ਕਾਲ ਵਧੀਆ ਲੱਗਦਾ ਸੀਗਾ ਸੁਣਨੇ ਨੂੰ। ਇੱਕ ਤੁਹਾਨੂੰ ਉਹ ਭੇਜੀ ਸੀਗੀ ਆਪਣੇ ਜਥੇਦਾਰ ਰਣਜੀਤ ਸਿੰਘ ਦੀ। ਹਾਂਜੀ ਮਾੜੀ ਦੋ ਕੁ ਮਿੰਟ ਦੀ ਸੀਗੀ, ਓਦਾਂ ਬਾਅਦ ਚ ਚਲਾ ਲਿਓ, ਚਲੋ ਕੋਈ ਗੱਲ ਨੀ। ਹਾਂਜੀ ਕੋਈ ਨੀ, ਉਹ ਚਲਾਏ ਲਿਓ। ਉਹਦੇ ਵਿਚ ਵੀ ਬੜਾ ਹੈਰਾਨੀ ਹੁੰਦੀ ਹੈ ਇਸ ਬੰਦੇ ਦੀ, ਜਿਹੜਾ ਕਹਿੰਦਾ ਵੀ ਕਮੇਟੀ ਵਾਲਿਆਂ ਨੂੰ ਸੱਦਣਾ ਨੀ ਚਾਹੀਦਾ, ਜਿਹੜਾ ਇਤਿਹਾਸ ਤੇ ਗਲਤ ਬੋਲਦਾ ਹੈਨਾ, ਉਹਨੂੰ ਧੂ ਕੇ ਲਿਆਉਣਾ ਚਾਹੀਦਾ। ਨਾ ਨਾ ਆਪ ਛਿੱਤ, ਇਹ ਨਾ ਇਹਦੇ ਇੰਨੇ ਛਿੱਤਰ ਖਾਧੇ ਰਣਜੀਤ ਸਿੰਘ ਨੇ ਬਾਦਲਾਂ ਤੋਂ, ਉਦੋਂ ਇੰਨੀਆਂ ਜੁੱਤੀਆਂ ਖਾਧੀਆਂ, ਇੰਨੀ ਬੇਇੱਜ਼ਤੀ ਕੀਤੀ ਉਹਨੇ ਦੀ, ਇਹ ਕਮੀਣੇ ਬੰਦੇ ਨੇ ਇਹਨੇ ਮਕਾਨ ਨੀ ਛੱਡਿਆ ਜਥੇਦਾਰ ਵਾਲਾ। ਮੈਂ ਉਹੀ ਗੱਲ, ਮੈਨੂੰ ਪਤਾ ਇਹਨੂੰ ਇਹਨੂੰ ਘੜੀਸ ਕੇ ਜੇ ਕੁੱਤੇ ਦੀ ਬੇਇੱਜ਼ਤੀ ਹੋ ਜਾਵੇ ਨਾ ਇੰਨੀ, ਕੁੱਤਾ ਵੀ ਛੱਡ ਦਿੰਦਾ। ਨਾ ਨਾ ਕਮੀਣੇ, ਸਿਰੇ ਦੇ ਕਮੀਣੇ ਆ, ਸਿਰੇ ਦੇ ਕਮੀਣੇ ਆ, ਜਾਨੀ ਸਿਰੇ ਦੇ ਕਮੀਣੇ ਆ ਸਾਲੇ। ਮੈਂ ਕਹਿੰਦਾ ਫੇਰ ਹੋਰ ਦੇਖੋ, ਇਹ ਨਾ ਇਹਨੂੰ ਕੋਈ ਨਾ ਪੁੱਛਦਾ, 5-7 ਸਾਲ ਤਾਂ ਇਹਨੂੰ ਜਥੇਦਾਰੀ ਦੀ ਪੂਛੇ ਨੀ ਛੱਡੀ ਸੀ ਆਪਣੇ ਨਾਲੋਂ। ਆਹੋ ਐਵੇਂ ਜ਼ਬਰਦਸਤੀ ਵੀ ਮੈਂ ਵੀ ਆਹੋ ਉੱਦਾਂ ਹੀ ਬਣਿਆ ਫਿਰ ਹਰੇਕ ਜਗ੍ਹਾ, ਵੀ ਅਸਲੀ ਤਾਂ ਮੈਂ ਹੀ ਹਾਂ। ਤੂੰ ਕੀ ਕਰ ਲਿਆ ਪਤੰਦਰਾ, ਹੁਣ ਤੂੰ ਕਿਹੜੀ ਆ? ਜੇ ਘੜੀਸਣੇ ਦੀ ਗੱਲ ਆ ਤੇ ਜਿਹੜਾ ਇਤਿਹਾਸ ਗਲਤ ਸੁਣਾਉਂਦਾ, ਜੇ ਘੜੀਸਣਾ ਤਾਂ ਜੇ ਹਿੰਮਤ ਹੈਗੀ ਹੈ ਤੁਹਾਡੇ ਵਿੱਚ, ਤਾਂ ਤੂੰ ਜਿਹੜੀ ਵੀ ਆਪਣੇ ਜੋ ਸਕੂਟਰ ਜੀਪ ਹੈਗੀ ਉਹਦੇ ਮਗਰ ਉਹ ਗ੍ਰੰਥ ਨੂੰ ਪਾ ਲੈ ਜਾ ਘੜੀਸ ਕੇ। ਘੜੀਸਣ ਵਾਲਾ ਤਾਂ ਗ੍ਰੰਥ ਆ ਉਹ, ਬੜੇ ਕਮੀਣੇ। ਮੈਂ ਤਾਂ ਉਹ ਤਾਂ ਮੈਂ ਕਹਿੰਦਾ ਵੀ ਇਹਦੀ ਕਮੀਣਾ ਆਪਾਂ ਨੂੰ ਦੇਖਣਾ ਚਾਹੀਦਾ ਵੀ ਦੇਖੋ, ਇਹ ਜੁੱਤੀਆਂ ਖਾ ਕੇ ਨਿਕਲ ਕੇ ਵੀ ਦੇਖੋ ਫਿਰ ਕੀ ਕਰਦੇ ਫਿਰਦੇ ਆ, ਉੱਤੇ ਜਿੰਨੀ ਕਦਰ ਵੀ ਪਾ ਕੇ ਅਗਲੇ ਨੇ ਕੱਢਿਆ ਨੀ। ਨਾ ਨਾ ਬਸ਼ਰਮ ਆ ਯਾਰ ਇਹ ਬੰਦਿਆਂ ਨੂੰ ਤਾਂ, ਤਾਂ ਹੀ ਤਾਂ ਤੜਫਦੇ ਪਏ ਆ। ਇੱਦਾਂ ਹੀ ਹੈ ਜੀ। ਮੈਂ ਨਾ ਭਾਜੀ ਇੱਕ ਤੁਸੀਂ ਮਾੜਾ ਜਿਹਾ ਸਾਥ ਦਿਓ ਤੇ ਮੈਂ ਇੱਕ ਗੱਲ ਕਰਨੀ ਆ। ਹਾਂਜੀ ਤੁਹਾਨੂੰ ਕੱਲ ਕਹਿੰਦੀ ਗੁਰੂ ਬਾਰੇ ਹੈ ਨਾ, ਔਰ ਇੱਕ ਤੁਹਾਨੂੰ ਪਤਾ ਹੋਣਾ ਪ੍ਰਿੰਸੀਪਲ ਸੁਰਿੰਦਰ ਸਿੰਘ ਆਨੰਦਪੁਰ ਸਾਹਿਬ ਵਾਲੇ। ਹਾਂਜੀ ਹਾਂ ਹਾਂ, ਇਹ ਦੋਗਲੇ ਸਾਰੇ ਟੁੱਕੜ ਖਾਣ ਵਾਲੇ ਹੋ ਗਿਆ। ਨਾ ਨਾ ਇਹ ਤਾਂ ਪੀਟੀਸੀ ਦੇ ਉੱਤੇ ਜਾ ਕੇ ਨਾ ਦੋ ਦੇ ਦਿੱਤੀਆਂ ਉਹ ਆਈਆਂ, ਮੈਂ ਇਹ ਸੁਣੀਆਂ ਆਪਣੇ ਸਭ ਸੁਭਾ ਚੋ ਗਰੁੱਪ ਦੇ ਵਿੱਚੋਂ। ਉਹ ਪਹਿਲਾਂ ਤਾਂ ਉਸ ਬੰਦੇ ਨੇ ਕੀਤਾ, ਹਾਂਜੀ ਪਹਿਲਾਂ ਉਸ ਬੰਦੇ ਨੇ ਕੀਤਾ ਵੀ ਕਿਹਾ ਵੀ ਜਿਹੜਾ ਮੂਲ ਮੰਤਰ ਆ ਉਹ ਹੈਗਾ ਸੀ ਗੁਰਪ੍ਰਸਾਦ ਤਿੱਕਰ, ਉਹ ਤਾਂ ਠੀਕ ਆ ਚਲੋ ਕਹਿ ਦਿੱਤਾ ਉਹਨੇ ਹੈਨਾ ਧਾਰਨਾ, ਤੇ ਨਾਲੇ ਕਹਿੰਦਾ ਵੀ ਕਹਿੰਦਾ ਕੁਝ ਕਹਿੰਦੇ ਆ ਵੀ ਗਿਆਨ ਗੁਰੂ ਨੀ ਹੈਗਾ, ਗੁਰੂ ਤੋਂ ਗਿਆਨ ਆਉਂਦਾ। ਮੈਂ ਨਾ ਹੁਣ ਇਹਦੇ ਉੱਤੇ ਗੱਲ ਕਰਨੀ ਆ, ਮੈਂ ਉਦਾਹਰਣਾ ਚਾਰ ਦੇਣੀ ਆ ਵੀ ਗੁਰੂ ਤੋਂ ਗਿਆਨ ਆਉਂਦਾ ਗਿਆਨ ਗੁਰੂ ਹੈ। ਮੈਂ ਤੁਸੀਂ ਜਿਹੜੇ ਮੇਰੇ ਵੀਰ ਆਪਣੇ, ਮੈਂ ਖਿਆਲ ਪੂਰੀ ਤਰ੍ਹਾਂ ਨਾਮ ਵੀ ਕਲੀਅਰ ਹੋਇਆ ਤਾਂ ਯਾਦਵਿੰਦਰ ਵਰਗੇ ਹੈਗੇ ਉਹਨੇ ਲਿਖ ਲੈਣਾ, ਉੱਧਰ ਲਿਖ ਦੇਣਾ। ਉਹਨੇ ਉਦਾਹਰਣ ਦਿੱਤੀ ਜੀ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਮੈਂ ਹੁਣ ਮੈਂ ਉਹਨੂੰ ਛੱਡ ਦਿੰਦੇ, ਆਪਾਂ ਇਹਦੇ ਉੱਤੇ ਗੱਲ ਕਰ, ਇਹਦੇ ਉੱਤੇ ਉਦਾਹਰਣਾ ਲੈਣੀ ਆ, ਆਪਾਂ ਇਹਦੇ ਉੱਤੇ ਗੱਲ ਕਰਨੀ, ਮੈਂ ਚਾਰ ਉਦਾਹਰਣਾ ਦੇਣੀਆਂ। ਹਾਂਜੀ ਉਹਦੇ ਵਿੱਚ ਗੁਰੂ ਤੇ ਗੁਰ ਨੂੰ ਆਪਾਂ ਸਮਝਣਾ ਬਸ, ਗੁਰ ਦੇ ਨਾਲ ਗੁਰੂ ਪ੍ਰਗਟ ਹੁੰਦਾ। ਜੇ ਸੌ ਚੰਦਾ ਉਪਜੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਗੁਰ ਗੁਰੂ ਪ੍ਰਗਟ ਕਿੱਦਾਂ ਕਰਦਾ? ਤੁਹਾਨੂੰ ਪਤਾ ਵੀ ਜਿਹੜੇ ਬੰਦੇ ਨੇ ਗ੍ਰੈਵਿਟੀ ਦੀ ਕਾਢ ਕੱਢੀ ਆ, ਗ੍ਰੈਵਿਟੀ ਬਾਰੇ ਨੋਟ ਕੀਤਾ ਹੈ ਨਾ, ਸ਼ਾਇਦ ਨਿਊਟਨ ਉਹਦਾ ਨਾਂ ਸੀਗਾ ਮੈਨੂੰ ਪਤਾ ਨੀ, ਉਹ ਬੰਦਾ ਕਹਿੰਦੇ ਦਰਖਤ ਥੱਲੇ ਪਿਆ ਸੀਗਾ, ਉਪਰੋਂ ਇੱਕ ਇੱਕ ਕੋਈ ਫਲ ਟੁੱਟਦਾ ਡਿੱਗਦਾ ਹੈ ਨਾ, ਟੁੱਟਦਾ ਡਿੱਗ ਡਿੱਗਦੇ ਸਾਰ ਹੀ ਉਹਦੇ ਅੰਦਰ ਗੁਰ ਗੁਰ
ਨਾ ਗੁਰੂ ਪ੍ਰਗਟ ਕਰਤਾ ਕਿ ਨਹੀਂ? ਉਹ ਬੰਦੇ ਨਾ ਅੱਜ ਤਿੱਕਰ ਗ੍ਰੈਵਿਟੀ ਦੇ ਉੱਤੇ ਕਿੰਨਾ ਕੰਮ ਹੋ ਚੁੱਕਿਆ ਇੱਕ ਨੁਕਤੇ ਚੋਂ, ਉਹਦੇ ਗੁਰੂ ਕਿੱਥੇ ਪ੍ਰਗਟ ਹੋਇਆ ਸੀ, ਉਹਦੇ ਗਿਆਨ ਕਿੱਥੇ ਪ੍ਰਗਟ, ਉਹ ਨੁਕਤੇ ਨਾਲ ਗੁਰੂ ਕਿੱਥੇ ਪ੍ਰਗਟ ਹੋਇਆ ਇਹ ਦੱਸੋ। ਹੁਣ ਦੂਜੀ ਉਦਾਹਰਣ ਇਹ ਆ ਵੀ ਜਦੋਂ ਜਿਹਨ ਕਿਸੇ ਨਾਲ ਲਾਈਟ ਬਣਾਈ ਉਹਨੇ ਬਿਜਲੀ ਲਚਕਦੀ ਦੇਖੀ ਸੀਗੀ, ਉਹਦੇ ਅੰਦਰ ਨੁਕਤਾ ਲੈ ਲਿਆ, ਨੁਕਤਾ ਆ ਗਿਆ ਨਾ, ਗੁਰ ਆ ਗਿਆ ਉਹਨੂੰ, ਉਹਨੂੰ ਗੁਰ ਨੂੰ ਧਿਆਨ, ਨੁਕਤਾ ਜਦੋਂ ਦਿਮਾਗ ਚ ਆਇਆ ਐਸਾ ਗੁਰੂ ਪ੍ਰਗਟ ਹੋਇਆ ਉਹਦੇ ਦਿਮਾਗ ਦੇ ਵਿੱਚ, ਰਚਨਾ ਕੇ ਰੱਖਦੇ ਕਿ ਨਹੀਂ ਰੱਖਦੇ? ਇਹਨੂੰ ਕਹਿੰਦੇ ਨਾ ਗੁਰ, ਗੁਰੂ ਗੁਰ ਨੇ ਗੁਰੂ ਪ੍ਰਗਟ ਕਰਤਾ, ਗੁਰ ਬਿਨ ਗਿਆਨ ਨਾ ਹੋਏ, ਇਹਨੂੰ ਕਹਿੰਦੇ ਨਾ। ਜਹਾਜ਼ ਉਡਾਣ ਵਾਲੇ ਬੰਦੇ ਨੇ ਪੰਛੀ ਵੱਲ ਦੇਖਿਆ ਸੀਗਾ ਜਿਹਨੇ ਜਹਾਜ਼ ਬਣਾਇਆ, ਬਸ ਪੰਛੀ ਨੂੰ ਦੇਖ ਕੇ ਇੱਕ ਨੁਕਤਾ ਚ ਆ ਗਿਆ, ਗੁਰ ਪ੍ਰਗਟ, ਗੁਰੂ ਗਿਆਨ ਪ੍ਰਗਟ ਕਰਕੇ ਔਰ ਉਸ ਬੰਦੇ ਨੇ ਅੱਜ ਪੂਰੀ ਦੁਨੀਆਂ ਹਵਾ ਚ ਉਡਾ ਦਿੱਤੀ, ਇਹਨੂੰ ਕਹਿੰਦੇ ਆ ਨਾ ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗੁਰੂ ਨਾ ਪ੍ਰਗਟ ਹੋਏ। ਅੱਛਾ ਹੁਣ ਆ ਜਾ ਅਸੀਂ ਆਨੇ ਬਾਬੇ ਨਾਨਕ ਦੇ, ਬਾਬੇ ਨਾਨਕ ਨੂੰ ਵੀ ਇੱਦਾਂ ਹੀ ਹੋਇਆ ਭਾਜੀ, ਜਿੱਦਣ ਜਿੱਦਣ ਨਾ ਲੱਗੇ ਸੀਗੇ ਜਨੇਊ ਪਾਣ, ਹਾਂਜੀ, ਬਸ ਉਦਣ ਉਹ ਇੱਕ ਨੁਕਤਾ ਸੀਗਾ ਜਿਹੜਾ ਪ੍ਰਗਟ ਹੋ ਗਿਆ ਇੱਕ ਦਿਮਾਗ ਦੇ ਵਿੱਚ ਕਿ ਯਾਰ ਹੁਣ ਜਨੇਊ ਕਾਹਤੇ ਪਾਣਾ, ਸਵਾਲ ਤਾਂ ਹੋਇਆ ਹੋਊਗਾ ਕਿਉਂ ਤੈਨੂੰ ਧਰਮੀ ਬਣਾਉਣਾ, ਧਰਮੀ ਕਿਉਂ ਬਣਾਉਣਾ ਕਿ ਤੂੰ ਬੁਰੇ ਕੰਮ ਨਾ। ਹੁਣ ਮੰਨ ਲਓ ਮੇਰੇ ਦਿਮਾਗ ਦੇ ਵਿੱਚ ਬੁਰਾਈ ਆ ਗਈ ਹੈ ਕਿ ਮੈਂ ਰੇਡੀਓ ਦਾ ਨੁਕਸਾਨ ਕਰਨਾ ਜਾਂ ਕਿਸੇ ਦਾ ਨੁਕਸਾਨ ਕਰਨਾ ਹੈ ਨਾ, ਮੇਰੇ ਗਲ ਚ ਪਾਇਆ ਧਾਗਾ ਕਿੱਦਾਂ ਮੈਨੂੰ ਰੋਕ ਦੋ, ਦਿਮਾਗ ਪ੍ਰੋਬਲਮ ਤਾਂ ਮੇਰੇ ਦਿਮਾਗ ਚ, ਦਿਮਾਗ ਚ ਆ ਗਲਤ ਹੀ ਲੋਜਿਕ ਤਾਂ ਕੜੇ ਤੇ ਲੱਗਦਾ ਹੁਣ ਆ ਕੇ ਸਾਰਿਆਂ ਤੇ ਲੱਗਦਾ, ਮਰਜ਼ੀ ਲਾ ਲਓ ਤਾਂ ਹੀ ਤਾਂ ਕੀਤੀ। ਤੁਹਾਡੀ ਆਵਾਜ਼ ਕੱਟ ਹੋ ਗਈ ਵਿੱਚ। ਹੈਲੋ, ਹਾਂ ਆਵਾਜ਼ ਕੱਟ ਹੋ ਗਈ ਸੀ ਵਿੱਚੋਂ, ਹਾਂਜੀ। ਅੱਛਾ ਮੈਂ ਤਾਂ ਹੀ ਕਹਿੰਦਾ ਮੈਂ ਭਾਜੀ ਵੀ ਤਾਂ ਹੀ ਤਾਂ ਆਪਣੇ ਕਿਸੇ ਗੁਰਬਾਣੀ ਦੇ ਵਿੱਚ ਚਿੰਨ ਦੀ ਕੜੇ ਦੀ ਕਕਾਰ ਦੀ ਕਿਸੇ ਤਰ੍ਹਾਂ ਦੀ ਗੱਲ ਹੀ ਨਹੀਂ ਕੀਤੀ ਕਿ ਤੁਸੀਂ ਸਰੀਰ ਨੂੰ ਏਦਾਂ ਕਰਨਾ, ਨਾ 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 ਗੱਲ ਤਾਂ ਉਹ ਸਗੋਂ ਚਿੰਨ ਨੂੰ ਤਾਂ ਜਦੋਂ ਗੱਲ ਹੋਈ ਨਾ ਵੀ ਗਲੀ ਜਿਨ੍ਹਾਂ ਜਪ ਮਾਲੀਆਂ, ਹਾਂਜੀ, ਲੁੱਟੇ ਹੱਥ ਨਿਬੱਗ, ਹਾਂਜੀ, ਉਹ ਚਿੰਨਾਂ ਦੀ ਗੱਲ ਕੀਤੀ ਆ। ਬਸ ਮੈਂ ਤਾਂ ਮੈਂ ਹੁਣ ਦੇਖੋ ਜਦੋਂ ਗੁਰੂ ਪਾਤਸ਼ਾਹ ਦੇ ਦਿਮਾਗ ਚ ਇੱਕ ਨੁਕਤਾ ਆਇਆ ਭਈ ਯਾਰ ਭਈ ਸਰੀਰ ਨੂੰ ਨੀ ਧਰਮੀ, ਫਿਰ ਉਹ ਗੁਰੂ ਦੇ ਦਿਮਾਗ ਚੋਂ ਆ ਗਿਆ ਭਈ ਗਿਆਨ ਨੁਕਤਾ ਆ ਗਿਆ ਨਾ ਵੀ ਬੰਦੇ ਨੂੰ ਉਹ ਧਰਮੀ ਸਰੀਰ ਨੀ ਸੂਰਤ ਨਾ ਬਣਾਉਣਾ, ਉਹ ਅੱਜ ਦੇਖ ਲਓ ਗਿਆਨ ਦੀ ਪੂਰੀ ਲਹਿਰ ਗੁਰੂ ਦੀ ਖੜੀ ਕਰਤੀ ਕਿ ਨਹੀਂ? ਇਹ ਹੈ ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗੁਰੂ ਪ੍ਰਗਟ ਨੀ ਹੁੰਦਾ, ਨੁਕਤਾ ਜਦੋਂ ਵੀ ਆਉਣਾ ਨੁਕਤਾ ਨੁਕਤੇ ਤੋਂ ਹੀ ਸਾਰਾ ਪ੍ਰਗਟ ਹੋਣਾ, ਜਿੰਨੀਆਂ ਵੀ ਗੱਡਾ ਕਿਸੇ ਵੀ ਤਰ੍ਹਾਂ ਦੀ ਉਹ ਨੁਕਤੇ ਹੁੰਦੀ ਹੈ। ਗੁਰੂ ਗੁਰ ਦੀ ਲੋੜ, ਗੁਰ ਜਿਹੜਾ ਹੈ ਨਾ ਉਹ ਗੁਰੂ ਗਿਆਨ ਜਿਹੜਾ ਹੈ ਨਾ ਗੁਰੂ ਹੈ ਉਹ ਦਿਮਾਗ ਚ ਆ, ਉਹ ਨੁਕਤਾ ਮਿਲਣਾ ਉਹਨੂੰ, ਜਦੋਂ ਨੁਕਤਾ ਮਿਲ ਗਿਆ ਤਾਂ ਬਸ ਹੋ ਗਿਆ। ਤਾਂ ਹੀ ਤਾਂ ਉਹ ਜਦੋਂ ਸ਼ਬਦ ਗੁਰੂ ਦੀ ਗੱਲ ਹੋਈ ਨਾ ਤਾਂ ਸੁਰਤ ਧੁਨ ਚੇਲਾ ਵੀ ਤਾਂ ਹੀ ਹੋਇਆ ਨਾ, ਜਾਂ ਵੀ ਜਿਹੜਾ ਜਿਹੜਾ ਗਿਆਨ ਗੁਰੂ ਆ, ਗਿਆਨ ਜਿਹੜੇ ਗੁਰ ਰੂਪੀ ਗੁਰੂ ਆ, ਉਹਨੇ ਸੁਰਤ ਦੇ ਵਿੱਚ ਬਹਿਣਾ ਜਾ ਕੇ। ਬਸ ਬਸ ਸ਼ਬਦ ਗੁਰੂ ਗੁਰੂ ਦੇਖੋ ਹੁਣ ਗੁਰ ਤੇ ਗੁਰੂ ਦਾ ਗੁਰਬਾਣੀ ਇੰਨੇ ਗੁਰੂ ਦਾ ਬੇਵਕੂਫ ਨੀ ਵੀ ਜਿਹੜੇ ਗੁਰ ਲਿਖੀ ਜਾਂਦੇ ਕਿਤੇ ਗੁਰੂ ਲਿਖੀ ਜਾਂਦੇ, ਜਦੋਂ ਵੀ ਉਹ ਲਿਖਿਆ ਗੁਰਬਿਨ ਗਿਆਨ ਧਿਆਨ ਸਚਬਿਨ ਸਾਖੀ ਮੂਲੋ ਬਾਕੀ, ਗੁਰਬਿਨ ਗਿਆਨ ਧਰਮ ਧਿਆਨ, ਉਹਦਾ ਮਤਲਬ ਗੁਰੂ ਤੇ ਬਿਨਾਂ ਗਿਆਨ, ਗਿਆਨ ਦਾ ਮਤਲਬ ਗੁਰੂ, ਗੁਰ ਨੁਕਤਾ ਗਿਆਨ, ਕਿਸੇ ਵੀ ਗੁਰੂ ਦਾ ਨੁਕਤਾ ਗੁਰ ਆ ਉਹ ਗੁਰੂ ਗਿਆਨ ਪ੍ਰਗਟ ਕਰਦਾ ਦਿਮਾਗ ਦੇ। ਹੁਣ ਇਹ ਗੱਲਾਂ ਦੱਸਣੀਆਂ ਤਾਂ ਸਾਨੂੰ ਇਹਨਾਂ ਲੋਕਾਂ ਨੂੰ ਚਾਹੀਦੀਆਂ ਸੀਗੀਆਂ, ਪਰ ਇਹ ਫੜ ਕੇ ਫਿਰ ਟੁੱਕੜਾਂ ਲਈ, ਟੁੱਕੜਾਂ ਦੇ ਲਈ ਇਹ ਲੋਕ ਦੇਹਾਂ ਨੂੰ ਗੁਰੂ ਬਣਾ ਕੇ ਬੈਠ ਗਏ। ਸਾਰਾ ਮਸਲਾ ਉਹਦਾ ਸੀ ਜੀ, ਆਪਣੇ ਪੇਟ ਦਾ, ਇਹਨਾਂ ਦਾ ਜੋ ਕੁਛ ਨਾ ਮੰਦਰ ਦੇ ਵਿੱਚ, ਹਾਂਜੀ, ਜੋ ਕੁਛ ਮੂਰਤੀ ਦੇ ਨਾਲ ਪੁਜਾਰੀ ਕਰ ਰਿਹਾ ਸੀ ਉਹ ਕੁਛ ਨੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੀਤਾ। ਉਹ ਤਾਂ ਕਾਰ ਪੁਜਾਰੀ ਨੇ ਮੂਰਤੀ ਤੋਂ ਖਾਣਾ, ਇਹਨੇ ਗੁਰੂ ਗ੍ਰੰਥ ਸਾਹਿਬ ਤੋਂ ਖਾਣਾ। ਅਕਪੂਰ ਨੇ ਲਿਖਿਆ ਆ, ਉਹ ਕਹਿੰਦਾ ਮੂਰਤੀ ਨਾ, ਮੂਰਤੀ ਤੁਹਾਨੂੰ ਸ਼ਰਧਾਵਾਨ ਬਣਾਉਂਦੀ ਆ, ਸੂਝਵਾਨ ਨੀ ਬਣਾ ਸਕਦੀ, ਜਦਕਿ ਮਸਲਾ ਸੂਝਵਾਨ ਬਣਨੇ ਨਾਲ ਹੱਲ ਹੋਣਾ ਆ। ਸ਼ਰਧਾਵਾਨ ਨੇ ਸ਼ਰਧਾ ਨੀ ਤੁਹਾਨੂੰ, ਸ਼ਰਧਾ ਤੁਹਾਡੇ ਸੁਰਤ ਨੂੰ ਤੁਹਾਡੇ ਅਕਲ ਨੂੰ ਉੱਚਾ ਨੀ ਕਰ ਸਕਦੀ, ਤੁਹਾਡੀ ਅੰਦਰੋਂ ਕੋਈ ਕਮੀ ਨਾ ਬਣ ਜਾ, ਕੋਈ ਕੋਈ ਤੁਹਾਡੇ ਸੁਭਾਅ ਉੱਤੇ ਕੰਮ ਨੀ ਕਰਦੀ ਸ਼ਰਧਾ,
ਹੁਣ ਮੂਰਤੀ ਵਿਸ਼ਵਾਸੀ ਤਾਂ ਬਣਾਉਂਦੀ ਆ ਪਰ ਆਤਮ ਵਿਸ਼ਵਾਸੀ ਨਹੀਂ ਬਣਾਉਂਦੀ ਮੂਰਤੀ, ਕਿਉਂਕਿ ਦੋਵੇਂ ਚੀਜ਼ਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਵੀ ਅੱਜ ਦੋਵੇਂ ਚੀਜ਼ਾਂ ਸਿਖਾਈਆਂ ਜਾ ਰਹੀਆਂ ਨੇ, ਇੱਕ ਤਾਂ ਸ਼ਰਧਾ, ਇੱਕ ਵਿਸ਼ਵਾਸ ਕਰੋ ਵੀ ਸ਼ਰਧਾ ਰੱਖੋ ਤੇ ਤਰਕ ਕਰਨਾ ਬੰਦ ਕਰ ਦਿਓ, ਜੋ ਕਿਹਾ ਜਾ ਰਿਹਾ ਉੱਤੇ ਵਿਸ਼ਵਾਸ ਕਰੋ। ਬਸ ਜਦ ਕਿ ਮਸਲਾ ਹੱਲ ਉਦੋਂ ਹੋਣਾ ਜਦੋਂ ਆਤਮ ਵਿਸ਼ਵਾਸੀ ਹੋਵਾਂਗੇ। ਹੁਣ ਉਹ ਜਿਹੜੇ ਲੋਕ ਮੂਰਤੀਆਂ ਦੇ ਰਾਹੀਂ ਆਪਣੀ ਕੁਰਾਨ ਦੇ ਰਾਹੀਂ ਜੋ ਵੀ ਉਹ ਧਰਮ ਦਾ ਜੋ ਕਰਦੇ ਸੀ ਉਹਨੇ ਉਸੇ ਤਰਜ਼ ਦੇ ਉੱਤੇ ਇਹਨਾਂ ਨੂੰ ਪੁਜਾਰੀਆਂ ਨੂੰ ਸਾਡੇ ਵਾਲੇ ਪੁਜਾਰੀਆਂ ਨੂੰ ਸਾਡੇ ਵੀ ਕਹਦੇ ਸੀ, ਮੈਂ ਕਹਿੰਦਾ ਸਿਗੇ ਹੀ ਉਹਨਾਂ ਦੇ ਯਾਰ, ਉਹਨਾਂ ਦੇ ਕਕਾਰ ਪਵਾ ਕੇ ਬਿਠਾ ਤੇ ਹੀ ਨੀ। ਪੁਜਾਰੀ ਬਜ਼ੁਰੀ ਦਾ ਕੋਈ ਧਰਮ ਵੀ ਨੀ ਹੁੰਦਾ, ਉਹ ਹੁੰਦਾ ਵੀ ਕਿਸੇ ਦਾ ਨੀ। ਉਹਦਾ ਜਿੱਦਾਂ ਸਿਆਸਤਦਾਨ ਦਾ ਵੀ ਨਾ ਸਿਆਸਤ ਕੁਰਸੀ ਧਰਮ ਹੈ, ਪੁਜਾਰੀ ਦਾ ਪੈਸਾ ਧਰਮ ਹੁੰਦਾ। ਬਸ 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 ਉਹ ਗੱਲ ਕਰਨੀ ਹੈ ਜਿੱਥੋਂ ਉਹਨੂੰ ਵੱਧ ਢੇਰੀ ਵੱਧਦੀ ਹੈ, ਜਿੱਥੋਂ ਉਹਨੂੰ ਟੁੱਕਰ ਵੱਧਦੇ ਮਿਲਦੇ ਆ। ਇਹੀ ਦਰਸ਼ਨ ਸਿੰਘ ਨੇ ਵੀ ਇਹੀ ਕੀਤਾ, ਜਿੱਥੋਂ ਜਿੱਥੋਂ ਟੁੱਕਰ ਵਧੇ, ਜਿੱਦਾਂ ਜਿੱਦਾਂ ਵਧੀ ਗਿਆ ਉੱਧਰ ਉੱਧਰ ਨੂੰ ਮੂਰੇ ਕੱਟੀ ਗਿਆ, ਜਿੱਧਰੋਂ ਜਿੱਧਰੋਂ ਕੱਟੀ ਗਿਆ ਉੱਧਰ ਉੱਧਰ ਹਟੀ ਗਿਆ। ਬਸ ਇਹ ਪੁਜਾਰੀਆਂ ਦੀ ਨੀਤੀ ਆ, ਤੇ ਤਾਂ ਮੈਂ ਕਹਿੰਦਾ ਸੀਗਾ ਭਾਜੀ ਤੇ ਇਹਨਾਂ ਲੋਕਾਂ ਨੇ ਇਹ ਜਿਹੜੀਆਂ ਤੁਹਾਨੂੰ ਗੁਮਰਾਹ ਕਰਦੇ ਆ ਗੁਰੂ ਦੇ ਨਾਂ ਤੇ। ਗੁਰੂ ਤੋਂ ਗਿਆਨ ਨੀ ਆਉਂਦਾ, ਗੁਰ ਤੋਂ ਗਿਆਨ ਪ੍ਰਗਟ, ਗੁਰ ਤੋਂ ਗੁਰੂ ਪ੍ਰਗਟ ਹੁੰਦਾ। ਗੁਰੂ ਬਾਹਰ ਨੀ ਹੈਗਾ, ਤੁਹਾਡੇ ਦਿਮਾਗ ਦੇ ਵਿੱਚ ਹੈ ਸਾਰਾ ਕੁਛ, ਇੱਥੋਂ ਹੀ ਹੈ ਜਦੋਂ ਹੋਣਾ ਜੋ ਹੋਣਾ ਸੁਰਤ ਦੇ ਤਾਂ ਹੀ ਭਾਈ ਭਾਈ ਲੜੀ ਇੱਕ ਵਾਰੀ ਪਿੱਛੇ ਜੇ ਕਿਹਾ ਸੀਗਾ ਵੀ ਪੱਤਾ ਟਿੱਕਾ ਦੇਖ ਕੇ ਗਿਆਨ ਆਏ ਤੁਹਾਨੂੰ ਸਮਝਣ ਵਾਲੇ ਹੋਵੋ। ਪੂਰੀ ਪੂਰਾ ਇੱਕ ਪੂਰਾ ਇੱਕ ਪ੍ਰੋਗਰਾਮ ਆ ਭਾਈ ਰਣਜੀਤ ਸਿੰਘ ਜੀ ਦਾ ਇਹਦੇ ਉੱਤੇ, ਕਿੱਦਾਂ ਕਿੱਦਾਂ ਕਿਸੇ ਵੀ ਚੀਜ਼ ਵੱਲ ਦੇਖ ਕੇ ਕੁੱਤੇ ਵੱਲ ਦੇਖ ਕੇ ਵੀ, ਬਸ ਜਦੋਂ ਨੁਕਤਾ ਤੁਹਾਡੇ ਹੱਥ ਆ ਗਿਆ ਨਾ, ਬਸ ਫਿਰ ਖੁੱਲਦਾ ਹੀ ਜਾਂਦਾ, ਖੁੱਲਦਾ ਹੀ ਜਾਂਦਾ, ਖੁੱਲਦਾ ਹੀ ਜਾਂਦਾ, ਜਿੰਨਾ ਮਰਜ਼ੀ ਕੋਲ। ਬਿਲਕੁਲ, ਪਰ ਤਾਂ ਜਦੋਂ ਜਿੱਦਾਂ ਤਾਣਾ ਨੀ ਹੁੰਦਾ, ਤਾਣੀ ਉਲਝੀ ਹੁੰਦੀ ਆ, ਜਦੋਂ ਇੱਕ ਸਿਰੇ ਸਿਰੇ ਵਾਲੀ ਲੜੀ ਹੱਥ ਆ ਜਾਵੇ ਉਹਨੂੰ, ਬਸ ਉਹਨੂੰ ਖਿੱਚੀ ਜਾਓ, ਕੱਢੀ ਜਾਓ ਉਹਨੂੰ ਵਿੱਚੋਂ, ਬਸ ਜਿੰਨਾ ਮਰਜ਼ੀ ਉਹ ਗੁਰਬਾਣੀ ਚ ਇੱਕ ਸ਼ਬਦ ਵੀ ਆਉਂਦਾ ਤੇ ਧੰਨ ਧੰਨ ਜਿਹੜਾ ਧਰਮ ਗੜ ਤੋੜਿਆ, ਇੱਕ ਕਿਲਾ ਆਇਆ, ਇੱਕ ਇੱਕ ਵਾਰੀ ਜਦੋਂ ਕੋਈ ਵੀ ਕਿਸੇ ਚੀਜ਼ ਨੂੰ ਬੰਨ ਪਾਇਆ ਵਾ ਨਾ, ਇੱਕ ਨੱਕਾ ਹੋ ਜਾਵੇ ਬਸ ਘੱਗਰ ਉੱਤੇ, ਫੇਰ ਨੀ ਰੁਕਦੇ। ਇਹ ਜਿੰਨੇ ਵੀ ਬੰਦੇ ਨਾ, ਅਸੀਂ ਖੁਦ, ਮੈਂ ਕਿਸੇ ਦੀ ਮੈਂ ਗੱਲ ਨੀ ਕਰਦਾ, ਖੁਦ ਮੈਂ ਵੀ ਜਦੋਂ ਇੱਧਰ ਇਸ ਮੋੜੇ ਨੂੰ ਉੱਧਰੋਂ ਹੀ ਆਏ ਆ, ਗੱਲ ਨਹੀਂ ਇੱਕ ਵੀ ਜਾਣ ਦਿੱਤੀ ਨਾ, ਉਨਾ ਚਿਰ ਮੁੜੇ ਨੀ। ਬਸ ਜਦੋਂ ਇੱਕ ਨੁਕਤਾ ਇੱਕ ਗੱਲ ਚੱਲ ਗਈ ਨਾ, ਬਸ ਖੁੱਲਦਾ ਹੀ ਗਿਆ, ਖੁੱਲਦਾ ਹੀ ਗਿਆ। ਫਿਰ ਕਿਉਂ ਆਪਣੇ ਆਪ ਹੀ ਤੁਰਦੇ ਜਾਂਦੇ ਆ ਫੇਰ ਤਾਂ? ਮੈਂ ਬਿਲਕੁਲ ਜੀ, ਫਿਰ ਤਾਂ ਤੁਸੀਂ ਫਿਰ ਆਪਣਾ ਦਿਮਾਗ ਹੈ ਜਿਹੜਾ ਨਾ, ਉਹੀ ਉੱਧਰ ਨੂੰ ਲੈ ਕੇ ਜਾਂਦਾ ਤੁਹਾਨੂੰ, ਟਿਕਦਾ ਹੀ ਨੀ ਦੂਜੀ ਗੱਲ ਨਾ। ਫਿਰ ਤਾਂ ਹੁਣ ਜਦੋਂ ਤੁਹਾਡੇ ਅੰਦਰ ਇੱਕ, ਮਤਲਬ ਹੁਣ ਗੁਰੂ ਪਾਤਸ਼ਾਹ ਦੇ ਇੱਕ ਇੱਕ ਆ ਗਿਆ ਦਿਮਾਗ ਦੇ ਵਿੱਚ, ਵੀ ਜੇ ਇਹ ਧਾਗਾ ਆ ਜਿਹੜਾ ਜਨੇਊ ਆ, ਇਹ ਮੇਰੀ ਸੁਰਤ ਨੂੰ ਗੁਰੂ ਬਦਲ ਨੀ ਸਕਦਾ, ਮੇਰੇ ਅੰਦਰ ਵਿਚਾਰਾਂ ਨੂੰ ਨੀ, ਕੋਈ ਵੀ ਧਾਗਾ, ਕੋਈ ਕਿਰਪਾਨ, ਕੰਘਾ, ਕਛਹਿਰਾ ਵਿਚਾਰਾਂ ਨੂੰ ਨਹੀਂ ਬਦਲ ਸਕਦੇ, ਨਹੀਂ ਬਦਲਦੇ। ਜੇ ਬਦਲਦੇ ਹੁੰਦੇ ਤਾਂ ਆਹ ਹਾਲ ਸ਼ੁਰੂ ਹੋਣਾ ਸੀਗਾ ਸਾਡਾ, ਅੱਜ ਉਹ ਦਿਖਦਾ ਹੈ ਟੱਕਰਾਂ ਮਾਰ ਦਿਆ ਪਸ਼ੂ ਉੱਥੇ ਸੈਕਰਾਮੈਂਟ ਉੱਤੇ, ਹੋ ਸਕਦੀ ਸੀ ਗੱਲ, ਇਹ ਕਦੇ ਵੀ ਨੀ ਹੋ ਸਕਦੀ। ਨਹੀਂ ਨਹੀਂ, ਤੁਸੀਂ ਸੂਝਵਾਨ ਨਾ ਬਣੋ, ਤੁਸੀਂ ਸ਼ਰਧਾਵਾਨ ਹੀ ਬਣੋ। ਇਸੇ ਕਰਕੇ ਕਕਾਰ, ਇਸੇ ਕਰਕੇ ਇਹ ਚਿੰਨ ਦਿੱਤੇ ਜਾਂਦੇ ਆ। ਮੈਂ ਹਾਂ, ਰੋੜਾ ਉਹਦੇ ਵਿੱਚ ਕੰਧ ਲਾਏ ਟੱਕਾ ਆ, ਇਹ ਇਹ ਤੁਹਾਡੇ ਦਿਮਾਗ ਦੇ ਰਾਹ ਚ ਟੱਕਾ ਆ ਲਾਇਆ ਜਾਂਦਾ, ਬਸ ਤੁਹਾਨੂੰ ਹਾਂ ਮੁਰੇ ਮੋੜਾ ਇੱਕ ਇੱਕ ਰੋੜਾ ਅਟਕਾ ਤਾ ਜਾਂਦਾ, ਤੁਸੀਂ ਇੱਥੇ ਰੁਕ ਜਾਓ, ਇੱਥੇ ਤੱਕ ਹੀ ਸੀਮਿਤ ਰਹੋ। ਬਸ ਬਸ ਬਸ, ਨਹੀਂ ਤਾਂ ਤੁਸੀਂ ਰਾਤ ਵਾਲੀ ਘਟਨਾ ਮਤਲਬ ਦੇਖ ਕੇ ਤੁਹਾਨੂੰ ਉਦੇ, ਜਿੱਦਾਂ ਤੁਸੀਂ ਪਹਿਲਾਂ ਸ਼ੁਰੂ ਚ ਗੱਲ ਕਰਦੇ ਹੋ ਗੋਰੇ ਵਾਲੀ ਘਟਨਾ, ਜੇ 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 ਵਾਕਿਆ ਹੀ ਕੁਛ ਇਹਨਾਂ ਨੂੰ ਅਕਲ ਕਿਸੇ ਨੇ ਦਿੱਤੀ ਹੁੰਦੀ ਤਾਂ ਇਹ ਕੰਜਰ ਦੇ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਬੰਦ ਕਰ ਦਿੰਦੇ ਯਾਰ। ਜਾਣੀ ਮੈਂ ਕਹਿੰਦਾ ਦੇਖ, ਵਾਹਿਗੁਰੂ ਬੰਦ, ਇਹ ਕਹਿੰਦੇ ਮਰਨ ਤੋਂ ਨੀ ਡਰਦੇ ਅਸੀਂ ਨਾ, ਇੱਕ 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 ਜਣਾ ਉੱਠ ਕੇ ਦੋ ਧੱਕੇ ਮਾਰ ਦਿੰਦਾ ਉਹਨੂੰ, ਹਾਂ ਇਹਨਾਂ ਨੂੰ ਅਰੈਸਟ ਕਰ ਲੈਣਾ ਸੀ, ਇਹਨਾਂ ਨੂੰ ਅਰੈਸਟ ਕਰ ਲੈਣਾ ਸੀ, ਉਹਨੂੰ ਗੋਰੇ ਨੂੰ ਤੋੜ ਦੇਣਾ ਸੀ ਉਹਨੇ,
ਇਦਾਂ ਵੀ ਨਹੀਂ ਹੋਣੀ ਸੀ ਵੀ ਜੇ ਇਹ ਧੱਕੇ ਮਾਰਦੇ ਚੁੱਪ ਕਰਕੇ ਖੜਾ ਜਾਂਦਾ ਉਹਨੂੰ ਵੀ ਮਾਰ ਦੇਣਾ ਸੀ, ਦੋਵੇਂ ਅਰੈਸਟ ਕਰ ਲੈਣਾ ਸੀ, ਜਾਂ ਚੁੱਪ ਕਰ ਜਾਂਦੇ ਜਾਂ ਉਹਦੇ ਦੋ ਹੁੱਜਾ ਮਾਰ ਦਿੰਦੇ ਜਾਂ ਕਿਰਪਾਨਾ ਖਰਪੂਨਾ ਲੁਕੋ ਲੈਂਦੇ, ਇਹ ਕਹਿੰਦੇ ਪਿਛਵਾੜੇ ਦੇ ਦਿੰਦੇ, ਪਿਛਵਾੜੇ ਲੈ ਲੈਂਦੇ, ਇਹ ਕੋਈ ਨਾ ਕੋਈ ਕਰ ਲੈਂਦੇ, ਹੈ ਨੀ ਸਾਡੇ ਕੋਲ ਜਿਹੜਾ ਉਹ ਹੈਗਾ ਆ ਇੰਦਰਜੀਤ ਆ ਉਹਦਾ ਨਾਂ, ਜਿਹੜਾ ਉਦਣ ਕਹਿੰਦਾ ਸੀ ਟਰੱਕ ਚ ਲੱਗਾ ਸੀ ਨਾ ਕਰਨ ਪੇ, ਮੈਂ ਗੋਲੀ ਮਾਰੂ ਮੈਂ ਖਿਲਾਰ ਦੇਣਾ, ਉਹ ਜਦੋਂ ਪੁਲਿਸ ਚਲ ਗਈ ਉਹਦੇ ਕੋਲ, ਉਹ ਵੀਡੀਓ ਦੇਖੀ ਉਹਦੀ, ਸ਼ਿਕਾਗੋ ਜਾਣਾ, ਮੈਂ ਕਿਹਾ ਸ਼ਿਕਾਗੋ ਸ਼ਿਕਾਗੋ ਕੀ ਆ ਸਾਲਿਆ ਮੇਰਿਆ, ਭੇ ਤੂੰ ਤੂੰ ਉਦੋਂ ਕਹਿਣ ਲੱਗਾ ਸੀ ਵੀ ਮੈਂ ਜਾ ਕੇ ਇੱਦਾਂ ਗੋਲੀ ਮਾਰੂ ਮੈਂ ਕਰੂ, ਹੁਣ ਤੂੰ ਕਹਿੰਦਾ ਸ਼ਿਕਾਗੋ ਕੀ ਆ, ਟੱਕਰੇ ਕਰਕੇ ਦੋ ਟੁਕੜੇ ਕਰਕੇ ਤੂੰ ਕਹਿੰਦਾ ਸੀ ਤੋੜਨਾ ਆ, ਜਾਣੀ ਏਡੇ ਹਰਾਮੀ ਆ ਨਾ ਸੱਚੀ, ਇਹ ਤਾਂ ਸੱਚੀ ਇਹਨੀ ਤਾਂ ਭਰੋਸਾ ਦਵਾ ਤਾ ਵੀ ਨਹੀਂ ਯਾਰ ਗਿੱਲ ਸੂਰਮਾ ਹੀ ਸਿਖਾ ਜਾਣੀ, ਨਹੀਂ ਨਹੀਂ ਭਾਜੀ ਹੋਰ ਕੋਲ ਰਸਤਾ ਹੀ ਸੀਗਾ, ਆਪਾਂ ਗੱਲ ਕੀਤੀ ਸੀਗੀ ਨਾ ਬਾਹਰ, ਦੋ ਤਿੰਨ ਫੋਨ ਇਹਨੂੰ ਆ ਵੀ ਗਏ ਆ, ਉਹਦੇ ਉੱਤੇ ਚਲੋ ਆਪਾਂ ਕਿਸੇ ਫੇਰ ਬਿਹਰਾ ਵਾਲੇ ਬਾਰੇ ਵੀ ਗੱਲ ਕਰ ਦੇਣੀ ਪੂਰੀ ਚੰਗੀ ਤਰ੍ਹਾਂ, ਉਹ ਮੈਨੂੰ ਦੱਸਣ ਵਾਲੇ ਚਾਰ ਪੰਜ ਫੋਨ, ਕਿਉਂਕਿ ਕਹਿੰਦੇ ਤੂੰ ਗੱਲ ਕੀਤੀ ਉਹਨੇ ਸਾਰਾ ਹਿਸਟਰੀ ਕੱਢ ਕੇ ਰੱਖਤੀ ਮੇਰੇ ਮੋਹਰੇ, ਚਲੋ ਆਪਾਂ ਫਿਰ ਕਿਸੇ ਦਿਨ ਗੱਲ ਕਰਦੇ ਆ, ਤੇ ਹੁਣ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਇਹ ਕਰਤੂਤ ਜਿਹੜੀ ਹੈ, ਜੇ ਹੁਣ ਕੋਈ ਇਹਨਾਂ ਦਾ ਉੱਪਰ ਥੱਲੇ ਜਾਂ ਕਿਸੇ ਪਾਸੇ ਬੇਅਦਬੀ ਦਾ ਜਿਹਨੂੰ ਕਹਿੰਦੇ ਰੌਲਾ ਪਾਉਂਦੇ ਆ, ਅੰਦਰ ਅੰਦਰ ਉਹ ਗੁਰਮਤ ਦੀ ਗੱਲ ਕਰਦਾ ਉਹਨੂੰ ਕਹਿੰਦੇ ਸੀਗੇ ਕੁੱਕ, ਤੇ ਜਿਹੜਾ ਇਹਨੀ ਬਾਹਰੋਂ ਗੋਰੇ ਨੇ ਛਰੇਆਮ ਵਾਹਿਗੁਰੂ ਉੱਤੇ ਡਾਂਸ ਕਰਤਾ, ਮਤਲਬ ਨੱਚਦਾ ਨੰਗਾ ਹੋ ਗਏ, ਉਹਦਾ ਲੇਖਾ ਜੋਖਾ ਹੀ ਕਰਨਗੇ ਕਿਤੇ ਬੈਠ ਕੇ, ਤੇ ਏਦਾਂ ਹੋਣੀ ਨੀ ਚਾਹੀਦੀ, ਉਹ ਕੁਛ ਨਾ ਕੁਛ ਤਾਂ ਯਾਰ ਉਹਦੀ ਸਟੇਟਮੈਂਟ ਦੇ ਦਿੰਦੇ ਭੇ ਇੱਦਾਂ ਭਾਈ ਜੇ ਗਾਹਾਂ ਇੱਦਾਂ ਬੇਅਦਬੀ ਆ ਆ ਹਨਾ, ਤੇ ਇਹਦਾ ਮਤਲਬ ਹੁਣ ਜੇ ਇੱਦਾਂ ਮੁਜ਼ਾਹਰਾ ਕਰਦੇ ਹੋਣ ਮੋਹਰੇ ਕੋ ਬੰਦਾ ਢੋਲ ਲੈ ਕੇ 15-20 ਜਣੇ ਭੰਗੜਾ ਪਾਉਣ ਲੱਗ ਪੈਣ, ਫੇਰ ਕੀ ਕਰਨਗੇ ਇਹ, ਇਹੀ ਮੁੰਡਾ ਮੈਂ ਕਿਤੇ ਅੱਜ ਮੈਂ ਕਹਿੰਦਾ ਇੱਦਾਂ ਹੀ ਕਹਿੰਦਾ ਵਿੱਚ ਕਹਿੰਦਾ ਦੱਸੋ ਨਾ ਕੌਣ ਆ, ਕਹਿੰਦਾ ਇੱਥੇ 5-7 ਜਾਓ ਆਰਾਮ ਨਾਲ ਭੰਗੜਾ ਲਾਪਾ ਪਾ, ਨਹੀਂ ਹੁਣ ਪੁਲਿਸ ਵਾਲੇ ਨੇ ਕਹਿਣਾ ਕੁਛ ਨੀ, ਹੁਣ ਉਹਨਾਂ ਲਈ ਮਾਰੋ ਕਹਿੰਦੇ ਭਾ ਦਿੰਦਾ, ਉਹ ਵੀ ਬੰਦਾ ਉਹਨਾਂ ਦਾ ਹੀ ਹੈ ਡਾਂਸ ਕਰ ਰਿਹਾ, ਆਹ ਤੁਹਾਡੇ ਪਿੱਛੇ ਤੋਂ ਹਟ ਕੇ ਤੁਹਾਡੇ ਤੇ ਭਾਈ ਰਣਜੀਤ ਸਿੰਘ ਤੋਂ ਬਿਨਾਂ ਕੋਈ ਗਿਆਨ ਦੀ, ਕੋਈ ਅਕਲ ਦੀ, ਕੋਈ ਅੱਗੇ ਵਧਣ ਦੀ ਕੋਈ ਗੱਲ ਕਰੂਗਾ ਜਿਹਨੂੰ ਕਿਹੜੀ 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 ਕਹਿੰਦੇ ਅਕਲ ਦੀ, ਅਕਲ ਕੀ ਹੁੰਦੀ ਆ, ਗੋਲਡੀ ਨੂੰ ਪੁੱਛਣਾ ਅਕਲ ਕੀ ਹੁੰਦੀ ਆ, ਮਤਲਬ 3 ਸਾਲ ਚੁੱਪ ਕਰਿਆ ਰਿਹਾ ਉਹ ਨਾ, ਇੱਕ ਕਲਿੱਪ ਅਗਲੇ ਵਾਰੀ ਲਾਈਵ ਦੇ ਵਿੱਚ ਜਰੂਰ ਸੁਣਾਉਣਾ ਭਾਜੀ, ਜਿਹਦੇ ਵਿੱਚ ਕਹਿੰਦਾ ਨਾ ਅਸੀਂ 8 ਸਾਲ ਤੋਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਆਏ, ਹਾਏ 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 ਭਾਜੀ, ਜਿੰਨਾ ਚਿਰ ਏਦਾਂ ਦੀਆਂ ਜੱਬੜੀਆਂ ਮਾਰੀ ਜਾਣਗੇ ਤੇ ਲੋਕਾਂ ਦਾ ਧਿਆਨ ਇੱਧਰ ਰਹਿਣਾ, ਧੁੰਦੇ ਹੁਣ ਹੱਲ ਨੀ ਜਾਣਾ, ਇੱਦਾਂ ਹੀ ਧੁੰਮੇ ਹੋਣੀ ਆ, ਧੁੰਮੇ ਹੋਣੀ ਵੀ ਗੁਰਪ੍ਰੀਤ ਕੈਲੀਫੋਰਨੀਆ ਵਾਲਾ, ਦੂਜਾ ਆਇਆ ਇਹ ਜਿੰਦ ਬਟਾਲੀ, ਉਹ ਤਾਂ ਹੀ ਨਹੀਂ ਰੋਕਦੇ, ਉਹ ਕਹਿੰਦੇ ਇੱਧਰ ਜਿੱਦਾਂ ਹੁਣ ਇਹ ਹੈਗੀ ਆ ਦਲੇਰ ਕੌਰ ਪੇ, ਇਹ ਬਕਵਾਸ ਕਰੀ ਜਾਂਦੀ ਹੈ, ਇਹਦੇ ਦੁਆਲੇ ਹੋਏ ਵੀ ਅਸੀਂ ਬਚੇ ਹੋਵਾਂ, ਬਸ ਜੇ ਸਵਾਲ ਉਹਨੇ ਮਤਲਬ ਉਹ ਆਪਣੇ ਚਿੱਤੋਂ ਇਹ ਹੁੰਦਾ ਨਾ, ਕਈ ਵਾਰੀ ਬੰਦਾ ਬਹੁਤ ਬੰਦੇ ਜਿਹੜੇ ਬੇਵਕੂਫ ਹੁੰਦੇ ਨਾ, ਉਹ ਗੱਲ ਜਵਾਬ ਹੋਵੇ ਨਾ ਹੋਵੇ ਉਹਦਾ ਕੁਛ ਨਾ ਕੁਛ ਬੋਲਣਾ ਹੁੰਦਾ ਉਹਨੇ ਕਿਸੇ ਦੇ ਸਵਾਲ ਦੀ ਪਰਥਾਏ, ਉਹ ਉਹਨੂੰ ਹੀ ਜਵਾਬ ਸਮਝਦੇ ਆ ਬੋਲਣ ਨੂੰ ਵੀ, ਹੁਣ ਉਹ ਇਹ ਜਿਹੜੇ ਅੰਦਰ ਪਿੱਛੇ ਬੈਠੇ ਆ ਇਹ ਉਹਨੂੰ ਇਹ ਵੀ ਕਮੀਣੇ ਆ, ਇਹਨਾਂ ਨੂੰ ਪਤਾ ਕੁਛ ਨਾ ਕੁਛ ਬੋਲਦੇ, ਕਹਿਣੇ ਨੂੰ ਤਾਂ ਹੈਗਾ ਉਹ ਬੋਲੀ ਜਾਂਦੇ ਅਸੀਂ ਬਚੇ ਹਾਂ, ਜਵਾਬ ਕੋਈ ਨੀ ਹੈਗਾ, ਪਰ ਕੋਈ ਨਾ ਕੁਛ ਬੋਲਦੇ ਤਾਂ ਹੈਗੇ, ਨਹੀਂ ਤਾਂ ਲੋਕਾਂ ਨੇ ਗੱਲ ਨੂੰ ਪਾ ਜਾਣਾ, ਤੇ ਅੰਦਰੋਂ ਬੋਲੋ ਤਾਂ ਸਹੀ, ਆਗੂਆਂ ਦਾ ਜਿਹੜਾ ਦਿਮਾਗ ਆ ਉਹ ਗੋਲਡੀ ਤਾਂ ਬਲਰਾਜ ਵਰਗਾ ਆ, ਹਾਂਜੀ, ਤੇ ਹੁਣ ਜਿਹੜੇ ਪਿੱਛੇ ਲੱਗੇ ਉਹ ਰਵਿੰਦਰ ਹੁਣੀ ਬਾਕੀ ਦੂਜੇ ਉਹ ਗਿਆਨੀ ਸਿੰਘ ਆ, ਉਹਨਾਂ ਦਾ ਕਿੱਦਾਂ ਦਾ ਹੋਊਗਾ,
ਗਿਆਨੀ ਸਿੰਘ ਨੂੰ ਤਾਂ ਮੈਂ ਜਾਣਦਾ, ਉਹ ਪਾਠ ਹੀ ਸਾਰੀ ਜ਼ਿੰਦਗੀ 52 ਸਾਲ ਪਾਠ ਹੀ ਰਿਹਾ, ਪਾਠ ਹੀ ਕਰਦਾ ਰਿਹਾ ਉਹ। ਆਹੋ ਉਹਨਾਂ ਨੂੰ ਤਾਂ ਲੱਗਣਾ ਨਾ ਵੀ ਜਿਹੜਾ ਕੰਮ ਇਹ ਬੋਲਣ ਲਈ ਬਰਾਜ ਹੋਣੀ ਵੀ ਵਾਹ ਜੀ ਵਾਹ, ਹੁਣ ਦਿਓ ਜਵਾਬ ਜਰਾ। ਹਾਂ ਜੇ 52 ਸਾਲ ਪਾਠ ਕਰਕੇ ਪਾਠ ਜੇ ਹੁੰਦਾ ਕੁਛ ਏਦਾਂ ਦਾ ਤਾਂ ਖੁੱਲ ਜਾਣਾ ਸੀਗਾ, ਜੇ 52 ਸਾਲ ਪਾਠ ਕਰਕੇ ਇੰਡੀਆ ਦੇ ਵਿੱਚ ਨਹੀਂ ਖੁੱਲਿਆ ਪਾਠੀ ਬਣ ਕੇ ਦਿਮਾਗ, ਤਾਂ ਹੁਣ ਹੁਣ ਕਿੱਥੋਂ ਖੁੱਲ ਜੂਗਾ ਪੋਸਟਾਂ ਪਰ, ਹੁਣ ਕਿੱਥੋਂ ਅਗਲਾ ਜਾਣੀ ਯਾਰ। ਨਾਲੇ ਚਲੋ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਆ, ਸਾਡੇ ਲੋਹਗੜ ਵਾਲੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਧੁੰਦਾ ਗੋਲਡੀ ਬਲਰਾਜ ਹੋਣਾ ਬਾਰੇ ਕੀ ਸਟੇਟਮੈਂਟ ਦਿੰਦਾ ਹੁੰਦਾ ਸੀ ਇੱਥੇ ਆ ਕੇ, ਚੰਗੀ ਤਰ੍ਹਾਂ ਪਤਾ ਆ ਸਾਨੂੰ, ਕੋਈ ਹੈਰਾਨੀ ਥੋੜਾ ਹੁੰਦੀ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਆ ਉਹ। ਤੁਸੀਂ ਤਾਂ ਧੁੰਦੇ ਨੀ, ਮੈਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜਾ ਸਿੰਘ ਆ, ਪਰ ਨਹੀਂ ਹੁਣ ਚੁੱਪ ਹੈ, ਚੁੱਪ ਹੈ ਉਹ ਜਿਹੜੀ ਮੈਂ ਪਹਿਲਾਂ ਗੱਲ ਕਹਿੰਦਾ ਵੀ ਕੋਈ ਜਵਾਬ ਦੇ ਰਿਹਾ ਉਹਨਾਂ ਚਿਰ ਸ਼ਾਂਤੀ ਬੋਲ, ਮਤਲਬ ਸਾਡੇ ਨਾ ਪਿੰਡ ਇੱਕ ਬੰਦਾ ਹੁੰਦਾ ਉਹ ਗੱਲਾਂ ਗੱਲਾਂ ਚ ਕਿਸੇ ਨੂੰ ਬਾਰੇ ਨਾ ਆਣ ਦਿੰਦਾ, ਬਾਕੀਆਂ ਨੇ ਸਲਾਹ ਲਾ ਲੈਣੀ ਵੀ ਤੁਸੀਂ ਜਦੋਂ ਉਹ ਗੱਲ ਕਰੋ ਜਦੋਂ ਦੂਆ ਗੱਲ ਪਾਸੇ ਦੀ ਹੋਵੇ ਨਾ ਹੋਵੇ ਹੱਸਣਾ ਉਹਨੂੰ ਚੁੱਪ ਕਰਾਉਣਾ, ਬਸ ਇਹ ਵੀ ਉਹ ਸਾਡੇ ਹੋਰ ਜਦੋਂ ਕੋਈ ਰਾਸਤਾ ਨੀ ਬਚਦਾ ਫਿਰ ਕਹਿੰਦੇ ਆ ਵੀ ਹੁਣ ਗੋਲਡੀ ਉੱਦਾਂ ਵੀ ਰੇਡੀਓ ਕਰਤਾ ਕਹਿ ਦਿੰਦਾ ਤਾਂ ਕਹਿ ਦੇ ਦਿੱਤਾ ਜਵਾਬ ਇਰਥੇ ਨੂੰ, ਹਾਂ 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 ਦੇ ਦਿੱਤਾ ਜਵਾਬ, ਇਹ ਇੰਨੇ ਜੇ ਖੁਸ਼ ਹੋ ਜਾਂਦੇ ਵੀ ਕੁਛ ਬੋਲਿਆ ਤਾਂ ਹੈ ਨਾ, ਸਾਡੀ ਜਾਨ ਤਾਂ ਬਚੀ ਹੋਈ ਨਾ। ਮੈਂ ਦੇਖਿਆ ਉਹ ਗੁਰਜਨ ਸਿੰਘ ਜੂਣ ਵਾਲੇ ਦੀਆਂ ਉਹ ਤੁਸੀਂ ਉੱਧਰ ਕੈਦ ਪੋਸਟ ਪਾ ਦਿੱਤੀ ਸੀਗੀ ਨਾ, ਉਹ ਉਹਦੀ ਪੋਸਟ ਸ਼ੇਅਰ ਕੀਤੀ ਸੀਗੀ ਉਹਨੇ ਗੁਰਜੰਟ ਸਿੰਘ ਦੀ, ਗੁਰਜੰਟੇ ਦੀ ਆਹੋ, ਉਹਨੇ ਉਹੀ ਪੋਸਟ 4 ਵਾਰੀ ਸ਼ੇਅਰ ਕਰਤੀ ਬਸ ਵੀ ਜਿੱਦ ਨਾਲ ਇੱਦਾਂ ਹਨਾ, ਹਰੇਕ ਤੋਂ ਲਾਹੋ ਪਾਹੋ ਕਰਵਾਈ ਆ ਜਾਣੀ, ਆਪਣਾ ਹੀ ਆਪਣਾ ਮਹਿਲ ਜਿਹੜਾ ਧੱਕੇ ਧੌੜੇ ਖਾਂਦੇ ਨੇ ਬਣਾ, ਉਹ ਵੀ ਢਾ ਕੇ ਬਹਿ ਗਏ, ਆਪਣਾ ਹੀ ਢਾ ਕੇ ਬੈਠ ਗਏ। ਸਾਡੀ ਜਿੱਦ ਦੇ ਵਿੱਚ ਤੂੰ ਜੇ ਗਜੰਟੇ ਦੀ ਪੋਸਟ ਸ਼ੇਅਰ ਕਰੂਗਾ ਮੂਰਖਾ, ਤੈਨੂੰ ਦੇਖਣੇ ਵਾਲਾ ਕੀ ਕਹੂਗਾ, ਬੇਅਕਲੇ ਹੀ ਕਹੂਗਾ ਤੈਨੂੰ, ਫਿਰ ਕਹਿਣਾ ਉਹੀ ਡਰਾਈਵਰ ਹੀ ਰਿਹਾ ਫਿਰ ਤੂੰ, ਹੈ ਨੀ ਅਕਲ ਕੁਲ ਯਾਰ ਹੁੰਦੀ ਕੁਛ ਕਰਨਾ ਲੈਂਦੇ ਇੰਨੇ ਵਾਲੇ ਆ, ਉਹ ਤਾਂ ਸੂਦ ਲੋਕਾਂ ਦਾ ਪੈਸਾ ਸੀਗਾ, ਖੁੱਲਾ ਪੈਸਾ ਮਿਲਿਆ ਸੂਤ ਆ ਗਿਆ ਇਹਨਾਂ ਦਾ, ਬਸ 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 ਉਹ ਕਾਰਨ ਇਹ ਵੀ ਜਾਂ ਤਾਂ ਅਸੀਂ ਬੋਲੀਏ ਜਾਂ ਆਪ ਫਿਰ ਬੋਲੀ ਹੁੰਦਾ ਤੇ ਕੋਈ ਹੋਰ ਬੋਲੇ ਨਾ, ਬਸ ਉਹ ਇੱਕ ਸਰਚਾਂਦ ਸਿੰਘ ਦੀ ਉਹ ਮੇਰੇ ਦਿਮਾਗ ਚ ਆ ਗਈ ਗੱਲ, ਜਦੋਂ ਇੱਕ ਉਹਨੂੰ ਕੋਈ ਪੱਤਰਕਾਰ ਪੁੱਛਣ ਗਿਆ ਵਾ ਸੀਗਾ, ਹਾਂਜੀ, ਤੇ ਵੇਟਰ ਦੀ ਗੱਲ ਕਰਦਾ ਸੀਗਾ ਵੀ ਧੁੰਮਾ ਵੇਟਰ ਕਾਹਤੇ ਆ, ਉਹ ਕਹਿੰਦਾ ਨਹੀਂ ਆਏਗਾ ਇਹਨੂੰ ਅਸੀਂ ਇੱਦਾਂ ਕਹਿੰਦਾ ਚਾਹ ਇੱਦਾਂ ਚਕਾਉਂਦੀ ਆ, ਪਰ ਲੋਕ ਚਾਹ ਪਾਣੀ ਤਾਂ ਪਿਲਾਇਆ ਜਾਂਦਾ ਨਾ, ਓਹੋ ਅਸੀਂ ਵੀ ਸੋਚਿਆ ਨੀ ਯਾਰ ਇੱਦਾਂ ਭਾਈ ਘਨੱਈਆ ਜੀ ਕਿੱਦਾਂ ਸੇਵਾ ਕਰਦੇ ਰਹੇ, ਉਹ ਤਾਂ ਠੀਕ ਆ ਗੱਲ ਫੇਰ ਉਹਨਾਂ ਦੀ, ਹਾਂ ਉਹ ਭਾਈ ਘਨੱਈਆ ਜੀ ਮੈਨੇ ਠੀਕ ਤਾਂ ਹੈ, ਕਹਿੰਦਾ ਘਰ ਆਏ ਨੂੰ ਤਾਂ ਕੋਈ ਆ ਜਾਵੇ ਚਾਹ ਪਿਲਾਉਣੀ ਪੈਂਦੀ ਆ ਨਾ, ਨਾਲੇ ਜੇ ਗਿੱਲ ਗਿੱਲ ਆਵੇ ਬਾਦਲ ਆਵੇ ਫੇਰ ਤਾਂ ਬਿਲਕੁਲ ਹੀ ਪਿਲਾਉਣੀ ਪੈਂਦੀ ਆ, ਮੈਂ ਉਹੀ ਉਹੀ ਗੱਲ ਮੈਂ ਕਰਨਾ ਵੀ ਜਦੋਂ ਤੁਸੀਂ ਇੱਥੇ ਤਾਂ ਇਹ ਨੁਕਤਾ ਲਾ ਲਿਆ ਵੀ ਆਇਆ ਸੀਗਾ ਗਿੱਲ ਤਾਂ ਉਹਦਾ ਸਤਿਕਾਰ ਕਰਨਾ ਬਣਦਾ ਸੀਗਾ, ਘਰ ਆਏ ਨੂੰ ਕੋਈ ਨੀ ਮਾਰਦਾ ਕਹਿੰਦਾ ਕੁਛ ਵੀ ਹਨਾ, ਬਣਦਾ ਬਣਦਾ ਨਾਲੇ ਉਹ ਡਾਂਗ ਪਤਾ ਕਿੱਦਾਂ ਫੇਰਦਾ ਹੋਣਾ ਉਹ, ਹਾਂ ਪਰ ਫਿਰ ਭਿੰਡਰਾਂ ਵਾਲੇ ਨੇ ਅਟਵਾਲ ਨੂੰ ਕਹਿੰਦੇ ਨੀ ਚਾਹ ਪਾਣੀ ਪਿਲਾਇਆ, ਉਦੋਂ ਚੱਲਦੀ ਸੀ ਨਾ ਉਦੋਂ ਨਾਲ, ਨਹੀਂ ਨਹੀਂ ਚਾਹ ਪਾਣੀ ਨਾ ਵੀ ਪਿਲਾਉਂਦੇ ਜੇ ਨਾ ਉਦੋਂ ਅਟਵਾਲ ਜੈਨੂਨ ਤਰੀਕੇ ਨਾਲ ਮੁੜ ਜਾਂਦਾ ਤੇ ਸ਼ਾਇਦ ਠਾਕਰ ਸੂ ਨੂੰ ਇੰਨਾ ਮਜਬੂਰ ਨਾ ਕਰਦੇ ਉਹ ਕਿ ਗਿੱਲ ਦੇ ਗਲ ਚ ਸਰੋਪਾ ਪਾਉਣਾ ਪੈਂਦਾ, ਜੇ ਅਟਵਾਲ ਨੂੰ ਆਮ ਸ਼ਰਧਾਲੂਆਂ ਵਾਂਗ ਮੁੜ ਕੇ ਜਾਣ ਦਿੰਦੇ ਤੇ ਧੁੰਮੇ ਦੀ ਇੰਨੀ ਮਾੜੀ ਹਾਲਤ ਨਾ ਕਰਦੇ, ਉਹ ਮਜਬੂਰ ਕਰਕੇ ਬਾਦਲ ਦੇ ਪੈਰਾਂ ਚ ਬਿਠਾਉਂਦੇ, ਫਿਰ ਠਾਕਰ ਸੂ ਤੇ ਧੁੰਮਾ ਵੀ ਭਿੰਡਰਾਂ ਵਾਲੇ ਵਾਂਗ ਆਮ ਆਮ ਮੁਖੀਆਂ ਵਾਂਗ ਰਹਿਣੇ ਸੀ ਉਹ, ਆਹੋ ਇੱਦਾਂ ਥੋੜੋ ਕਰਨੀ ਸੀ ਵੀ ਭਿੰਡਰਾਂ ਵਾਲੇ ਮੁੰਡੇ ਕੋਲ ਸਟੇਟਮੈਂਟ ਇਹਨਾਂ ਦੇ ਕਦੇ ਸੁਣਿਆ ਅਖਬਾਰਾਂ ਚ ਉਹਨਾਂ ਵੱਲੋਂ, ਬਸ ਸਰੋਪਾ ਦੇਣ ਨੂੰ ਘੋਗਿਆਂ ਨੂੰ ਖੜੇ ਕਰ ਦਿਓ, ਪੈਸੇ ਫੜਾ ਦਿਓ ਥੈਲੀ ਉਹ ਜੇਬ ਚ ਪਾ ਕੇ ਚੱਲ ਜਾਂਦੇ ਆ, ਚੱਕੀ ਫਿਰਦੇ ਜੀ ਸਾਰਾ ਕੁਛ ਚੱਕੀ ਫਿਰਦੇ ਆ, ਉਹ ਤਾਂ ਜਿੰਨੇ ਬਾਹਰ ਬੈਠੇ ਆ ਨੱਕ ਚ ਨਕੇਲ ਪਾ ਕੇ ਰੱਖ ਲਏ ਆ ਉਹਨੀ, ਨਾਲੇ ਜਦੋਂ ਜਦੋਂ ਤੁਸੀਂ ਨਾ ਉਹੀ ਤਾਂ ਗੱਲ ਆ ਵੀ ਅਕਲ ਔਕਾਤ
ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਤੁਸੀਂ ਕਰਦੇ ਨੀ ਹੁੰਦੇ ਗੱਲ, ਇਹ ਵਾਕਿਆ ਸਹੀ ਗੱਲ ਆ। ਜਦੋਂ ਬੰਦਾ ਅਕਾਤ ਤੋਂ ਬਾਹਰ ਚਲ ਜਾਂਦਾ ਨਾ, ਫਿਰ ਇਹੀ ਹੁੰਦਾ, ਉਦੋਂ ਵੀ ਇਹ ਬੰਦੇ ਨੇ ਅਕਾਤ ਤੋਂ ਬਾਹਰ ਹੋ ਕੇ ਉਹਦਾ ਕਤਲ ਕੀਤਾ ਸੀਗਾ। ਜਦਕਿ ਉਹ ਕਿਸੇ ਵੀ ਤਰ੍ਹਾਂ, ਦੇਖੋ ਹੁਣ ਬਾਅਦ ਦੇ ਵਿੱਚ ਉਹ ਜਿਹੜਾ ਆਹ ਇਹਨਾਂ ਦਾ ਦੂਜਾ ਆ ਸਮੇਧ ਸੈਣੀ ਆ, ਉਹ ਖੰਡ ਪਾਠ ਕਰਾ ਕੇ ਆਇਆ ਉੱਥੇ ਦਰਬਾਰ ਸਾਹਿਬ ਚ ਬਾਅਦ ਚ। ਹਾਂ ਹੁਣ ਹੈਨਾ, ਜਿਹਦੇ ਨਾਲ ਬਾਦਲ ਦਾ ਸੁਖਬੀਰ ਬਾਦਲ ਵੀ ਤੁਰਿਆ ਫਿਰਦਾ ਹੈ ਨਾ, ਹੁਣ ਬਾਲ ਗੰਗਾ ਕਰਕੇ ਦਿਖਾਉਂਦਾ ਤਾਂ ਕੋਈ ਉਹਦਾ। ਉਦੋਂ ਜਿਹੜਾ ਅਟਵਾ ਰਿਹਾ ਉਹ ਤਾਂ ਮਾਰਿਆ ਵੀ ਕੋਈ ਨੀ ਹੋਣਾ, ਉਦੋਂ ਤਾਂ ਹਜੇ ਮਰਿਆ ਵੀ ਕੋਈ ਨੀ ਸੀਗਾ। ਇਹਨੇ ਤਾਂ ਤੁਹਾਡੇ ਮਾਰ ਐ ਸਿੱਟੇ ਪਏ ਆ, ਖਿਲਾਰੀਆਂ ਪਈਆਂ ਲਾਸ਼ਾਂ ਪੰਜਾਬ ਚ ਸਮੇਧ ਸੈਣੀ ਨੇ, ਉਹਦੇ ਉਹਦੇ ਖੰਡ ਪਾਠ ਕਰਾ ਦਿੱਤਾ ਕਿ ਨਹੀਂ ਅਗਲੇ ਨੇ ਜੂਤ ਨਾਲ। ਜੇ ਅਟਵਾਲ ਵੀ ਜੂਤ ਚਾਹੁੰਦਾ ਜਾਂਦਾ ਫਿਰ ਉਹਨੂੰ ਕਰਾਇਆ ਦੇਣਾ ਸੀ, ਪਰ ਉਹ ਦੇਖ ਲਓ ਉਹਦੀ ਸ਼ਰਾਫਤ ਦਾ ਹਾਲ ਦੇਖ ਲਓ ਤੁਸੀਂ ਕੀ ਕੀਤਾ ਉਸ ਬੰਦੇ ਨੂੰ ਮਾਰਨ ਲੱਗਿਆ ਨੇ। ਮਤਲਬ ਹੱਥ ਹੱਥ ਵਿੱਚ ਪ੍ਰਸ਼ਾਦ ਫੜਿਆ ਵਾ, ਪਰਕਰਮਾਂ ਦੇ ਵਿੱਚ ਕਿਹੜੀ ਬਹਾਦਰੀ ਹੈ ਗੋਲੀ ਮਾਰ ਦੇਣੀ ਪਰਕਰਮਾਂ ਦੇ ਵਿੱਚ। ਹਰ ਥਾਂ ਤੇ ਕਮੀਣਗੀ ਆ, ਪਿੱਠ ਧੋਖੇ, ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਛੁਰਾ ਮਾਰਿਆ ਆ, ਬਸ ਏਦਾਂ ਹੀ ਹਰ ਥਾਂ ਤੇ ਕੀਤਾ, ਧੋਖਾ ਦੇ ਕੇ ਵਸਾ ਕੇ ਮਾਰਿਆ ਇਹਨੀ। ਬਿਲਕੁਲ ਜੀ, ਸਾਫ ਜਿਹੀ ਗੱਲ ਆ ਵੀ ਇਹਨੀ ਉਹ ਜਿਹੜਾ ਆ ਉਹ ਉੱਥੇ ਇਹਨਾਂ ਦਾ ਸਥਾਨ ਸੀਗਾ, ਇਹਨਾਂ ਦੀ ਉੱਥੇ ਰਜਨੀ ਠੀਕ ਹੋਈ ਹੈ, ਇਹਨਾਂ ਦੇ ਉੱਥੇ ਸਤਯੁਗ ਦੇ ਉਹ ਜਿਹੜਾ ਸਮੁੰਦਰ ਰਿੜਕਿਆ ਸੀਗਾ, ਉਹ ਜਿਹੜਾ ਨਿਕਲਿਆ ਸੀਗਾ ਨਾ ਅੰਮ੍ਰਿਤ ਹੈਨਾ, ਉਹ ਉੱਥੇ ਦੱਬਿਆ ਵਾ। ਇਹਨਾਂ ਦਾ ਹਨੂੰਮਾਨ ਜਦੋਂ ਪਹਾੜੀ ਲੈ ਕੇ ਜਾਂਦਾ ਸੀਗਾ ਉਹ ਮਿੱਟੀ ਉੱਥੇ ਡਿੱਗੀ ਹੋਇਆ। ਇਹਨਾਂ ਦਾ ਸੰਤੋਖਾ ਸਤਯੁਗ ਚ ਉੱਥੇ ਬੈਠਾ ਸੀਗਾ, ਗੁਰੂ ਸਾਹਿਬ ਦਾ ਕੋਈ ਲੈਣਾ ਦੇਣਾ ਨੀ ਸੀਗਾ। ਮੁੜ ਕੇ ਜਦੋਂ ਜਦੋਂ ਵੀ ਇਹਦੇ ਉੱਤੇ ਆਂਚ ਆਈ ਆ, ਇਹ ਮਰਨ ਮਿਟਣ ਮਰਨ, ਇਹਨਾਂ ਦਾ ਵਿਸ਼ਨੂੰ ਟੋਕਰੀ ਢੋਕੇ ਗਿਆ, ਇਹਨਾਂ ਦਾ ਵਿਸ਼ਨੂੰ ਟੋਕਰੀ ਢੋਦਾ ਰਿਹਾ ਆ। ਗੁਰੂ ਤਾਂ ਟੋਕਰੀ ਵੀ ਨੀ ਢੋਈ, ਮੁੜ ਕੇ ਇਹਨੀ ਤਾਂ ਗੁਰੂ ਪਾਤਸ਼ਾਹ ਨੇ ਤਾਂ ਮੂੰਹ ਵੀ ਨੀ ਯਾਰ ਕੀਤਾ ਕਿਸੇ। ਜਦੋਂ ਇੱਕ ਵਾਰੀ ਚੜਦਾ ਜਿੱਥੋਂ ਗਾਹਾਂ ਤੇ ਗਾਹ ਜਾਂਦੇ ਉਹਦੇ ਦੁਆਰਾ ਗਏ ਤੱਕ ਨਹੀਂ। ਨਹੀਂ, ਇਹਨਾਂ ਕੰਜਰਾਂ ਨੇ ਸਾਡੇ ਗੁਰੂ ਸਾਹਿਬ ਵਰਗੇ ਕੱਪੜੇ ਪਾ ਲਏ, ਜਾਣੀ ਬਸ ਦਾੜੀਆਂ ਦੁੜੀਆਂ ਰੱਖ ਕੇ ਪੰਗਾਂ ਬੰਨ ਲਈਆਂ, ਹੋਰ ਕੱਖ ਨੀ ਹੈਗਾ, ਸਾਰਾ ਉਹ ਵਿਸ਼ਨੂੰ ਵਾਲੇ ਹੀ ਆ ਇਹ। ਜਾਂ ਕੱਪੜੇ ਵੀ ਬਸ ਉਹਨੇ ਇਹਨੀ ਬਣਾ ਲਏ ਵੀ ਇੱਦਾਂ ਦੇ ਪਾਉਂਦੇ ਸੀਗੇ, ਉਹਨਾਂ ਦਾ ਤਾਂ ਸਮੇਂ ਦਾ ਕੱਪੜੇ ਸੀਗੇ। ਜੇ ਅੱਜ ਤਾਂ ਸ਼ਾਇਦ ਸਾਡੇ ਗੁਰੂ ਦਾ ਪੈਂਟ ਕੋਟ ਪਾ ਕੇ ਫਿਰਦੇ, ਕੀ ਪਤਾ ਆ। ਨਾ ਨਾ, ਪੱਕਾ 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 ਉਹ ਸਰਫਿੰਗ ਕਰਦੇ ਹੋਣੇ ਸੀ, ਸਾਰਾ ਕੁਛ ਕਰਨਾ ਸੀ ਉਹਨੀ ਤਾਂ ਅੱਜ ਦੇ ਸਮੇਂ ਚ ਬਿਲਕੁਲ ਹੋਣਾ ਸੀਗਾ, ਕਿਉਂ ਨੀ ਹੋਣਾ ਸੀਗਾ, ਉਹ ਕਿਸੇ ਨੂੰ ਘੱਟ ਸੀ। ਅਗਲਿਆਂ ਨੇ ਜਿੱਦਾਂ ਤੁਹਾਨੂੰ ਪਿਆਰ ਜੀ ਨੇ ਆਪਣੇ ਆਪਣੇ ਥੱਲੇ ਲਾ ਕੇ ਉਹ ਤੁਹਾਨੂੰ ਆਪਣੇ ਉਹ ਕੁੰਡੇ ਚ ਬੰਨ ਕੇ, ਕਿਉਂਕਿ ਪੂਜਾ ਖਾਣੀ ਆ, ਉਹਨੂੰ ਤੁਹਾਨੂੰ ਰੱਖਣਾ ਏਦਾਂ ਆ। ਅਗਲੇ ਨੇ ਆਪਣਾ ਪਾਣੀ ਵੀ ਵੇਚਣਾ, ਅਗਲੇ ਨੇ ਆਪਣੇ ਬੇਰੀ ਦੇ ਬੇਰ ਸੱਕ ਵੇਚਣੇ ਆ, ਅਗਲੇ ਨੇ ਜੁੱਤੀਆਂ ਦੀ ਮਿੱਟੀ ਰਾਖ ਵੇਚਣੀ ਆ, ਤੁਹਾਡੀਆਂ ਉਹ ਤੁਹਾਡੀਆਂ ਜੁੱਤੀਆਂ ਦੀ ਧੂੜ ਤੁਹਾਡੇ ਸਿਰ ਤੇ ਪਾਣੀ ਅਗਲੇ ਨੇ। ਅਗਲੇ ਦਾ ਕੀ ਜਾਂਦਾ ਯਾਰ ਜਿਹਨੂੰ ਇੰਨੇ ਪੈਸੇ ਮਿਲਦੇ ਹੁਣ। ਨਾ ਨਾ, ਨਾਲੇ ਨਾ ਇੱਕ ਕੰਮ ਹੋਰ ਕਰਨ ਜੀ ਇਹ ਟਕਸਾਲੀ, ਹਾਂਜੀ, ਆਉਣ ਵਾਲੇ 3-4 ਮਹੀਨੇ ਚਲੀ ਵਿਸਾਖੀ ਤਾਈ, ਹਾਂਜੀ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਕੰਟਰੀਆਂ ਦੇ ਵਿੱਚ ਇੱਕ ਇੱਕ ਥਾਂ ਦੇ ਉੱਤੇ ਇੱਕ ਕੋਈ ਕਾਨਫਰੰਸ ਕਰਨ, ਇਹ ਜਿਹਦੇ ਵਿੱਚ ਇਹ ਕੋਸ਼ਿਸ਼ ਕਰਨ ਪਏ ਸਾਰੇ ਜਿੰਨੇ ਲੋਕ ਇਹਨਾਂ ਨੂੰ ਫੋਲੋ ਕਰਦੇ ਪਿੰਡਾਂ ਵਾਲੀ ਦੀ ਸੋਚ ਤੇ ਖੜੇ ਆ, ਉਹਨਾਂ ਨੂੰ ਇਕੱਠੇ ਕਰਨ ਇੱਕ ਥਾਂ, ਇਹ ਇਕੱਠੇ ਕਰਕੇ ਦਿਖਾਉਣ ਪਏ ਇਹਨਾਂ ਕੋਲ ਕੀ ਆ। ਮੈਂ ਕਹਿੰਦਾ ਇਹ 500 ਤੋਂ ਵੱਧ ਬੰਦਾ ਨੀ ਇਕੱਠਾ ਕਰ ਸਕਦੇ ਕਿਤੇ ਵੀ, 500 ਵੀ ਇਹਨਾਂ ਨੂੰ ਆਪਣੇ ਨਿਆਣੇ ਤੀਵੀਆਂ ਮਜਬੂਰ ਕਰਕੇ ਲੋਕ ਲਿਆਉਣੇ ਪੈਣਗੇ, ਨਹੀਂ ਤਾਂ ਕੋਈ ਵੀ ਬੰਦਾ, ਅਸੀਂ ਚਲੋ ਹੁਣ ਤਾਂ 1.25 ਘੰਟਾ ਆ, ਠੀਕ ਹੈ, ਮੂਹਰੇ ਆਉਣ ਵਾਲੇ ਦਿਨਾਂ ਚ ਪ੍ਰੋਗਰਾਮ, ਕੋਈ ਵੀ ਟਕਸਾਲੀ ਸਾਨੂੰ ਆ ਕੇ ਦੱਸਦਾ ਵੀ ਇਹਨਾਂ ਦੀ ਔਕਾਤ ਕੀ ਆ, ਇੱਕ ਕੁੱਤੇ ਤੋਂ ਵੱਧ ਕੋਈ ਔਕਾਤ ਨੀ ਇਹਨਾਂ ਦੀ। ਹਾਂਜੀ, ਨਹੀਂ ਉਹ ਅਮਰੀਕਾ ਦੇ ਵਿੱਚ ਹੁਣ ਸੈਕਰਾਮੈਂਟੋ ਜਦੋਂ ਗੋਰਾ ਨੱਚ ਰਿਹਾ ਆ, ਉੱਥੋਂ ਇਹਨਾਂ ਦੀ ਔਕਾਤ ਔਕਾਤ ਇਹਨਾਂ ਦੀ ਸਿਰਫ ਡੀਂਗਾ ਮਾਰਦੇ ਆ, ਫੱਲਾ ਮਾਰਦੇ ਆ, ਢਾਡੀ ਆ, ਚਾਹੇ ਜਿੰਨੇ ਪਾਟੜੇ ਇਕੱਠੇ ਹੋਏ ਆ ਨਾ, ਹੁਣ ਗੁਰਲਾਲ ਹੁਣੀ ਆ, ਉਦੋਂ ਜੋਗਾ ਸੀਗਾ, ਸੰਦੀਪ ਸੀਗਾ, ਬੰਦਿਆਂ ਦੀ ਸ਼ਕਲ ਇੱਦਾਂ ਦੇਖ ਕੇ ਤੁਹਾਨੂੰ ਲੱਗਦਾ ਹੈ ਕੋਈ ਔਕਾਤ? ਬਸ ਨਿਹੰਗ ਸਿੰਘ, ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਟਕਸਾਲ ਗੁਰੂ ਸਾਹਿਬ ਤੋਂ ਚੱਲੀ, ਉਹ ਆਏ, ਗੁਰੂ ਸਾਹਿਬ ਨੇ ਥਾਪੜਾ, ਗੁਰੂ ਸਾਹਿਬ ਨੇ ਹਥਿਆਰ ਦਿੱਤੇ ਆ, ਗੁਰੂ ਸਾਹਿਬ ਨੇ ਮਰਿਆਦਾ ਚਲਾਈ ਆ, ਉਹ ਏਦਾਂ ਦੀਆਂ ਗਪੌੜਾਂ ਮਾਰ ਮਾਰ ਕੇ ਲੋਕਾਂ ਦੇ ਸਿਰਾਂ ਤੇ ਬੈਠੇ ਆ।
ਹੈਲੋ ਹੈਲੋ ਹਾਂਜੀ ਭਾਜੀ ਹਾਂਜੀ ਹਾਂਜੀ ਮੈਂ ਕਿਹਾ ਭਾਜੀ ਤੁਹਾਡੇ ਕੋਲ ਸਰੋਤਾ ਤਾਂ ਨੀ ਕੋਈ ਨਾਲ ਨਹੀਂ ਨਹੀਂ ਅੱਛਾ ਮੈਂ ਇੱਕ ਹੋਰ ਗੱਲ ਕਰਨੀ ਸੀਗੀ ਹਾਂ ਕਰੋ ਕਰੋ ਤੁਹਾਡੀ ਆਵਾਜ਼ ਕੱਟ ਹੋਈ ਜਾਂਦੀ ਆ ਅਸੀਂ ਲਾਈਏ ਫੋਨ ਤੁਹਾਨੂੰ ਹਾਂ ਮੇਰੇ ਦੂਜੇ ਭਾਜੀ ਮੇਰੇ ਆਪਣੇ ਫੋਨ ਵਾਲੇ ਫੋਨ ਨੂੰ ਪ੍ਰੋਬਲਮ ਆਵੇ ਘਰ ਕੋਈ ਨੀ ਕੋਈ ਨੀ ਕੋਈ ਨੀ ਲਾਦੇ ਲਾਤਾ 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 108 ਤੇ ਤੁਸੀਂ ਉਹਨਾਂ ਨੂੰ ਚਲ ਗਏ ਤੁਸੀਂ ਧੰਨਵਾਦ ਜੀ ਤੁਹਾਡਾ ਤੇ ਇੱਕ ਆਪਾਂ ਸਤਨਾਮ ਸਿੰਘ ਦੇ ਨਾਲ ਦੁਬਾਰਾ ਦੇਖ ਲੈਂਦੇ ਹਾਂ ਉਹਨਾਂ ਨੂੰ ਕਰਕੇ ਕਿਉਂਕਿ ਦੋ ਤਿੰਨ ਵਾਰੀ ਇੱਥੋਂ ਆਵਾਜ਼ ਹੈ ਜਿਹੜੀ ਉਹਨਾਂ ਦੀ ਵਿੱਚੋਂ ਕੱਟੀ ਗਈ ਆ ਠੀਕ ਹੈ ਜੀ ਹਾਂ ਹਾਂਜੀ ਤੁਸੀਂ ਆਉਂਦੇ ਰਹੋ ਜੀ ਹਾਂਜੀ ਹਾਂਜੀ ਭਾਜੀ ਹਾਂਜੀ ਮੈਂ ਕਿਹਾ ਮੈਂ ਉਹ ਗੱਲ ਕਰਨੀ ਸੀਗੀ ਵੀ ਕਈ ਵਾਰ ਇਹ ਗੱਲ ਮੋਹਰੇ ਆਈ ਆ ਵੀ ਇੰਦਰਾ ਗਾਂਧੀ ਜੂ ਜਦੋਂ ਅੰਦਰ ਹੋਈ ਆ ਦੋ ਪਾਂਡੇ ਭਰਾਵਾਂ ਨੇ ਜਹਾਜ਼ ਗਵਾ ਕੀਤਾ ਉਹਨਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਬਾਅਦ ਦੇ ਵਿੱਚ ਐਮ ਪੀ ਐਮ ਐਲ ਏ ਬਣੇ ਹਨਾ ਹੁਣ ਉਹਦੇ ਉੱਤੇ ਕਹਿੰਦੇ ਵੀ ਇਹਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਵੀ ਸਾਡੇ ਨਾਲ ਫਰਕ ਆ ਹਨਾ ਕੀਤਾ ਜਾਂਦਾ ਹੁਣ ਉਹਨਾਂ ਨੇ ਕੋਈ ਬੰਦਾ ਨੀ ਮਾਰਿਆ ਅਗਲੇ ਨੇ ਈਦ ਮੰਨ ਲਈ ਸਰਕਾਰ ਦੀ ਅਗਲੇ ਨੇ ਕੁਛ ਸਮਝੌਤਾ ਕਰ ਲਿਆ ਮੰਨ ਲਿਆ ਆਪਣੀ ਗਲਤੀ ਮੰਨ ਲਈ ਜੋ ਵੀ ਮੰਨ ਲਿਆ ਹਨਾ ਹੁਣ ਜਦੋਂ ਤੁਸੀਂ ਦੂਜੇ ਪਾਸੇ ਹੈਗਾ ਆ ਹੁਣ ਜੇ ਉਹਦੇ ਮੁਕਾਬਲੇ ਚ ਬਸੰਤ ਸਿੰਘ ਜਫਰਵਾਲ ਕੱਲ ਵੀ ਬੰਦਾ ਕੋਈ ਕਰਕੇ ਗਿਆ ਤੁਹਾਡੇ ਨਾਲ ਗੱਲ ਤੇ ਸਟੇਨ ਉਹਦੇ ਉਹਦੀਆਂ ਫੋਟੋਆਂ ਅੱਜ ਤੱਕ ਵੀ ਪਈਆਂ ਹੱਥ ਸਟੇਨ ਕਰਨਾ ਪੜੀਆਂ ਨੇ ਬੰਦੇ ਕਤਲ ਹਜ਼ਾਰ ਕੀਤਾ ਤੇ ਫਿਰ ਜੇ ਉਹਨੂੰ ਇੱਕ ਘੰਟੇ ਦੀ ਸਜ਼ਾ ਨੀ ਦਿੱਤੀ ਉਧਰ ਉਧਰ ਤੁਸੀਂ ਫਿਰ ਕਾਹਦੇ ਚਾਹੁੰਦੇ ਆ ਵੀ ਇੰਦਰਾ ਗਾਂਧੀ ਦੇ ਬੰਦੇ ਨੂੰ ਸਜ਼ਾ ਮਿਲ ਜਾਂਦਾ ਤੁਸੀਂ ਇਹ ਮੰਗ ਲਈ ਅਗਲਿਆਂ ਨੇ ਉਹੀ ਕਾਨੂੰਨ ਤੁਹਾਡੇ ਤੇ ਹੀ ਲਾਇਆ ਹੁਣ ਜੇ ਤੁਸੀਂ ਕਹਿੰਦੇ ਟਿਕਟਾਂ ਮਿਲੇ ਟਿਕਟਾਂ ਦਿੱਤੀਆਂ ਪਾਰਟੀ ਨੇ ਉਹਨੂੰ ਤੁਹਾਡੇ ਬੰਦਿਆਂ ਨੂੰ ਆਪਣੇ ਬੇਅੰਤ ਸਿੰਘ ਦੀ ਘਰ ਵਾਲੀ ਬਿਮਲ ਕੌਰ ਨੂੰ ਮਾਨ ਨੇ ਟਿਕਟ ਦੇ ਕੇ ਨੀ ਜਿਤਾਇਆ ਫਿਰ ਬਰਾਤ ਨੀ ਹੋਈ ਜੇ ਉਹ ਘਟੀਆ ਦੇਖੋ ਮੈਂ ਕਹਿੰਦਾ ਵੀ ਕਾਨੂੰਨ ਘਟੀਆ ਗਲਤ ਹੈ ਮੈਂ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਇੱਦਾਂ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਲਈ ਵੀ ਤੁਹਾਡੇ ਲਈ ਵੀ ਤਾਂ ਉਹੀ ਹੈ ਕਾਨੂੰਨ ਜਦੋਂ ਤੁਹਾਡੇ ਤੇ ਆਉਂਦਾ ਫਿਰ ਤੁਸੀਂ ਉੱਥੇ ਕਦੇ ਨੀ ਬੋਲਦੇ ਤੁਸੀਂ ਕਹਿੰਦੇ ਟਿਕਟ ਦੇਣੀ ਉਹਨੂੰ ਆ ਜੇ ਇੱਦਾਂ ਦਾ ਕੋਈ ਕੰਮ ਕੀਤਾ ਆ ਹਾਂ ਤੁਸੀਂ ਹਾਂ ਹੁਣ ਜੇ ਤੁਸੀਂ ਕਹੋ ਵੀ ਜਾਂ ਤਾਂ ਤੁਹਾਡੇ ਨਾਲ ਹੁਣ ਭਿੰਡਰਾਂ ਵਾਲੇ ਨੇ ਵੀ ਇਹ ਬਹੁਤ ਕਿਹਾ ਵੀ ਸਾਡੇ ਨਾਲ ਧੱਕਾ ਉਹਨੇ ਇੱਕ ਕਾਨੂੰਨ ਇੱਕ 47 ਦੇ ਵਿੱਚ ਕੋਈ ਕਾਨੂੰਨ ਬਣ ਗਿਆ ਵੀ ਏਦਾਂ ਵੋਟਾਂ ਪੈਣਗੀਆਂ ਏਦਾਂ ਤੁਸੀਂ ਬਣ ਕੇ ਆਪਣੀ ਗੱਲ ਕਰ ਸਕਦੇ ਹਨਾ ਜਿੰਨੀ ਮਤਲਬ ਪਾਰਲੀਮੈਂਟ ਦੇ ਜਿੱਥੇ ਵੀ ਜਾਂਦੇ ਜਿੰਨੇ ਮੈਂਬਰ ਹੈ ਜਿੰਨਾ ਉਹਨਾਂ ਦਾ ਟਾਈਮ ਬਣਦਾ ਆ ਤੁਹਾਨੂੰ ਦਿੱਤਾ ਜਾਂਦਾ ਹੈ ਨਾ ਉਹ ਕਾਨੂੰਨ ਬਣ ਗਿਆ ਉਸ ਵੇਲੇ ਹਨਾ ਯਾਰ ਜੇ ਇੱਕ ਨੀਟੂ ਟੀਟੂ ਸ਼ਟਰਾਂ ਵਾਲਾ ਯਾਰ ਉਹ ਖੜ ਕੇ ਆਪਣੀ ਜਵਾਨ ਭਾਵੇਂ ਜਬ ਤਾਂ ਹਿੰਮਤ ਤਾਂ ਕਰ ਲਈ ਨਾ ਖੜ ਗਿਆ ਅਸੀਂ ਵੀ ਦੇਖ ਲੈਂਦੇ ਆਪਣੀ ਕਿਸਮਤ ਜਮਾ ਕੇ ਨਹੀਂ ਨਹੀਂ ਕੀ ਗੱਲ ਭਿੰਡਰ ਵਾਲੇ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਨੀ ਉਦੋਂ ਹਾਂ ਉਹ ਤੋਂ ਬਾਅਦ ਫੇਰ ਲੜ ਪੈਂਦੇ ਜਾਂ ਤਾਂ ਕਹਿੰਦੇ ਭਾਈ ਸਾਨੂੰ ਭਾਈ ਟਿਕਟੇ ਹੀ ਨੀ ਦਿੰਦੇ ਅਗਲੇ ਸਾਨੂੰ ਹੱਕ ਹੀ ਨੀ ਹੈਗਾ ਲੜਨ ਦਾ ਵੋਟਾਂ ਦੇ ਵਿੱਚ ਕੱਢਣ ਦਾ ਫੇਰ ਤੁਸੀਂ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਲੜਨ ਤੋਂ ਬਾਅਦ ਟਿਕਟ ਲਈ ਖੜਦੇ ਟਿਕਟ ਉਹ ਦਿੰਦੇ ਉਹ ਤਾਂ ਭਲਾ ਕੋਈ ਉੱਥੇ ਦਾ ਬੰਦਾ 18 ਸਾਲ ਤੋਂ ਵੱਡਾ ਆਪਣੀ ਜਵਾਨ ਤੇ ਰੱਖ ਦੇਵੇ ਪ੍ਰਾਈਵੇਟ ਉਹ ਆਜ਼ਾਦ ਲੈ ਲਵੇ ਟਿਕਟ ਉਹ ਤਾਂ ਦੇਣ ਨੂੰ ਤਿਆਰ ਬੈਠੇ ਨਹੀਂ ਨਹੀਂ ਜੇ ਜੇ ਇੰਡੀਆ ਦਾ ਗ੍ਰਹਿ ਮੰਤਰੀ ਭਿੰਡਰਾਂ ਵਾਲੇ ਦੇ ਮੁੰਡੇ ਨੂੰ ਪਿਸਤੌਲ ਦਾ ਲਾਇਸੈਂਸ ਲੈਣ ਲਈ ਚਿੱਠੀ ਦੇ ਰਿਹਾ ਆ ਹਾਂਜੀ ਫਿਰ ਧੱਕਾ ਕਾਹਦਾ ਹੋ ਰਿਹਾ ਇਹਨਾਂ ਦਾ ਫਿਰ ਧੱਕਾ ਫਿਰ ਜੇ ਇਹੀ ਕੁਛ ਇੰਦਰਾ ਗਾਂਧੀ ਦੇ ਉਹਨਾਂ ਬੰਦਿਆਂ ਨੂੰ ਮਿਲ ਜਾਂਦਾ ਫਿਰ ਇਹ ਨੀ ਕਹਿਣਾ ਸੀਗਾ ਵੀ ਸਾਡਾ ਧੱਕਾ ਹੈ ਦੇਖੋ ਅਸੀਂ ਆਜ਼ਾਦ ਨੀ ਉੱਤੇ ਅਸੀਂ ਗੁਲਾਮ ਆ ਹੁਣ ਕਦੇ ਨੀ ਬੋਲਦੇ ਪਏ ਅਸੀਂ ਗੁਲਾਮ ਉਹ ਕਿਹੜੀ ਆਜ਼ਾਦੀ ਹੈ ਵੱਖਰੀ ਜਿਹੜੀ ਕੁਛ ਖਾਸ ਬੰਦਿਆਂ ਨੂੰ ਸਿੱਖਣ ਨੂੰ ਮਿਲੀ ਬਾਕੀਆਂ ਨੂੰ ਨਹੀਂ ਮਿਲ ਰਹੀ ਇਹਨਾਂ ਜਿੰਨੀ ਤਾਂ ਕਿਸੇ ਨੂੰ ਵੀ ਨੀ ਮਿਲੀ ਯਾਰ ਗੱਲ ਤਾਂ ਇਹ ਆ ਜੀ ਹਾਂ ਬਸ ਉਹੀ ਤਾਂ ਗੱਲ ਆ ਹਾਂ ਇਹਨਾਂ ਜਿੰਨੀ ਤਾਂ ਵਾਕਿਆ ਸਹੀ ਗੱਲ ਹੈ ਇਹਨਾਂ ਜਿੰਨੀ ਤਾਂ ਉਹਨਾਂ ਨੂੰ ਵੀ ਨੀ ਮਿਲੀ ਉਹਨਾਂ ਦੇ ਬੰਦਿਆਂ ਨੂੰ ਵੀ ਆਹੋ ਤੁਸੀਂ ਤੁਸੀਂ ਕਤਲ ਤੁਸੀਂ ਹਜ਼ਾਰ ਕਤਲ ਕਰਕੇ ਤੁਸੀਂ ਤੁਸੀਂ 7-8 ਸਾਲ ਪੰਜਾਬ ਦੇ ਵਿੱਚ ਰੂਪੋਸ਼ ਰਹਿ ਕੇ ਹਥਿਆਰ ਚੱਕ ਕੇ ਤੁਸੀਂ ਫਿਰ ਆਜ਼ਾਦ ਹੋ ਗਏ ਘੰਟੇ ਦੀ ਸਜ਼ਾ ਵੀ ਨੀ ਜਿੱਦਾਂ ਭਿੰਡਰਾਂ ਨੇ ਕਹਿੰਦਾ ਉਹਨਾਂ ਦਾ ਇੱਕ ਘੰਟੇ ਦੀ ਸਜ਼ਾ ਵੀ ਨੀ ਦਿੱਤੀ ਇਹਨਾਂ ਨੂੰ ਵੀ ਇੱਕ ਘੰਟੇ ਦੀ ਸਜ਼ਾ ਵੀ ਨੀ ਦਿੱਤੀ ਆਹੋ ਨਹੀਂ ਨਹੀਂ ਤੁਹਾਨੂੰ ਸਾਰੀ ਸਾਰੀ ਦੁਨੀਆਂ ਦੇ ਮੁਲਕਾਂ ਦੇ ਵੀਜ਼ੇ ਮਿਲ ਗਏ ਤੁਹਾਨੂੰ ਪੁਲਿਸ ਕਲੀਅਰੈਂਸ ਲੈ ਲੈ ਕਰ ਕਰਕੇ ਉੱਥੇ ਬੰਦਾ ਮਾੜਾ ਮੋਟਾ ਚੋਰੀ ਦਾ ਕੇਸ ਤੇ ਪੀਸੀਸੀ ਨਹੀਂ ਮਿਲਦੀ ਤੁਹਾਡੇ ਤੇ 50-50 ਕਤਲ ਤਾਂ ਤੁਹਾਡੇ ਬੰਦੇ ਸਾਰੀ ਦੁਨੀਆਂ ਚ ਘੁੰਮਦੇ ਫਿਰਦੇ ਆ ਸਾਰੇ ਸਾਰੇ ਜਗ੍ਹਾ ਤੋਂ ਘੁੰਮਦੇ ਫਿਰਦੇ ਆ ਬਿਲਕੁਲ ਜੀ ਕੋਈ ਫਰਕ ਜੇ ਉੱਥੇ ਸਿਸਟਮ ਮਾੜਾ ਆ ਤਾਂ ਉਹ ਸਾਰਿਆਂ ਲਈ ਮਾੜਾ ਆ ਆਹੋ ਹੁਣ ਬਿੱਟੂ ਵਰਗੇ ਬੰਦੇ
ਜੱਫਰਵਾਲ ਵਰਗੇ ਬੰਦੇ ਆ ਦੱਸਣ ਤਾਂ ਕਿੰਨੇ ਕਿੰਨੇ ਕਤਲ ਇਹਨਾਂ ਦੇ ਪਿਓ ਸੀ ਉਸ ਵੇਲੇ ਇੰਦਰਾ ਗਾਂਧੀ ਨੇ ਉਹਨੂੰ ਆਪਣੇ ਜਹਾਜ਼ ਗਵਾਹ ਕਰਨ ਨੂੰ ਟਿਕਟਾਂ ਦਿੱਤੀਆਂ ਉਹ ਚ ਕਿਹੜਾ ਵੱਡਾ ਗਨਾਹ ਹੋ ਗਿਆ ਜਦੋਂ ਇਹਨੇ ਵੀ ਤਾਂ ਦਿੱਤੀਆਂ ਬਸ ਅਗਲੇ ਦੇ ਆਪਣੀ ਪਾਰਟੀ ਦੇ ਬੰਦੇ ਆ ਕਰਨਾ ਹੀ ਆ ਉਹਨਾਂ ਨੇ ਬਸ ਬਸ ਜਦੋਂ ਤੁਸੀਂ ਜਾ ਤਾਂ ਤੁਸੀਂ ਕਾਨੂੰਨ ਜਾ ਤਾਂ ਤੁਸੀਂ ਜਿੱਦਣ ਉਹਨੂੰ ਛੱਡਿਆ ਸੀਗਾ ਨਾ ਜਿੱਦਣ ਇਹਨਾਂ ਦੇ ਅੰਦਰ ਅੰਦਰ ਹੋਇਆ ਬੰਦਿਆਂ ਨੂੰ ਛੱਡਿਆ ਉਦਣ ਵੀ ਮਜ਼ਾਰਾ ਕਰਦੇ ਪਏ ਇਹਨਾਂ ਨੂੰ ਵੀ ਕਰੋ ਆਪਣਿਆਂ ਨੂੰ ਵੀ ਕਰੋ ਅੰਦਰ ਨਹੀਂ ਜਿਹਨਾਂ ਨੂੰ ਇੰਦਰਾ ਗਾਂਧੀ ਦੀ ਪਾਰਟੀ ਨੇ ਟਿਕਟਾਂ ਦਿੱਤੀਆਂ ਸੀ ਹਾਂਜੀ ਉਹਨਾਂ ਨੇ ਜਹਾਜ਼ ਦਾ ਅਗਵਾ ਕੀਤਾ ਸੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕਿਸੇ ਲੀਡਰ ਨੂੰ ਮਾਰਿਆ ਵੀ ਸੀ ਉਹਨਾਂ ਨੇ ਨਹੀਂ ਉਹਨਾਂ ਦੇ ਟੱਬਰ ਦੇ ਕਿਸੇ ਬੰਦੇ ਨੇ ਦੇਸ਼ ਦੇ ਲੀਡਰ ਨੂੰ ਮਾਰਿਆ ਹੋਵੇ ਕਿਸੇ ਨੂੰ ਵੀ ਨੀ ਮਾਰਿਆ ਮੈਂ ਕਹਿੰਦਾ ਜਹਾਜ਼ ਦੇ ਬੰਦਿਆਂ ਨੇ ਵੀ ਕੁਛ ਨੀ ਕਿਹਾ ਕੁਛ ਘੰਟਿਆਂ ਬਾਅਦ ਹੀ ਲਾ ਲਿਆ ਸੀਗਾ ਔਰ ਉਹਨੇ ਮੰਨ ਲਿਆ ਸੀਗਾ ਆਪਣੀ ਆਪਣੀ ਗਲਤੀ ਸਵੀਕਾਰ ਕਰ ਲਈ ਸੁੱਚਾ ਸਿੰਘ ਮਲੋਏ ਦੇ ਮੁੰਡੇ ਨੇ ਤਾਂ ਇੰਦਰਾ ਗਾਂਧੀ ਨੂੰ ਮਾਰਿਆ ਸੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਉਹਨੂੰ ਫੇਰ ਟਿਕਟ ਮਿਲ ਗਈ ਉਹਨੂੰ ਫੇਰ ਟਿਕਟ ਮਿਲ ਗਈ ਪ੍ਰਧਾਨ ਮੰਤਰੀ ਨੂੰ ਜਿਸ ਕੰਟਰੀ ਚ ਮਾਰਿਆ ਉਹਨੂੰ ਵੀ ਟਿਕਟ ਮਿਲ ਆਹੋ ਬਿਮਲ ਕੌਰ ਖਾਲਸਾ ਦੇ ਘਰ ਵਾਲੇ ਨੇ ਮਾਰਿਆ ਉਹਨੂੰ ਟਿਕਟ ਮਿਲ ਗਈ MP ਬਣ ਕੇ ਉੱਥੇ ਚਲ ਗਈ ਉਹਨੇ ਫੇਰ ਵਿਸ਼ਵਾਸ ਕਰ ਲਿਆ ਵੀ ਇੱਥੇ ਪਾਰਲੀਮੈਂਟ ਚ ਫੇਰ ਆ ਸਕਦੀ ਹੈ ਆਹੋ ਤੇ ਫਿਰ ਕਿੱਦਾਂ ਮਤਲਬ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਅਸੀਂ ਗੁਲਾਮ ਆ ਮਤਲਬ ਹੁਣ ਜੇ ਕਿਸੇ ਸਿੱਖ ਨਾਂ ਦੇ ਸਿੰਘ ਨਾਂ ਦੇ ਉੱਥੇ ਫਲਾਨਾ ਫਲਾਨਾ ਸਿੰਘ ਆ ਵੀ ਉਹਦੇ ਨੇ ਉਸ ਫੌਜ ਦੇ ਵਿੱਚ ਇੱਕ ਫਲਾਨੀ ਸਟੇਨ ਗਨ ਗੁਆਚੀ ਤੇ ਉਹ ਸਟੇਨ ਗਨ ਕਿਤੇ ਉਹ ਲੱਭੀ ਤੇ ਫਲਾਨੇ ਸਿੰਘ ਨੂੰ ਫੜ ਲਿਆ ਭਿੰਡਰਾ ਵਾਲਾ ਖਾਣਾ ਸੀ ਤੇ ਉਹਨੂੰ ਕੋਟ ਅਗਲਿਆਂ ਨੇ ਯਾਰ ਤੁਸੀਂ ਕੀ ਗਰੰਟੀ ਕਰਦੇ ਆ ਵੀ ਸਿੰਘ ਜਿਹੜੇ ਆ ਸਾਰੇ ਸਿੰਘ ਨਾਂ ਵਾਲੇ ਬੰਦੇ ਆ ਉਹ ਸਾਰੇ ਇਮਾਨਦਾਰ ਹੈ ਨਾ ਨਾ ਉਹ ਯਾਰ ਭਿੰਡਰ ਵਾਲੇ ਦੀ ਉੱਥੇ ਇੰਟਰਵਿਊ ਪਈ ਆ ਕਹਿੰਦਾ 10,000 ਫੌਜੀ ਆ ਮੇਰੇ ਕੰਟੈਕਟ ਵਿੱਚ ਜਿਹਦੇ ਵਿੱਚ ਮੇਜਰ ਬ੍ਰਿਗੇਡੀਅਰ ਵੱਡੇ ਵੱਡੇ ਅਫਸਰ ਆ ਮੈਂ ਨਾਂ ਨੀ ਲੈਣਾ ਚਾਹੁੰਦਾ ਕਹਿੰਦਾ ਜਿਨ੍ਹਾਂ ਦੇ ਕੋਲ ਟੈਂਕਾਂ ਵੀ ਏਦਾਂ ਟੈਂਕ ਆ ਤੋਪਾਂ ਪਤਾ ਨੀ ਗ੍ਰਨੇਡ ਬੰਬ ਹਰੇਕ ਤਰ੍ਹਾਂ ਦਾ ਹਥਿਆਰ ਆ ਕਹਿੰਦਾ ਸਾਡੇ ਨਾਲ ਆ ਉਹ ਬੰਦੇ ਕੌਣ ਆ ਫਿਰ ਜੇ ਭੜਕੇ ਨੂੰ ਕੋਈ ਚੀਜ਼ ਗੁੰਮ ਹੋਵੇ ਤੇ ਉਹ ਤੇ ਅਗਲੇ ਉਹ ਜਿਹੜਾ ਵਿਦਰੋਹ ਦਾ ਇਲਜ਼ਾਮ ਕਿਉਂ ਨੀ ਲਾਉਣਗੇ ਯਾ ਮੈਨੂੰ ਤਾਂ ਕਿਸੇ ਨੇ ਹੋਰ ਵੀ ਦੱਸਿਆ ਭਾਜੀ ਉਹ ਕਹਿੰਦੇ ਮਰਜੀਵੜਿਆਂ ਦੀ ਇੱਕ ਲਿਸਟ ਬਣਾਈ ਸੀਗੀ ਹੈਨਾ ਤੁਹਾਨੂੰ ਪਤਾ ਹੋਣਾ ਹਾਂ ਹਾਂ ਉਹ ਲਿਸਟ ਕਹਿੰਦੇ ਬਾਅਦ ਚ ਕਿੱਥੇ ਗਈ ਉਹ ਕਹਿੰਦੇ ਟਕਸਾਲ ਚ ਆਈ ਆ ਉਹਨਾਂ ਨੇ ਗਿੱਲੂ ਫੜਾਤੀ ਚੱਕ ਕੇ ਬੱਤੀ ਬਹਾਦਰੀ ਬਹੁਦਰੀ ਯਾਰ ਪਿੰਡਰਾਲੇ ਦਾ ਕੋਈ ਤਾਂ ਦੱਸ ਦੇਣ ਕਿਸੇ ਦੋ ਚੌਂ ਦੇ ਚਪੇੜਾਂ ਕਿਤੇ ਗੋਲੀ ਚਲਾ ਕੁਛ ਕੀਤਾ ਹੋਵੇ ਇਹਨੇ ਯੋਧਾ ਯੋਧਾ ਦੱਸੀ ਜਾਂਦੇ ਉਹਨੂੰ ਇਹ ਉਨਾ ਚਿਰ ਹੀ ਸੀਗਾ ਜਿੰਨਾ ਚਿਰ ਪਿੱਛੋਂ ਹੱਥ ਸੀਗਾ ਜਿੰਨਾ ਚਿਰ ਅਗਲਿਆਂ ਨੇ ਉਨਾ ਚਿਰ ਇੰਨਾ ਜ਼ਿਆਦਾ ਅਗਲਿਆਂ ਨੇ ਆਪਣਾ ਬੰਦਾ ਮਰਵਾ ਕੇ ਚੱਕਣ ਵੀ ਨਹੀਂ ਆਏ ਫਿਲਮੀ ਐਕਟਰਾਂ ਵਾਂਗ ਸਟੇਟਮੈਂਟਾਂ ਦੇਈ ਗਿਆ ਚੰਦੋ ਕਲਾ ਉੱਥੇ ਲੋੜ ਪਈ ਉੱਥੋਂ ਭੱਜਿਆ ਬੰਬੇ ਤੋਂ ਉੱਥੋਂ ਭੱਜਿਆ ਜਿੱਥੇ ਕਿਤੇ ਹੋਈ ਜਾਂ ਤਾਂ ਤੁਸੀਂ ਦਿਖਾ ਦਿਓ ਕਿਤੇ ਨਹੀਂ ਜੀ ਨਹੀਂ ਇਹਨਾਂ ਨੇ ਆਪਣਾ ਆਪ ਤਾਂ ਨੰਗਾ ਕਰਨਾ ਸੀਗਾ ਇਹਨੀ ਤਾਂ ਜੋ ਗੁਰੂ ਪਾਤਸ਼ਾਹ ਦੀ ਵੀ ਹੁਣ ਰੋਲਣ ਤੇ ਆ ਗਏ ਆ ਇਹਨੀ ਭਿੰਡਰਾਂ ਵਾਲਾ ਵੀ ਨੰਗਾ ਕਰਾ ਲਿਆ ਬੁਰੀ ਤਰ੍ਹਾਂ ਰਹਿੰਦਾ ਖੁੰਦਾ ਵੀ ਜੱਖਣਾ ਪਟਾ ਲੈਣੀਆਂ ਇਹਨੀ ਭਾਜੀ ਪੱਲੇ ਲੋਕਾਂ ਨੇ ਆਉਣ ਵਾਲੇ ਸਮੇਂ ਚ ਨਾ ਜਿੱਦਾਂ ਜਿਹੜੇ ਹਾਲਾਤਾਂ ਚ ਜਿਹੜੇ ਸਮਾਂ ਬਦਲ ਰਿਹਾ ਜਿਹੜਾ ਦਿਸਦਾ ਆ ਸਾਨੂੰ ਉਹ ਹਾਲਾਤਾਂ ਚ ਇਹਨੀ ਕਿਤੇ ਵੀ ਫਿੱਟ ਨਹੀਂ ਹੋਣਾ ਕਿਸੇ ਵੀ ਕੰਟਰੀ ਚ ਫਿੱਟ ਨਹੀਂ ਹੋਣਾ ਇਹਨੀ ਇਹ ਸੋਚਣਾ ਨਾ 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 ਕੋਈ ਮੈਂ ਕਹਿੰਦਾ ਦੱਸੇ ਯਾਰ ਕੋਈ ਟਕਸਾਲੀ ਸਾਨੂੰ ਫੋਨ ਕਰਕੇ ਸਮਝਾਵੇ ਤਾਂ ਵੀ ਜੋ ਕੁਛ ਉੱਥੇ ਕੀਤਾ ਹੀ ਨਹੀਂ ਕੀ ਲੈਣਾ ਦੇਣਾ ਉਹਦਾ ਅਕਲ ਨਾ ਯੋਧੇ ਪੜਨਾ ਤੁਹਾਡੀ ਬਹਾਦਰੀ ਨਾਲ ਉਹਨੂੰ ਦੋ ਧੱਕੇ ਦਾ ਮਾਰ ਦਿੰਦੇ ਗੋਰੇ ਨੂੰ ਤੁਹਾਨੂੰ ਪਤਾ ਤੁਹਾਡਾ ਤੁਹਾਡੀ ਤਾਕਤ ਦਾ ਪਤਾ ਲੱਗ ਜਾਂਦਾ ਹੁਣ ਜਾਣੀ ਜੇ ਗੋਰਾ ਆ ਕੇ ਬੇਅਦਬੀ ਕਰ ਦੇਵੇ ਫਿਰ ਕੋਈ ਬੇਅਦਬੀ ਨੀ ਤੁਹਾਡੇ ਸਿਮਰਨ ਦੀ ਹੁੰਦੀ ਕਾਹਦਾ ਸਿਮਰਨ ਆ ਤੁਹਾਡਾ ਕਾਹਦਾ ਵਾਹਿਗੁਰੂ ਤੁਹਾਡਾ ਹੁਣ ਕੋਈ ਗਰੀਬ ਗੁਰਬਾ ਉੱਥੇ ਆਮ ਬੰਦੇ ਦਾ ਨਿਆਣਾ ਵੀ ਸਿਰੋਂ ਰੁਮਾਲ ਲਾ ਦੇਵੇ ਤੁਹਾਡੇ ਮੂਹਰੇ ਤੁਸੀਂ ਜਾਨ ਲੈਣ ਨੂੰ ਜਾਣਾ ਸੀ ਹੁਣ ਫਿਰ ਕਹਿਣਾ ਸਾਡੇ ਸਿਮਰਨ ਕਿਵੇਂ ਕਹਿਣਾ ਪਾਤਾ ਆਹ ਤੁਹਾਡੇ ਸਾਹਮਣੇ ਆ ਵੀ ਮਾਨ ਦੀ ਸਟੇਟਮੈਂਟ ਹੈ ਜੇ ਮੈਂ ਨਾ ਇੱਧਰ ਆਉਂਦਾ ਨਾ ਛੱਡਦੇ ਤਾਂ ਮੈਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਸੀ ਨੌ ਇਤਨੇ ਦੇ ਡਰਾਮੇ ਕਰਦਾ ਤੇ ਇਹਨੂੰ ਪੁੱਛੋ ਵੀ ਫਾਂਸੀ ਦੀ ਸਜ਼ਾ ਅਗਲੇ ਨੇ ਵੋਟਾਂ ਚ ਬਣ ਫੇਰ ਵੀ ਤੁਹਾਨੂੰ ਟਿਕਟ ਦੇ ਦਿੱਤੀ ਸਜ਼ਾ ਵਾਲਾ ਬੰਦਾ ਹੋਵੇ ਟਿਕਟ ਫੇਰ ਦੇ ਦਿੱਤੀ ਉਹਨੇ ਇੱਕ ਪਾਸੇ ਤੈਨੂੰ ਫਾਂਸੀ ਲਾਉਣ ਨੂੰ ਫਿਰਦੇ ਆ ਉਹ ਕਹਿੰਦੇ ਚੰਗਾ ਜੇ ਫਾਂਸੀ ਤੋਂ ਬਚਣਾ ਫੇਰ MP ਬਣ ਜਾ
ਨਹੀਂ ਨਹੀਂ ਨਾਲੇ ਉਹ ਕਹਿੰਦੇ ਨੇ ਦੇਖ ਲਾ ਫਾਂਸੀ ਦੇ ਦੇਣਾ ਨਹੀਂ ਤਾਂ ਖਾਲਿਸਤਾਨ ਜਿੰਦਾਬਾਦ ਕਹਿ ਜਾਣੀ ਉਹ ਕਹਿੰਦੇ ਇਹਨਾਂ ਉਹ ਤੋਂ ਪਹਿਲਾਂ ਕੋਈ ਚੱਜ ਦਾ ਕੋਈ ਅਕਲਵੰਤ ਕੋਈ ਪੜ੍ਹਿਆ ਲਿਖਿਆ ਕੋਈ ਹਰਮਿੰਦਰ ਸਿੰਘ ਸੰਧੂ ਵਰਗਾ ਕੋਈ ਲੀਡਰ ਆ ਗਿਆ ਤੇ ਇਹ ਇਹਨੂੰ ਮੋਹਰੇ ਕਰੋ ਤਾਂ ਆਪਣੇ ਬੰਦੇ ਨੂੰ ਨਾਲੇ ਉਹ ਤਾਂ ਵਿਚਾਰਾ ਆਪੇ ਮੰਨ ਗਿਆ ਵੀ ਮੈਨੂੰ ਰਾਜੀਵ ਨੇ ਭੇਜਿਆ ਸੀ ਉਹਨਾਂ ਕੋਲ ਉਹ ਸੁਣਾਈ ਵੀ ਸੀਗੀ ਮੈਨੂੰ ਲੱਗਦਾ ਬੜੀ ਕਮਾਲ ਦੀ ਉਹ ਤਾਂ ਸਾਰਾ ਕੁਝ ਸੱਚ ਬੋਲ ਗਿਆ ਉੱਥੇ ਆਹੋ ਕਹਿੰਦੇ ਨਾ ਕਪੂਰ ਕਹਿੰਦਾ ਕਹਿੰਦਾ ਗੱਲ ਕਰਨ ਦੀ ਜਾਚ ਥੋੜ੍ਹਿਆਂ ਨੂੰ ਹੁੰਦੀ ਆ ਬਾਕੀਆਂ ਨੂੰ ਤਾਂ ਸੱਚ ਬੋਲਣਾ ਆਉਂਦਾ ਮਤਲਬ ਇੱਕ ਦੇਖ ਲਓ ਪੰਥ ਦਾ ਕੰਮ ਆ ਕੌਮ ਦਾ ਫੈਸਲਾ ਆ ਤੇ ਕੰਜਰਾ ਤੂੰ ਲੀਡਰ ਹੈ ਜੋ ਤੇਰੇ ਅੰਦਰ ਹੈ ਤੂੰ ਸੱਚ ਤਾਂ ਬੋਲ ਤੂੰ ਡਰ ਗਿਆ ਫਿਰ ਤੈਨੂੰ ਜੇ ਮੈਂ ਬੋਲਿਆ ਮਾਰ ਦੇਣਾ ਉਹਨੇ ਮਤਲਬ ਵੀ ਜੋ ਬੋਲਦਾ ਸੀਗਾ ਉਹਨੂੰ ਮਾਰ ਦਿੰਦੇ ਸੀ ਫਿਰ ਸਫਾਈਆਂ ਕਿਹਨਾਂ ਦੀਆਂ ਦਿੰਦੇ ਫਿਰ ਸਰਕਾਰ ਨੂੰ ਧੱਕਾ ਕਾਹਤੇ ਕਹਿੰਦੇ ਆ ਜੇ ਐਡੀ ਵਧੀਆ ਪ੍ਰਪੋਜ਼ਲ ਤੂੰ ਖਾਲਿਸਤਾਨ ਦਾ ਲੀਡਰ ਤੂੰ ਵਧੀਆ ਪ੍ਰਪੋਜ਼ਲ ਲੈ ਕੇ ਗਿਆ ਪ੍ਰਧਾਨ ਮੰਤਰੀ ਨੇ ਭੇਜਿਆ ਉੱਥੇ ਵੀ ਜੇ ਅਗਲੇ ਅਗਲੇ ਇੱਦਾਂ ਤੈਨੂੰ ਲੱਗਦਾ ਵੀ ਉਹਨਾਂ ਨੇ ਤੇਰੀ ਬਿਨਾਂ ਸੁਣੇ ਗੱਲ ਤੈਨੂੰ ਗੋਲੀ ਮਾਰ ਦੇਣ ਦਾ ਤੈਨੂੰ ਖਤਰਾ ਸੀ ਤਾਂ ਫਿਰ ਤੁਸੀਂ ਇਹ ਕਦੇ ਕਹੀ ਜਾਂਦੇ ਵੀ ਯੋਧੇ ਆ ਕੌਮ ਦੇ ਉਹ ਅਕਲ ਕਿੱਥੇ ਤੁਹਾਡੀ ਘਾਟ ਯਾਰ ਮਿਲ ਗਈ ਫਿਰ ਕਿੱਥੇ ਮਤਲਬ ਇਹਦਾ ਮਤਲਬ ਸਾਫ ਹੈ ਵੀ ਤੁਹਾਨੂੰ ਅਕਲ ਹੀ ਨਹੀਂ ਸੀਗੀ ਅਕਲ ਹੈ ਯਾਰ ਜਿਹੜਾ ਜਿਹੜਾ ਅਕਲਮੰਦ ਹੋਊਗਾ ਉਹ ਟਕਸਾਲੀ ਕਾਹਤੇ ਬਣੂਗਾ ਫੇਰ ਉਹੀ ਗੱਲ ਕਰ ਭਿੰਡਰਾਂ ਦੇ ਮਗਰ ਲੱਗੂਗਾ ਉਹ ਤਾਂ ਪਸ਼ੂ ਆ ਜਿਹੜੇ ਸਾਰੇ ਲੱਗੇ ਉਹੀ ਗੱਲ ਆ ਬਈ ਦੇਖੋ ਅਗਲੇ ਨਾਲ ਰਾਜੀਵ ਗਾਂਧੀ ਸਾਰਾ ਕੁਝ ਹੋਣ ਤੋਂ ਬਾਅਦ ਆਪ ਉਹਨਾਂ ਇਹ ਮਾਨ ਨੂੰ ਤੋਰਿਆ ਮਿਲਣ ਗਿਆ ਤੁਰ ਕੇ ਗਿਆ ਪਾਣੀਆਂ ਦੇ ਵਿੱਚੋਂ ਉੱਥੇ ਜਾ ਕੇ ਪਤੰਦਰ ਦਾ ਉਹ ਗੰਨ ਤੋਂ ਡਰਦਾ ਗੱਲ ਹੀ ਨੀ ਕਰ ਸਕਿਆ ਬੋਲਿਆ ਹੀ ਨਹੀਂ ਮਲੋਆ ਵੀ ਸੀਗਾ ਮੰਡ ਸੀਗਾ ਤੁਸੀਂ ਸੋਚ ਕੇ ਦੇਖੋ ਜਦੋਂ ਪਾਰਲੀਮੈਂਟ ਚ ਬੈਠੇ ਹੋਣੇ ਆ ਕਿੱਦਾਂ ਦਾ ਕੀ ਉਹ ਜਲਵਾ ਹੋਣਾ ਉੱਥੇ ਜਾਣੀ ਅਕਲਵੰਦ ਨੀ ਜਿੱਦਾਂ ਦੇ ਬੂਜਰ ਸਾਰੇ ਲਿਆ ਕੇ ਬਿਠਾ ਲਿਆ ਕੌਮ ਦੇ ਸਿਰ ਤੇ ਹੁਣ ਉਹਨਾਂ ਦੇ ਲਾਲੂ ਹੋਣੀ ਆ ਜਿੰਨੇ ਬੰਦੇ ਆ ਉੱਥੇ ਜਾ ਕੇ ਲੀਡਰ ਉਹਨਾਂ ਦੇ ਜਦੋਂ ਬੋਲਦੇ ਅਗਲੇ ਅਗਲੇ ਐਨ ਤਹਿਲਕਾ ਪਾਉਂਦੇ ਆ ਜਾਣੀ ਉਹਨਾਂ ਨੇ ਇਹਨਾਂ ਨੂੰ ਚਾਹੀਦੇ ਵੀ ਇਦਾਂ ਦੇ ਹੀ ਸੀਗੇ ਉਹ ਵੀ ਇਦਾਂ ਦੇ ਹੀ ਹੋਣੇ ਚਾਹੀਦੇ ਜਲੂਸ ਕੱਢਣ ਸਾਰੀ ਜਗ੍ਹਾ ਇਧਰੋਂ ਪੱਡੇ ਵਰਗੇ ਪੱਤਰਕਾਰ ਆ ਸਾਡੇ ਹੁਣ ਤਾਂ ਕਈ ਪੱਡੇ ਕੱਟੇ ਹੋ ਗਏ ਹੁਣ ਦੋ ਸੰਤਾਂ ਬੰਤਾਂ ਉਹ ਲਾਪਾਏ ਉਹ ਭਖਾਣ ਮਸਲੇ ਸਿੱਖਾਂ ਦੇ ਭਖਾਣ ਮਸਲੇ ਹੁਣ ਉਹ ਵੀ ਕਹਿੰਦੇ ਆ ਵੀ ਸਾਡੀ ਵੀ ਵਿਚਾਰੂ ਗੇ ਤੁਹਾਡੇ ਬਾਰੇ ਕਹਿੰਦੇ ਸੀ ਨਹੀਂ ਨਹੀਂ ਕਰ ਲੈਣ ਜਿੱਦਾਂ ਮਰਜ਼ੀ ਆਹੋ ਨਹੀਂ ਅਸੀਂ ਤਾਂ ਛੇ ਪੰਜਾਂ ਛੇਆਂ ਪਿੱਛੇ ਇੱਕ ਵਿਚਾਰਿਆ ਕਰਨੀ ਉਹਨਾਂ ਦੀ ਬਾਈ ਸਾਡੇ ਕੋਲ ਨਵੇਂ ਪੰਗੇ ਬਹੁਤ ਪਏ ਆ ਜਿਹੜੇ ਪਾਉਣੇ ਅਸੀਂ ਅਜੇ ਹਾਂ 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 ਪ੍ਰੋਗਰਾਮ ਹੁਣ ਕੰਟੀਨਿਊ ਚੱਲੂਗਾ ਮੈਂ ਤਾਂ ਕਹਾਂ ਕਾਲ ਵੀ ਕਹਿੰਦੇ ਕਾਲ ਵੀ ਖੋਲਿਆ ਕਰਨੀ ਮੈਂ ਤਾਂ ਕਰਨੀ ਆ ਕਾਲ ਜਰੂਰ ਮੈਂ ਤਾਂ ਬਈ ਦੇਖ ਗੋਲਡੀ ਭਾਜ ਮੈਂ ਕਈ ਚਿਰ ਹੋ ਗਿਆ ਗੱਲ ਨੀ ਅੱਛਾ ਨਾ ਨਾ ਠੀਕ ਆ ਅਸਲ ਚ ਆਹੋ ਯਾਰ ਉਹਨਾਂ ਦਾ ਨੰਬਰ ਜੇ ਕਿਤੇ ਕਰਨ ਇਦਾਂ ਕਰੀਏ ਬੰਦਿਆਂ ਨੂੰ ਆਪਣੇ ਥੋੜੇ ਜਿਹੇ ਬੰਦੇ ਤਿਆਰ ਕਰੀਏ ਫੋਨ ਕਰਨ ਨੂੰ ਆਪਾਂ ਵੀ ਕਰਿਆ ਕਰੀਏ ਨਹੀਂ ਨਹੀਂ ਮੈਂ ਤਾਂ ਪੱਕਾ ਉਹਨਾਂ ਬਹੁਤ ਬਹੁਤ ਮੈਂ ਤਾਂ ਕਰਦਾ ਹੀ ਵੇਟ ਕਰਦਾ ਵੀ ਕੋਈ ਨੰਬਰ ਇਹਦਾ ਗੋਲਡੀ ਭਾਜੀ ਤਾਂ ਮਿਲੇ ਤਾਂ ਫਿਰ ਮੈਂ ਵਿਚਾਰ ਕਰਾਂ ਉਹਦੇ ਨਾਲ ਨਾਲੇ ਅੱਖਾਂ ਚੱਖਾਂ ਫਸ ਕੇ ਵਿਚਾਰ ਕਰਦਾ ਚਲੋ ਭਾਈ ਸੁਣ ਲਓ ਹੋਰ ਲੈ ਲਓ ਕੋਈ ਸਰੋਤਾ ਹੈਗਾ ਠੀਕ ਹੈਗੇ ਜੀ ਹੈਗੇ ਦੋ ਸਰੋਤੇ ਸਾਡੇ ਨਾਲ ਧੰਨਵਾਦ ਜੀ 108 ਦੇ ਉੱਤੇ ਤੁਸੀਂ ਸਤਿ ਸ਼੍ਰੀ ਅਕਾਲ ਹਰਨੀਕ ਭਾਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਨਾਮ ਜੀ ਦੇ ਉਹਨਾਂ ਦੀ ਗੱਲ ਦੀ ਗੱਲ ਕਰਦੇ ਫਾਂਸੀ ਵਾਲੇ ਬੰਦੇ ਨੇ ਕਹਿੰਦੇ ਸਭ ਤੋਂ ਪਹਿਲਾਂ ਪੁਲਿਸ ਮੁਕਾਬਲਾ ਵੀ ਇੰਨੀ ਬਣਾਇਆ ਸੀ ਫਾਂਸੀ ਹੋ ਚੱਲੀ ਆ ਤੇ ਮੈਂ ਜਦੋਂ ਨਾ ਤੁਸੀਂ ਬ੍ਰੇਕ ਚ ਚਲਾਈ ਸੀ ਗੱਲ ਉਹ ਇਤਿਹਾਸ ਦਾ ਰੌਲਾ ਪਾਉਣ ਡਿਆ ਸੀ ਹਾਂਜੀ ਤੇ ਮੈਂ ਨਾ ਇੱਕ ਜਿੱਦਾਂ ਵਿਚਾਰ ਹੀ ਆ ਮਨ ਦੇ ਵਿੱਚ ਮੈਂ ਕਿਤੇ ਬਲਵਿੰਦਰ ਭਾਜੀ ਨਾਲ ਗੱਲ ਹੋਈ ਸੀ ਵੀ ਜਿੱਦਾਂ ਮੈਥ ਦਾ ਸਵਾਲ ਹੁੰਦਾ ਨਾ ਮੰਨ ਲਓ ਕਬੂਲ ਤਾਂ ਨਸੋ ਤੁਸੀਂ ਮੈਨੂੰ ਬਾਹਮਣ ਮੰਨ ਲਓ ਬਾਹਮਣ ਮੰਨ ਲਓ ਹਾਂਜੀ ਤੇ ਮੈਨੂੰ ਕੁਰਬਾਣੀ ਕਹਿੰਦੀ ਆ ਵੀ ਜਿੱਦਾਂ ਬਈ ਜੇ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੇ ਆਉਣ ਬਾਟ ਕਿਉਂ ਨੀ ਆ ਇਤਿਹਾਸ ਕਹਿੰਦਾ ਆਉਣ ਦਾ ਰਸਤਾ ਹੈਗਾ ਜਾਣ ਦਾ ਕੋਈ ਹੈਗਾ ਹੋਰ ਵੱਖਰਾ ਬਈ
ਗੁਰਬਾਣੀ ਤੇ ਮੈਨੂੰ ਇਹ ਦੱਸਦੀ ਆ ਵੀ ਆਉਣ ਦਾ ਰਸਤਾ ਜਿਹੜਾ ਜਿੱਦਾਂ ਆਮ ਆ ਜਿਹੜਾ ਨੋਰਮਲ ਆ ਉਹ ਆ, ਪਰ ਜਿਹੜਾ ਇਤਿਹਾਸ ਆ ਉਹ ਦੱਸਦਾ ਵੀ ਜਾਣ ਦਾ ਰਸਤਾ ਕੋਈ ਵੱਖਰਾ ਹੈਗਾ, ਜਾਂ ਤੇ ਫਿਰ ਤੁਕ ਥੋੜੀ ਜਿਹੀ ਲੰਬੀ ਹੋਣੀ ਚਾਹੀਦੀ ਸੀ ਗੁਰਬਾਣੀ ਦੇ ਵਿੱਚ, ਵੀ ਜਾਣ ਦਾ ਰਸਤਾ ਵੀ ਵੱਖਰਾ ਹੈਗਾ। ਨਹੀਂ ਉਹ ਚ ਇਹਨਾਂ ਇਹ ਕਹਿੰਦੇ ਹੁਣੇ ਆ ਵੀ ਗੁਰੂ ਸਾਹਿਬ ਨੇ ਬਾਹਮਣ ਨੂੰ ਚੈਲੰਜ ਕੀਤਾ ਸੀ ਨਾ ਜੇ ਵੱਖਰੇ ਰਾਹੇ ਆਇਆ ਤਾਂ ਦੱਸ, ਇਹ ਕਹਿੰਦੇ ਹੁਣ ਜੇ ਸਾਨੂੰ ਪੁੱਛੂਗਾ ਜੇ ਵੱਖਰੇ ਰਾਹੇ ਗਏ ਤਾਂ ਦੱਸੋ, ਸਾਰੇ ਗੁਰੂ ਸਾਹਿਬ ਦਾ ਦੱਸਾਂਗੇ। ਘੋੜ ਕੇ ਗਿਆ, ਕੋਈ ਘੋੜੇ ਸਣੇ ਗਿਆ, ਕੋਈ ਪਾਣੀ ਚ ਚਲ ਗਿਆ, ਕੋਈ ਕਮਰੇ ਚ ਲੋਪ ਹੋ ਗਿਆ, ਜਾਣੀ ਹੈ ਕੋਈ ਸਿੱਧੇ ਰਾਹੇ ਗਿਆ ਦਸਾਂ ਗੁਰੂਆਂ ਚ, ਉਹਨਾਂ ਦੇ ਇਤਿਹਾਸ ਮੁਤਾਬਕ ਸਤਿਆ ਨਾਸ ਮਾਰਤਾ। ਮੈਂ ਤੁਹਾਨੂੰ ਕਹਿੰਦਾ ਜੀ ਜਿੱਦਾਂ ਮੂਲ ਤਾਂ ਨਾਲੇ ਮੈਨੂੰ ਬਾਹਮਣ ਮੰਨ ਕੇ ਮੈਨੂੰ ਸਵਾਲ ਦਾ ਜਵਾਬ ਚਾਹੀਦਾ, ਗੁਰਬਾਣੀ ਮੂਹਰੇ ਸਵਾਲ ਹੈ, ਇਹ ਤੇ ਗੁਰਬਾਣੀ ਤੇ ਸਵਾਲ ਚੱਕਣ ਡਿਆ। ਨਹੀਂ ਕਮਾਲ ਨੀ, ਕਮਾਲ ਨੀ ਇਹ ਬੰਦਿਆਂ ਦੇ ਉੱਤੇ, ਜਾਣੀ ਇੱਦਾਂ ਕਿੱਦਾਂ ਸਾਨੂੰ ਐਨ ਕਸੂਤੀ ਸਥਿਤੀ ਚ ਪਸਾ ਕੇ ਛੱਡਿਆ ਸੰਤੋਖ ਸੂ ਨੇ। ਮੈਂ ਤੁਹਾਨੂੰ ਦੱਸਣ ਗਿਆ ਜੀ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡਾ ਸਵਾਲ ਤੇ ਮੈਨੂੰ ਆ ਬਾਹਮਣ ਨੂੰ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਬਸ ਇੰਨੀ ਕੀ ਕਰਨੀ ਗੱਲ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਭਾਈ ਸਾਹਿਬ ਹੋਰਾਂ ਦਾ ਜਿਹੜਾ ਦੀਵਾਨ ਆ ਜੀ ਉਹ ਸ਼ੁਰੂ ਹੋ ਗਿਆ ਆ ਤੇ ਲਾਈਵ ਉੱਥੇ ਦਾ ਸੈਕਰਾਮੈਂਟੋ ਦਾ। ਬੇਨਤੀ ਆ ਸਾਰੇ ਸਰੋਤਿਆਂ ਨੂੰ ਜਿਹੜੇ ਜਿਹੜੇ ਹੁਣ ਸੁਣ ਰਹੇ ਆ, ਤੁਸੀਂ ਕੋਸ਼ਿਸ਼ ਕਰੋ, ਫੇਸਬੁੱਕ ਦੇ ਉੱਤੇ ਵੀ ਲਾਈਵ ਹੈਗਾ ਆ ਤੇ ਉਹਨਾਂ ਦੇ MP ਚੈਨਲ ਦੇ ਉੱਤੇ ਵੀ ਲਾਈਵ ਹੁੰਦਾ ਆ ਜ਼ਰੂਰ। ਆਪਣਾ ਤਾਂ ਅਸੀਂ 20-25 ਮਿੰਟ ਹੋ ਰਹੇ ਹਾਂ, ਆਪਾਂ ਚਲੇ ਜਾਣਾ ਹੈ ਅਤੇ ਤੁਸੀਂ ਉੱਧਰ ਉਹਨਾਂ ਨੂੰ ਸ਼ੁਰੂ ਕਰ ਲਿਓ। 107 ਤੇ ਤੁਸੀਂ ਆਉਂਦੇ ਰਹੋ ਜੀ। ਬਿਲਕੁਲ ਜੀ, ਕਾ ਖਾਲਸਾ ਕੀ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ, ਤੁਸੀਂ ਕਿੰਨੇ ਆ ਬਾਰ ਬਾਰ ਕਿੰਨੀ ਵਾਰੀ ਕਿਹਾ ਟਕਸਾਲੀ ਤੇ ਅਕਲ, ਤੇ ਅਕਲ ਅਰਬੀ ਲੈਂਗੁਏਜ ਦੇ ਵਿੱਚ ਅਕਲ ਰੋਟੀ ਨੂੰ ਕਹਿੰਦੇ ਆ। ਓ ਠੀਕ ਹੈ, ਇਹਦਾ ਹੀ ਮਸਲਾ ਆ। ਹਾਂ ਅਰਬੀ ਲੈਂਗੁਏਜ ਚ ਰੋਟੀ ਨੂੰ ਕਹਿੰਦੇ ਅਕਲ। ਯਾ ਤੇ ਮਸਲਾ ਸਰ ਰੋਟੀ ਦਾ ਆ, ਹੋਰ ਅਕਲ ਵਾਲੀ ਦੂਜੀ ਸੈਂਸ ਵਾਲੀ ਗੱਲ ਨਹੀਂ ਹੈਗੀ। ਸਹੀ ਗੱਲ ਆ, ਸਹੀ ਗੱਲ ਆ, ਪੂਰਾ ਜ਼ੋਰ ਲੱਗਾ ਹੈ ਜੀ ਅਕਲ ਲਈ ਇਹਨਾਂ ਦਾ ਤਾਂ। ਸਾਰੀ ਜ਼ਿੰਦਗੀ ਅਕਲ ਲਈ ਅਕਲ ਲੈਂਦਿਆਂ ਨੇ, ਅਕਲ ਕਮਾਉਂਦਿਆਂ ਨੇ, ਘੱਟ ਲਈ ਨੇ ਕਥਾਕਾਰਾਂ ਨੇ ਵੀ ਸਾਡੇ ਨੇ ਤੇ ਇਹਨਾਂ ਨੇ ਬਹੁਤ ਅਕਲ ਇਕੱਠੀ ਕੀਤੀ ਇਹਨਾਂ ਨੇ, 5-5 ਕਰੋੜ 7-7 ਕਰੋੜ ਅਕਲ। ਹਾਂ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ ਹਾਂਜੀ ਆਉਣੇ ਰਹੇ ਜੀ, ਆਉਣੇ ਰਹੋ ਜੀ ਤੁਸੀਂ। ਹਾਂਜੀ ਅੱਛਾ, ਮੈਂ ਤਾਂ ਦੋ ਕੁ ਗੱਲਾਂ ਕਰਨੀਆਂ ਸੀ। ਪਹਿਲਾਂ ਤਾਂ ਬ੍ਰੇਕ ਜਿਹੜੀ ਵੀਡੀਓ ਲਾਈ ਸੀ ਉਹ ਗੱਲ ਕਰਦੇ ਸੀ ਕਿ ਗੁਰੂ ਨਾਨਕ ਦੇਵ ਜੀ ਸਿੱਧਾਂ ਕੋ ਗਏ ਆ, ਇੱਥੇ ਗਏ ਉੱਥੇ ਗਏ, ਭਾਈ ਸਾਹਿਬ ਨੂੰ ਜਾਣਾ ਚਾਹੀਦਾ ਸੀ। ਇੱਕ ਤਾਂ ਉਹਨਾਂ ਨੂੰ ਸਵਾਲ ਇਹ ਪੁੱਛਣਾ ਸੀ ਵੀ ਕੀ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਮਣ ਭੇਜੇ ਸੀ ਕਿ ਸਾਡੇ ਨਾਲ ਵਿਚਾਰ ਕਰਨੀ, ਤੈਨੂੰ ਕੱਢ ਦਾਂਗੇ ਪਾਸਿਓਂ। ਛਬੀਲ ਲਾਈ ਹੋਵੇ ਸਿੱਧਾ ਨੇ, ਦੱਸੋ ਉਹਨਾਂ ਨੂੰ ਸੱਦਾ ਆਇਆ ਹੋਵੇ ਵੀ ਸਾਡੇ ਨਾਲ ਜਰੂਰ ਗੱਲ ਕਰਨੀ, ਤੈਨੂੰ ਛੇਕ ਦਾਂਗੇ ਤੇ ਗਏ ਹੁਣ। ਨਾ ਨਾ ਇਹ ਤਾਂ ਜੇ ਮਰਜ਼ੀ ਨਾ ਗਏ, ਟਕਸਾਲੀਆਂ ਨਾਲੋਂ ਨਾ ਜਿੰਦ ਬਡਾਲੀ ਹੁਣਾਂ ਨਾਲੋਂ ਜ਼ਿਆਦੇ ਸਾਨੂੰ ਸ਼ਰਮ ਤਾਂ ਸਾਡੇ ਵਿਦਵਾਨਾਂ ਤੇ ਆਉਂਦੀ ਆ ਤੇ ਉਹ ਜਿਹੜਾ ਵੀ ਉੱਠਦਾ ਇੱਕੋ ਹੀ ਗੱਲ ਯਾਰ, ਸਾਰੇ ਇੱਕੋ ਹੀ ਰੱਟ ਪਏ, ਨਹੀਂ ਭਾਈ ਸਾਹਿਬ ਤੁਹਾਨੂੰ ਜਾਣਾ ਚਾਹੀਦਾ, ਇਹਨਾਂ ਨੂੰ ਜਾਣਾ ਚਾਹੀਦਾ, ਉੱਥੇ ਜਾਣਾ ਚਾਹੀਦਾ, ਹੱਦ ਹੋ ਗਈ ਯਾਰ। ਉਹ ਕਈ ਵਾਰੀ ਕਹਿ ਚੁੱਕੇ ਆ, ਦੇਖੋ ਜੀ ਗੁਰੂ ਨਾਨਕ ਦੇਵ ਜੀ ਇੱਥੇ ਗਏ ਉੱਥੇ ਗਏ ਤਾਂ। ਅੱਛਾ ਇੱਕ ਮੈਂ ਤੁਹਾਡਾ ਹੋਰ ਕਰਨੀ ਸੀ, ਉਹ ਜਥੇਦਾਰ ਰਣਜੀਤ ਸਿੰਘ ਵਾਲੀ ਵੀਡੀਓ ਜਿਹੜੀ ਤੁਸੀਂ ਲਾਉਣੀ ਆ, ਸਲਾਮ ਸਿੰਘ ਕਹਿੰਦਾ ਸੀ। ਹਾਂਜੀ ਉਹ ਧਿਆਨ ਨਾਲ ਸੁਣਿਓ, ਇੱਕ ਤਾਂ ਉਹ ਹਰੇਕ ਨੂੰ ਹੀ ਕਹਿ ਦਿੰਦਾ ਕਿ ਸਾਫਾ ਪਾ ਕੇ ਘੜੀ ਛੇ ਲਿਆ, ਵੇਖੋ ਜੀ ਪੁਰਾਣੀ ਵੀਡੀਓ ਫਿਰਦੀ ਆ ਜਦੋਂ ਸਿੱਟ ਬਣਾਈ ਸੀਗੀ, ਮੇਰੇ ਖਿਆਲ ਕੋਈ ਕਿਸੇ ਜਥੇਦਾਰ ਨੂੰ ਕਹਿੰਦੇ ਸੀ ਪੇਸ਼, ਉਹ ਕਹਿੰਦਾ ਸੀ ਪੇਸ਼ ਸ਼ਾਇਦ ਗੁਰਭਜਨ ਸਿੰਘ ਨੂੰ, ਉਹਦੇ ਬਾਰੇ ਵੀ ਉਹਦੀ ਯੂਟਿਊਬ ਤੇ ਫਿਰਦੀ ਆ ਕਿ ਇਹਨੂੰ ਗਲਤ ਸਾਫਾ ਪਾ ਕੇ ਘੜੀ ਕੇ ਲਿਆਓ, ਜਿਹੜੀ ਸਰਕਾਰ ਦੀ ਕਮੇਟੀ ਸੀ ਉਹਦੇ ਮੂਹਰੇ। ਉਹ ਅਸਲ ਚ ਬਾਦਲਾਂ ਨੇ ਉਹਦੇ ਵਿਚਾਰੇ ਦੇ ਸਾਫਾ ਕਈ ਵਾਰੀ ਪਾ ਪਾ ਕੇ ਘਸੀਟਿਆ ਉਹਨੂੰ, ਤਾਂ ਏਦਾਂ ਲੱਗੀ ਜਾਂਦਾ ਵੀ ਏਦਾਂ। ਤੇ ਉਹ ਹਰੇਕ ਨੂੰ ਕਹਿੰਦੇ ਇੱਕੋ ਹੀ ਧਿਆਨ ਨਾਲ ਸੁਣਿਓ, ਉਹ ਮੈਂ ਸੁਣੀ ਸੀਗੀ, ਉਹ ਕਹਿੰਦਾ ਆ ਕਿ ਚਲੋ ਸੰਤੋਖ ਸਿੰਘ ਨੇ ਤਾਂ ਉਹ ਮਾਈ ਭਾਗੋ ਵਾਲੀ ਗੱਲ ਉਹ ਗਲਤ ਲਿਖ ਦਿੱਤਾ, ਤੁਹਾਡੀ ਜਵਾਨ ਚ ਕੀੜੇ ਪੈ ਜਾਣ ਜੇ ਤੁਸੀਂ ਇਹ ਗੱਲ ਕਹੋ, ਇਹਦਾ ਮਤਲਬ ਉਹਨੇ ਲਿਖ ਦਿੱਤਾ ਪਰ ਤੁਸੀਂ ਪੜੋ ਨਾ ਹੁਣ। ਛਿੱਤਰਾਂ ਵਾਲੇ ਹੀ ਆ ਯਾਰ ਇਹ ਬੰਦੇ, ਜਿਹਨਾਂ ਨੂੰ ਜੋਧੇ ਜੂਧੇ ਕਹਿੰਦੇ, ਜੋਧੇ ਜੂਧੇ ਕਹੀ ਜਾਂਦੇ ਨਾ ਤੁਸੀਂ, ਇਹ ਕੱਖ ਦੇ ਜੋਧੇ ਨੀ ਹੈਗੇ, ਬਸ ਛਿੱਤਰ ਦੇ ਯਾਰ ਖੁਰਲੀ ਦੇ ਮੰਨਣ ਵਾਲੇ। ਮੈਂ ਕਹਿੰਦਾ ਬਾਦਲ ਬਹੁਤ ਸਿਆਣਾ ਸੀ, ਅੱਜ ਦੀ ਕਿੰਨੀ ਕੁ ਤੀੜ ਆ ਨਾ, ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਕੋਈ ਇੱਦਾਂ ਦੀ ਮਾਰਦਾ ਸੀ, ਉਦੋਂ ਮੇਰੇ ਕਈ ਵਾਰੀ ਮਨ ਚ ਆਉਂਦਾ ਸੀ ਦੇਖ ਲਾ ਬਾਹਮਣ ਕਿੱਦਾਂ ਸਿਆਣਾ ਸੀ, ਹਨਾ ਪਿੰਡੋਂ ਬਾਹਰ ਰੱਖਿਓ ਸੀ ਉਹਨੇ,
ਕੋਈ ਪਤਾ ਸੀ ਨਾ ਵੀ ਜਾਣੇ ਏਦਾਂ ਦੇ ਬੰਦੇ ਜੇ ਪ੍ਰਬੰਧ ਵਿਚ ਬਹਿ ਜਾਣ ਕੀ ਕਰਨ ਜੁੱਤੀਆਂ ਖਾਣ ਰੋਜ਼ ਬੰਦਾ ਕੰਮ ਕਰੂ ਜਾਂ ਇਹਨਾਂ ਨੂੰ ਕੁੱਟੇ ਜਾਣੀ ਇੰਨਾ ਝੂਠ ਬੋਲਦੇ ਆ ਕੱਲੀ ਛੱਡ ਦਿਓ ਤੇ ਫੇਰ ਹੈਗੇ ਕਹਾਉਂਦੇ ਸਾਬਕਾ ਜਥੇਦਾਰ ਨਹੀਂ ਨਹੀਂ ਕੋਈ ਸ਼ੱਕ ਨੀ ਜੀ ਕੋਈ ਸ਼ੱਕ ਨੀ ਕਮੀਣੇ ਆ ਕਮੀਣੇ ਇੱਕ ਮੈਂ ਭਾਜੀ ਡੀ ਆਈ ਜੀ ਟਵਾਲ ਬਾਰੇ ਗੱਲ ਕਰਨੀ ਆ ਕਈ ਵਾਰੀ ਅੱਗੇ ਤੁਹਾਡੇ ਸ਼ੋਅ ਚ ਗੱਲ ਚੱਲਦੀ ਹੁੰਦੀ ਮੈਂ ਫੋਨ ਲਾਉਣ ਦੀ ਟਰਾਈ ਕੀਤੀ ਆ ਤੇ ਲੱਗਦਾ ਨੀ ਸੀ ਤਾਂ ਅੱਜ ਮੈਂ ਕਿਹਾ ਹੁਣ ਲੱਗ ਗਿਆ ਤੇ ਹੁਣ ਲਾਹਾ ਲੈ ਲਈਏ ਹਾਂਜੀ ਤੇ ਜਦੋਂ ਉਹਦੀ ਅਟਵਾਲ ਦੀ ਡੈਥ ਹੋਈ ਆ ਮੈਂ ਉਦੋਂ ਉਹ ਅਖਬਾਰ ਦੇ ਵਿੱਚ ਉਹ ਨਿਊਜ਼ ਪੜ੍ਹੀ ਸੀਗੀ ਉਸ ਟਾਈਮ ਦੇ ਉੱਤੇ ਉਹ ਚ ਲਿਖਿਆ ਸੀ ਕਿ ਉਹ ਪੱਕਾ ਗੁਰਸਿੱਖ ਸੀਗਾ ਉਹਨਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਦੀ ਬੀਜ ਸੀਗੀ ਤੇ ਮੈਨੂੰ ਇਸ ਗੱਲ ਨੇ ਮੈਨੂੰ ਬਹੁਤ ਹਰਟ ਕੀਤਾ ਸੀ ਜੇ ਉਹਨਾਂ ਦਾ ਕੋਈ ਰਿਸ਼ਤੇਦਾਰੀ ਚੋਂ ਜਾਂ ਦੂਰੋਂ ਨੇੜਿਓਂ ਪਿੰਡ ਦਾ ਕੋਈ ਹੋਵੇ ਤਾਂ ਸ਼ਾਇਦ ਕਾਲ ਕਰਕੇ ਐਕਸਪਲੇਨ ਕਰ ਸਕਦੀ ਕਿਉਂਕਿ ਮੈਂ ਉਦੋਂ ਅਖਬਾਰ ਚ ਪੜਿਆ ਸੀ ਉਦੀ ਗੱਲ ਮੇਰੇ ਦਿਮਾਗ ਚ ਹਜੇ ਵੀ ਉਹ ਬੈਠੀ ਹੋਈ ਆ ਤੇ ਮੈਨੂੰ ਇਸ ਗੱਲ ਨੇ ਹਰਟ ਕੀਤਾ ਸੀ ਕਿ ਗੁਰਸਿੱਖ ਬੰਦਾ ਜਿਹਦੇ ਘਰੇ ਗੁਰੂ ਗ੍ਰੰਥ ਸਾਹਿਬ ਦੀ ਪੀੜ ਹੈ ਉਹ ਹਰਿਮੰਦਰ ਸਾਹਿਬ ਪ੍ਰਕਰਮਾ ਦੇ ਵਿੱਚ ਦੇਖੋ ਗੋਲੀ ਨਾਲ ਮਾਰਿਆ ਗਿਆ ਤੇ ਉਹਦੇ ਬਾਰੇ ਇੱਕ ਮੈਂ ਗੱਲ ਹੋਰ ਕਰਨੀ ਆ ਕਿ ਅਕਸਰ ਅਸੀਂ ਕੰਪਲੇਂਟ ਕਰਦੇ ਹਾਂ ਕਿ ਦੇਖੋ ਜੀ ਆਹ ਪੁਲਿਸ ਅਫਸਰ ਬਹੁਤ ਜ਼ੁਲਮ ਕਰਦਾ ਸੀ ਆਹ ਕਰਦਾ ਸੀਗਾ ਆਲਮ ਕਰਦਾ ਸੀ ਉਹ ਕਰਦਾ ਸੀ ਆਹ ਕਰਦਾ ਸੀ ਹੁਣ ਜਿਹੜੇ ਤਾਂ ਉਹ ਅਟਵਾਲ ਵਰਗੇ ਭਲੇ ਮਾਨਸ ਬੰਦੇ ਸੀਗੇ ਉਹ ਤੁਸੀਂ ਮਾਰ ਦਿੱਤੇ ਤੇ ਫਿਰ ਚਾਹੁੰਦੇ ਕਿੱਦਾਂ ਦੇ ਫਿਰ ਅਫਸਰ ਕਿੱਦਾਂ ਦੇ ਚਾਹੁੰਦੇ ਆ ਤੁਸੀਂ ਨਾ ਉਦੋਂ ਕਿਸੇ ਵੀ ਲੀਡਰ ਨੇ ਸਿੱਖ ਮੁੰਡਿਆਂ ਨੂੰ ਕਿਸੇ ਨੇ ਨੀ ਕਿਹਾ ਵੀ ਭਾਈ ਤੁਸੀਂ ਭਰਤੀ ਹੋਵੋ ਪੁਲਿਸ ਦੇ ਵਿੱਚ ਕਿਸੇ ਨੇ ਨੀ ਕਿਹਾ ਬਈ ਦੇਖੋ ਜੀ ਪੁਲਿਸ ਵਾਲੇ ਤਾਂ ਬਹੁਤ ਜਿਹੜੇ ਆ ਉਹ ਗਲਤ ਮੁੰਡੇ ਭਰਤੀ ਹੋ ਰਹੇ ਆ ਬੰਦੇ ਹੋ ਰਹੇ ਆ ਵੀ ਤਾਂ ਬਹੁਤ ਜ਼ੁਲਮ ਕਰਦੇ ਕੁੱਟਦੇ ਮਾਰਦੇ ਆ ਵੀ ਚੰਗੇ ਘਰਾਂ ਦੇ ਸਿੱਖ ਮੁੰਡੇ ਭਾਈ ਤੁਸੀਂ ਭਰਤੀ ਹੋਵੋ ਕਿਸੇ ਲੀਡਰ ਦਾ ਕੋਈ ਉਦਾਂ ਬਿਆਨ ਦਿਖਾਲ ਦਿਓ ਕਿਹਾ ਹੋਵੇ ਅੱਛਾ ਨਾ ਹੀ ਕੋਈ ਚੰਗਾ ਬੰਦਾ ਉਦੋਂ ਭਰਤੀ ਹੁੰਦਾ ਸੀ ਇੱਕ ਸਵਾਲ ਹੋ ਰਿਹਾ ਟਕਸਾਲੀਆਂ ਨੂੰ ਇਹ ਅਟਵਾਲ ਦੇ ਰਿਕਾਰਡ ਵਿੱਚੋਂ ਕੁਛ ਕਰ ਸਕਦੇ ਸਾਬਤ ਪਏ ਉਹ ਕੀ ਉਹਨੇ ਗਲਤ ਕੀਤਾ ਸੀ ਸਿੱਖ ਕੌਮ ਦੇ ਖਿਲਾਫ ਸ਼ਾਇਦ ਉਹਨੇ ਜਦੋਂ ਫੜ ਹੋਇਆ ਸੀਗਾ ਸੋਢੀ ਪਹਿਲਾਂ ਹਥਿਆਰ ਲੈ ਕੇ ਆਉਂਦਾ ਬਾਰਡਰ ਦੇ ਉੱਤੇ ਸ਼ਾਇਦ ਉਹਨੇ ਇੰਟਰੋਗੇਟ ਕੀਤਾ ਸੀਗਾ ਨਹੀਂ ਫੇਰ ਉਹ ਜਾਨੀ ਇਦਾਂ ਹੁਣ ਮੈਂ ਸ਼ੋਰ ਨਹੀਂ ਪਰ ਉਹਦੀ ਡਿਊਟੀ ਸੀ ਉਹ ਤਾਂ ਡਿਊਟੀ ਸੀ ਉਹ ਕੀ ਕਰੂਗਾ ਅਗਲਾ ਫੜ ਹੋਇਆ ਨਜਾਇਜ਼ ਆਹੋ ਜਾਂ ਨਜਾਇਜ਼ ਹਥਿਆਰ ਫੜ ਹੋਏ ਆ ਬਾਹਰੋਂ ਯੂਪੀ ਵਗੈਰਾ ਤੋਂ ਜਿੱਥੋਂ ਦਿੱਲੀ ਤੋਂ ਲਿਆਇਆ ਸੀਗਾ ਦਿੱਲੀਓਂ ਪਤਾ ਨੀ ਇਹਨਾਂ ਨੇ ਕਾਂਗਰਸੀਆਂ ਨੇ ਦਿੱਤੇ ਹੋਣੇ ਕੋਈ ਪਤਾ ਨੀ ਏਜੰਸੀਆਂ ਨੇ ਦਿੱਤੇ ਹੋਣ ਉਹ ਪੰਜਾਬ ਦੇ ਬਾਰਡਰ ਤੇ ਫੜ ਹੋਇਆ ਸੀਗਾ ਤੇ ਉਹ ਮੈਨੂੰ ਜਿਹਦਾ ਪੱਕਾ ਸ਼ੋਰ ਨੀ ਹੈਗਾ ਵੀ ਮੈਨੂੰ ਲੱਗਦਾ ਵੀ ਇੱਦਾਂ ਹੋਈ ਸੀ ਪੜ੍ਹੀ ਸੀ ਕਿਤੇ ਇਹ ਗੱਲ ਚਲੋ ਹੁਣ ਪੁਰਾਣੀਆਂ ਤੀਹ ਪੈਂਤੀ ਸਾਲ ਪੁਰਾਣੀਆਂ ਗੱਲਾਂ ਚੇਤਾ ਭੁੱਲਣ ਲੱਗ ਪਿਆ ਤਾਂ ਤੁਸੀਂ ਰੇਡੀਓ ਸ਼ੁਰੂ ਕੀਤਾ ਤਾਂ ਮੁੜ ਕੇ ਹੁਣ ਦੁਬਾਰਾ ਫੇਰ ਮਨ ਦੇ ਵਿੱਚ ਉਹ ਪੁਰਾਣੀਆਂ ਚੇਤੇ ਆ ਗਈਆਂ ਨਹੀਂ ਤਾਂ ਇਹ ਸਭ ਭੁੱਲ ਵਿਸਰ ਗਏ ਸੀ ਛੱਡ ਛੁੱਟ ਦਿੱਤਾ ਸੀ ਸਾਰਾ ਕੁਛ ਨਹੀਂ ਨਹੀਂ ਉਹ ਤਾਂ ਕੁਛ ਨਾ ਕੁਛ ਦੱਸਣਾ ਚਾਹੀਦਾ ਹੈ ਨੀ ਸੀ ਬਾਕੀ ਉਹਨੇ ਵੀ ਕੋਈ ਇੱਦਾਂ ਥੋੜਾ ਸੀ ਉਹ ਜੇ ਉਹ ਤੇ ਹਥਿਆਰ ਫੜੀ ਤਾਂ ਉਹਨੇ ਉਹਦੇ ਘਰ ਦਾ ਟੱਬਰ ਚੱਕ ਕੇ ਲੈ ਗਿਆ ਸੀ ਬੀਬੀਆਂ ਭੈਣਾਂ ਨੂੰ ਥਾਣੇ ਬਹਾਲ ਲਿਆ ਸੀ ਬਈ ਕੁਛ ਇੱਦਾਂ ਦਾ ਕੀਤਾ ਸੀ ਇੱਦਾਂ ਦਾ ਤਾਂ ਨੀ ਸੀਗਾ ਉਹਨੇ ਫੜਿਆ ਹੋਊਗਾ ਇੰਟੈਰੋਗੇਟ ਕੀਤਾ ਹੋਊਗਾ ਜੋ ਵੀ ਉਹਨਾਂ ਦਾ ਸਿਸਟਮ ਹੋਊਗਾ ਤੁਹਾਨੂੰ ਕਰਨਾ ਹੀ ਪੈਣਾ ਸੀ ਨਹੀਂ ਕਰਨਾ ਨਾਲੇ ਇਹਨਾਂ ਨੇ ਲੈਸਨ ਦਿੱਤਾ ਨਾ ਵੀ ਬਾਅਦ ਵਿੱਚ ਭਾਈ ਜੇ ਕੋਈ ਬੰਦਾ ਹੱਥ ਆਵੇ ਛੱਡਿਓ ਨਾ ਉਸੇ ਵੇਲੇ ਮਾਰ ਦਿਓ ਨਹੀਂ ਤਾਂ ਤੁਹਾਨੂੰ ਕਤਲ ਕਰਨਗੇ ਉਹ ਬਸ 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 ਨਾਲੇ ਫਿਰ ਪੁਲਿਸ ਦੇ ਵਿੱਚ ਭਾਈ ਉਦਾਂ ਦੇ ਭਰਤੀ ਹੋਵੋ ਅਫਸਰ ਵਿੱਚ ਚੰਗਿਆਂ ਬੰਦਿਆਂ ਦਾ ਕੋਈ ਕੰਮ ਨੀ ਹੈਗਾ ਚੱਕ ਕੇ ਜਿਹੜਾ ਆਉਂਦਾ ਹੱਥ ਠੋਕ ਦਿਓ ਮੁਕਾਬਲਾ ਬਣਾਓ ਉਸੇ ਵੇਲੇ ਹਾਂ ਸਾਨੂੰ ਅਫਸਰ ਪੁਲਿਸ ਦੇ ਵਿੱਚ ਏਦਾਂ ਦੇ ਅਟਵਾਲ ਵਰਗੇ ਅਫਸਰ ਨੀ ਸਾਨੂੰ ਚਾਹੀਦੇ ਪੁਲਿਸ ਦੇ ਵਿੱਚ ਨਾ 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 ਏਦਾਂ ਦੇ ਨੀ ਅਸੀਂ ਰੱਖਣੇ ਭਾਈ ਤੁਸੀਂ ਤਾਂ ਥੋੜਾ ਜਿਹਾ ਘੈਂਟ ਜਿਹਾ ਲਿਆਓ ਇਹ ਤਾਂ ਬੰਦਾ ਭਲਾ ਮਾਨਸ ਬੰਦਾ ਆ ਜਿਹੜਾ ਉੱਥੇ ਹਰਿਮੰਦਰ ਸਾਹਿਬ ਆ ਗਿਆ ਮੱਥਾ ਟੇਕਣ ਏਦਾਂ ਦੇ ਟਾਈਮ ਦੇ ਵਿੱਚ ਵੀ ਨਹੀਂ ਨਹੀਂ ਹੁਣ ਸੁਮੇਧ ਸੈਣੀ ਦੇਖ ਲਓ ਸੁਮੇਧ ਸੈਣੀ ਨੇ ਇੰਨੇ ਮੁਕਾਬਲੇ ਬਣਾਏ ਇੰਨੇ ਕਤਲ ਕੀਤੇ ਉਹ ਬੰਦਾ ਹੁਣ ਜਾਣੀ ਉਹੀ ਜਿਹਦੇ ਬਾਦਲ ਨਾਲ ਧੁੰਮਾ ਬੈਠਾ ਉਹਦੇ ਨਾਲ ਸੁਮੇਧ ਸੈਣੀ ਬੈਠਾ ਤੇ ਉਦੋਂ ਕੋਈ ਚੰਗਾ ਚੰਗੇ ਘਰ ਦਾ ਕੋਈ ਚੰਗਾ ਭਲਾ ਮਾਨਸ ਮੁੰਡਾ ਕੋਈ ਪੁਲਿਸ ਦੇ ਵਿੱਚ ਅਫਸਰ ਬਣਨ ਦੀ ਕੋਸ਼ਿਸ਼ ਕਰਦਾ ਵੀ ਨਹੀਂ ਸੀ ਜਿਹਨੂੰ ਕੋਈ ਹੋਰ ਨੌਕਰੀ ਮਿਲ ਜਾਂਦੀ ਸੀ ਮਤਲਬ ਜਿਹਦੇ ਕੋਲ ਆਪਸ਼ਨ ਹੁੰਦੀ ਸੀ ਕਿ ਮੈਂ ਇੰਜੀਨੀਅਰ ਬਣ ਜਾਊਂ ਜਾਂ ਡਾਕਟਰ ਬਣ ਜਾਊਂ ਜਾਂ ਮੇਰਾ ਨੰਬਰ ਇੱਧਰ ਆਜੂਗਾ ਉਹ ਨੀ ਸੀ ਇੱਧਰ ਨੂੰ ਜਾਂਦਾ ਚਲੋ ਠੀਕ ਹੈ ਜਿਹਨਾਂ ਨੂੰ ਨੌਕਰੀ ਕਿਸੇ ਪਾਸੇ ਨਹੀਂ ਸੀ ਮਿਲਦੀ ਜਾਂ ਜਿਹਨਾਂ ਦਾ ਕੋਈ ਪਹਿਲਾਂ ਉਹਦੇ ਵਿੱਚ ਫੋਰਸ ਦੇ ਵਿੱਚ ਹੁੰਦਾ ਹੈ ਕੋਈ ਆਲਰੇਡੀ ਲੱਗਾ ਹੈ ਉਹਨੇ ਤਾਂ ਚਲੋ ਬਣਨਾ ਹੁੰਦਾ ਪਰ ਇੱਦਾਂ ਵੀ ਉਦੋਂ ਕੋਈ ਗੱਲ ਨਹੀਂ ਸੀ ਕਿ ਕਿਸੇ ਲੀਡਰ ਨੇ ਕਿਹਾ ਹੋਵੇ ਭਾਈ ਚੰਗੇ ਮੁੰਡੇ ਭਰਤੀ ਹੋਵੋ ਪੁਲਿਸ ਦੇ ਵਿੱਚ ਤਾਂ ਜੋ ਪੁਲਿਸ ਦਾ ਸੁਧਾਰ ਹੋ ਸਕੇ ਚੰਗਿਆਂ ਤਾਂ ਸਮਝ ਨੀ ਮਾਰਿਆ ਹੀ ਆ ਸਹੀ ਗੱਲ ਆ ਸਹੀ ਗੱਲ ਤੇ ਫਿਰ ਕਹਿੰਦੇ ਕਈ ਪੁਲਿਸ ਵਾਲੇ ਮਾੜੇ ਸੀ
ਚੰਗਾ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਵਟਸਐਪ ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ ਗੁਰੂ ਫਤਿਹ ਜੀ, ਆਗਿਆ ਸਿੰਘ ਬੋਲ ਰਹੇ ਇੰਡੀਆ ਤੋਂ। ਹਾਂਜੀ ਹਾਂਜੀ, ਸੁਣਾਓ ਜੀ। ਹਾਂਜੀ ਆਉਣੇ ਤੁਸੀਂ, ਬਸ ਵਧੀਆ ਸਰ, ਤੁਸੀਂ ਸੁਣਾਓ। ਆਉਣੇ ਉਹ ਚੱਲਦੇ ਸੀ ਵਿਦਵਾਨਾਂ ਦੀ ਗੱਲ, ਤੇ ਮੈਂ ਵੀ ਤੁਹਾਨੂੰ ਛੋਟਾ ਜਿਹਾ ਆਪਣਾ 3 ਦਿਨ ਪਹਿਲੇ ਦਾ ਐਕਸਪੀਰੀਅੰਸ ਦੱਸਦਾ। ਇੱਕ ਸਾਡੇ ਪੜੋਸੀ ਚ ਰਹਿੰਦੇ ਨੇ, ਉਹ ਰਿਟਾਇਰਡ ਚੀਫ ਕਮਿਸ਼ਨਰ ਇਨਕਮ ਟੈਕਸ ਤੋਂ, 22-23 ਕਿਤਾਬਾਂ ਲਿਖੀਆਂ ਉਹਨਾਂ ਨੇ। ਤੁਹਾਨੂੰ ਵੀ ਮਿਲਿਆ ਸੀ ਆ ਕੇ ਨਿਊਜ਼ੀਲੈਂਡ ਇੱਕ ਵਾਰੀ 2 ਸਾਲ ਪਹਿਲੇ। ਹਾਂਜੀ ਹਾਂਜੀ ਹਾਂਜੀ, ਜਦੋਂ 100 ਸਿੱਖ ਲੱਭਦੇ ਸੀ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਫਿਰ ਇੱਕ ਡਾਇਰੈਕਟਰੀ ਵੀ ਕੱਢੀ ਸੀ ਪਹਿਲੇ ਉਹਨਾਂ ਨੇ, ਜਿਹੜਾ ਸੀ ਰੋਲ ਮਾਡਲ ਕੱਢੇ ਸੀ, ਜਿਹੜਾ ਬਾਦਲ ਵੀ ਲਿਆ ਸੀ ਉਹਨਾਂ ਨੇ 500 ਰੋਲ ਮਾਡਲ। ਹਾਂਜੀ ਹਾਂਜੀ, ਤੇ ਉਹ ਮੈਨੂੰ ਕਹਿਣ ਲੱਗੇ ਕਿ ਜੀ ਮੈਂ ਨਾ ਹਿਸਟੋਰੀਅਨ ਸੱਦਣਾ ਹੈ ਉਹ ਦੋਕੇ ਨੂੰ ਘਰ ਚ। ਉਹਦੀ ਮੈਂ ਉਹਨਾਂ ਦੇ ਮੀਟਿੰਗਾਂ ਚ ਕਈ ਵਾਰੀ ਜਾ ਨੀ ਰਿਹਾ, ਮੈਂ ਕਿਹਾ ਤੁਹਾਡੇ ਸਾਡੇ ਵਿਚਾਰ ਤੇ ਮਿਲਦੇ ਨੀ ਹੈਗੇ। ਉਹ ਕਹਿਣ ਲੱਗੇ ਦੋਕੇ ਸੱਦਣਾ ਨੇ, ਮੈਂ ਕਿਹਾ ਦਲਗੀਰ ਹੈਗਾ, ਇੱਕ ਹੋਰ ਸੋਹਣ ਸਿੰਘ ਇਤਿਹਾਸਕਾਰ ਹੈਗਾ, ਇੱਦਾਂ ਕਾਫੀ ਹੈਗੇ, ਉਹਨਾਂ ਨੂੰ ਨੰਬਰ ਦੇ ਦਿਓ। ਇੱਕ ਦੋ ਹੋਰ ਇੱਧਰ ਲੱਭ ਦਿੰਦੇ ਅਸੀਂ, ਜਿਹੜੇ ਤਾਂ ਮਾੜੇ ਮੋਟੇ ਇਸੇ ਨਸਲ ਉਹਨਾਂ ਨੂੰ ਚਾਹੀਦੇ ਨੇ। ਮੈਂ ਸਪੀਕਰ ਲੈ ਗਿਆ ਤਾਂ ਦੋਕੇ ਦੀ ਮੈਂ ਜਿਹੜੀ ਹੈਗੀ ਤੁਹਾਡੇ ਵੀਡੀਓ ਵਿਰਸਾ ਤੇ ਜਿਹੜੀ ਉਹਦੀ ਡਿਸਕਸ਼ਨ ਹੋਈ ਸੀ, ਮੈਂ ਉਹਨੂੰ ਸੁਣਾਈ ਉਹਨੂੰ। ਹਾਂਜੀ, ਤੇ ਸੁਣ ਕੇ ਨਾ ਉਸ ਤੋਂ ਬਾਅਦ ਕਹਿੰਦੇ ਨੇ ਜਿਹੜਾ ਸੁਣਾ ਰਿਹਾ ਨਾ ਇਹਦਾ ਕਰੈਕਟਰ ਠੀਕ ਨੀ ਹੈਗਾ। ਅੱਛਾ, ਸਿੰਘ ਸੁਣਾ ਰਿਹਾ ਸੀ ਬਲਜਿੰਦਰ। ਮੈਂ ਗੱਲ ਆ, ਸਹੀ ਵਿਦਵਾਨ ਹੈ, ਸਹੀ ਡੈਫੀਨੇਸ਼ਨ ਤੁਸੀਂ ਦਿੰਦੇ ਉਹਨਾਂ ਦੀ, ਬਈ ਬਜਾਏ ਉਹਨੂੰ ਬੰਦੇ ਨੂੰ ਜਦੋਂ ਤੂੰ ਕਰ ਸਕ ਰਿਹਾ, ਉਹ ਕਰ ਸਕਣ ਲੱਗ ਹੈ ਉਹ ਬੰਦਾ। ਉਹ ਕਹਿ ਰਿਹਾ ਜੀ ਰੇਡੀਓ ਤੇ ਜਿਹੜੀ ਹੈ ਜਿੱਦਾਂ ਜਿਸ ਤਰ੍ਹਾਂ ਡਿਸਕ੍ਰਾਈਬ ਕਰ ਰਹੇ ਨੇ ਨਾ, ਇਹਨਾਂ ਦਾ ਕਰੈਕਟਰ ਵੀ ਠੀਕ ਨੀ ਹੈਗਾ। ਨਹੀਂ ਨਹੀਂ ਠੀਕ ਆ ਜੀ, ਉਹ ਤਾਂ ਵਧੀਆ, ਇਹਨਾਂ ਨੂੰ ਤਾਂ ਇੱਦਾਂ ਦੇ ਤੂੰ ਕਹਾਂ, ਠੀਕ ਹੈ ਵਧੀਆ, ਤੁਸੀਂ ਲਿਜਾ ਸੱਦਣ ਦਿਓ ਦੁਕੇ ਨੂੰ, ਘਰੇ ਉਹਨਾਂ ਨੂੰ ਪੁੱਛ ਲਓ ਕੁੜੀਆਂ ਕੜੀਆਂ ਹੈਗੀਆਂ 2-4। ਚਲੋ ਹੋਰ ਕਿਸੇ ਨੂੰ ਸੱਦ ਲੈਣ, ਪੈਸੇ ਕਿਰਾਏ ਕਰੂਏ ਤੇ ਇੱਦਾਂ ਉਦੋਂ ਕੇ ਨੂੰ ਹੱਥ ਹੁੱਥ ਫੇਰਨ ਨੂੰ ਚਾਹੀਦਾ ਹੁੰਦਾ। ਹਾਂਜੀ ਹਾਂਜੀ, ਆਹੋ ਤੇ ਵੈਸੇ ਮੈਂ ਆਪ ਜਦੋਂ ਦੱਸਾਂ, ਮੇਰੇ 2 ਭਾਜੀ ਆ ਤੇ ਉਹਨਾਂ ਨੇ ਤੁਹਾਡਾ ਰੇਡੀਓ ਵਿਰਸਾ ਜਦੋਂ ਸੁਣਨੀਆਂ ਨੇ, ਉਹਨਾਂ ਦਾ IQ ਲੈਵਲ ਜਿਹੜਾ ਬਹੁਤ ਵੱਧ ਗਿਆ। ਉਹਨਾਂ ਨੇ ਪ੍ਰਭਾਤ ਫੇਰੀਆਂ ਅਖੰਡ ਪਾਠ ਸਾਹਿਬ ਬੰਦ ਕਰਾ ਤੇ, ਤੇ ਹੁਣ ਆਪਣੀ ਬਿਟੀਆ ਉਹਨਾਂ ਨੇ ਭੇਜੀ ਉੱਥੇ ਕੈਨੇਡਾ ਪੜ੍ਹਨ ਵਾਸਤੇ, ਤੇ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਕਹਿੰਦੇ ਗੁਟਕੇ ਲੈ ਜਾ। ਉਹਨੇ ਸਭ ਦੇ ਸਾਹਮਣੇ ਕਿਹਾ ਵੀ ਏਦਾਂ ਤੂੰ ਇੱਕੋ ਗੁਟਕਾ ਤੇਰੇ ਕੋਲ ਹੈਗਾ ਰੇਡੀਓ ਵਿਰਸਾ, ਤੂੰ ਉਹਨੂੰ ਸੁਣੀ ਬਸ। ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਦੇਖੋ ਜੀ ਜਿਹੜਾ ਹੈਗਾ ਕਿੰਨਾ ਪ੍ਰੈਕਟੀਕਲਿਟੀ ਜਿਹੜੀ ਕਿੰਨੀ ਆ ਰਹੀ ਹੈ। ਨਹੀਂ ਜੀ, ਕੋਈ ਅੱਜ ਦੇ ਸਮੇਂ ਚ ਨਾ ਇਮਾਨਦਾਰੀ ਨਾਲ ਜੇ ਸੋਚਾਂਗੇ ਕਿਸੇ ਚੀਜ਼ ਦੀ ਲੋੜ ਨਹੀਂ। ਜਿਹੜਾ ਬੰਦਾ ਆਪਣੀ ਜ਼ਿੰਮੇਵਾਰੀ ਨਿਭਾਉਣ ਲੱਗ ਪਿਆ ਨਾ, ਉਹ ਤਾਂ ਬਾਣੀ ਬਣ ਜਾਣਾ, ਉਹਦੀ ਜ਼ਿੰਦਗੀ ਚ ਬਾਣੀ ਪ੍ਰਗਟ ਹੋਣ ਲੱਗ ਪੈਣੀ ਆ। ਜਿਹੜੇ ਉਹਦੇ ਕੰਮ ਹੋਣੇ ਆ, ਉਹਦੀਆਂ ਗੱਲਾਂ ਹੋਣੀਆਂ, ਉਹ ਗੁਰਬਾਣੀ ਵਰਗੀਆਂ ਹੋਣੀਆਂ ਆ। ਗੁਰੂ ਸਾਹਿਬ ਵਰਗਾ ਜੀਵਨ ਜੀਣ ਲੱਗ ਪੈਣਾ ਜਿਹੜਾ ਜ਼ਿੰਮੇਵਾਰ ਬਣ ਗਿਆ। ਬਿਲਕੁਲ ਬਿਲਕੁਲ ਜੀ, ਇਮਾਨਦਾਰ ਹੋਊਗਾ ਜਿਹੜਾ ਬੰਦਾ, ਜ਼ਿੰਮੇਵਾਰ ਹੋਊਗਾ, ਇਮਾਨਦਾਰ ਹੋਊਗਾ, ਆਪਣੇ ਕੰਮ ਪ੍ਰਤੀ ਵਫ਼ਾਦਾਰ ਹੋਊਗਾ, ਠੀਕ ਆ, ਫੇਰ ਕਰੂਗਾ ਉਹ। ਇੱਕ ਹੋਰ ਸਰੋਤੇ ਆ ਸਾਡੇ ਨਾਲ ਵਟਸਐਪ ਤੇ, ਤੁਸੀਂ ਆਉਂਦੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ, ਗੁਰੂ ਫਤਿਹ। ਪਹਿਲਾਂ ਤਾਂ ਇਹ ਦੱਸੋ ਸਿਹਤ ਠੀਕ ਆ ਜੀ? ਹਾਂਜੀ ਹਾਂਜੀ ਹਾਂਜੀ, ਸਿਹਤ ਤਾਂ ਹਾਂਜੀ, ਕਿਉਂਕਿ ਉਹ ਜਿਹੜੀ ਤੁਸੀਂ ਵੀਡੀਓ ਲਾਏ ਸੀ ਨਾ, ਉਹ ਕਹਿ ਰਹੇ ਸੀ ਕਹਿੰਦੇ ਵੀ ਜਿਨ੍ਹਾਂ ਜਿਨ੍ਹਾਂ ਨੂੰ 500 ਸਿੱਖ ਆ ਨਾ, ਕਹਿੰਦੇ ਉਹ ਹਿੱਲੇ ਫਿਰਦੇ ਨੇ ਕਹਿੰਦੇ। ਆਹੋ, ਉਹ ਤਾਂ ਫਿਰ ਹੁਣ ਉਨੀ ਤਾਂ ਉਹਨਾਂ ਲਈ ਤਾਂ ਪਮਾਨਾ ਹੀ ਇਹ ਆ ਨਾ। ਨਾਲੇ ਉਹ ਕਹਿੰਦੇ ਵੀ ਜਿਹੜਾ ਸੱਚ ਪਹਿਲਾਂ ਕੋਈ ਗੱਲ ਜਿਹੜੀ ਕਰਨ ਵਾਲੀ ਉਹ ਕਰ ਲਈਏ, ਜਿਹੜੀ ਹੁਣ ਆਪਣੇ ਵੀਰ ਉਹ ਕਰਦੇ ਸੀ ਨਾ ਉੱਥੇ ਵਾਲੇ, ਆਪਣਾ ਜਿਹੜਾ ਲੰਬਾ ਟਾਈਮ ਲੱਗੇ ਰਹੇ ਤੁਹਾਡੇ ਨਾਲ, ਗੁਰੂ ਦੀ ਗੱਲ ਕਰਦੇ ਸੀਗੇ, ਸਤਨਾਮ ਸਿੰਘ। ਸਤਨਾਮ ਸਿੰਘ, ਹੁਣ ਦੇਖੋ ਜਿੱਥੇ ਗੁਰਬਾਣੀ ਨੇ ਕਿਹਾ ਨੀ ਜਹਾਂ ਗਿਆਨ ਤਹਿ ਧਰਮ ਹੈ, ਗੁਰੂ ਨਾਨਕ ਸਾਹਿਬ ਦੇ ਅੰਦਰ ਪਹਿਲਾਂ ਗਿਆਨ ਪੈਦਾ ਹੋਇਆ। ਗੁਰੂ ਤਾਂ ਅਸੀਂ ਬਾਅਦ ਚ ਕਹਿਣ ਲੱਗੇ ਨਾ, ਸਾਡੇ ਜਿਵੇਂ ਟੀਚਰ ਦੀ ਗੱਲ ਕਰਦੇ ਹਾਂ ਅਸੀਂ, ਹੁਣ ਉਹ ਗਿਆਨ ਪੈਦਾ ਹੋਇਆ ਤਾਂ ਉਹ ਗਿਆਨ ਸਾਡੇ ਕੋਲ ਸਾਨੂੰ ਦੇ ਕੇ ਗਏ ਨੇ, ਠੀਕ ਆ। ਫਿਰ ਦੂਜੀ ਗੱਲ, ਫਿਰ ਉਦੋਂ ਬਾਅਦ ਧਰਮ ਸ਼ੁਰੂ ਹੋਇਆ। ਜਿਹੜਾ ਧਰਮ ਕਿਹੜਾ, ਉਹਨਾਂ ਨੇ ਕਿਹਾ ਵੀ ਸਭ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਉੱਥੇ ਕਿਸੇ ਕੋਈ ਬੰਦਿਸ਼ ਨੀ ਆਉਂਦੀ, ਉੱਥੇ ਸਾਰਿਆਂ ਨੂੰ ਬਰਾਬਰਤਾ ਦੀ ਗੱਲ ਆਉਂਦੀ ਆ, ਉਸ ਗਿਆਨ ਰਾਹੀਂ ਜਿਹੜੇ ਗਿਆਨ ਦੀ ਅਸੀਂ ਗੱਲ ਕਰਦੇ ਸੀਗੇ।
ਤੇ ਹੁਣ ਦੂਜੀ ਗੱਲ ਇਹ ਜਿਹੜੀ ਆਹ ਇੱਥੇ ਬੈਠੇ ਇਹ ਬੰਦੇ ਕਹਿ ਰਹੇ ਸੀ ਵੀ ਜਾਂ ਤਾਂ ਭਾਈ ਰਣਜੀਤ ਸਿੰਘ ਨੂੰ ਕਹਿ ਵੀ ਤੂੰ ਜਿਹੜਾ ਇਤਿਹਾਸ ਤੈਨੂੰ ਪਤਾ ਸਾਨੂੰ ਉਹ ਸੁਣਾ, ਨਹੀਂ ਤਾਂ ਜਿਹੜਾ ਜਿਹੜਾ ਲਿਖਿਆ ਹੋਇਆ ਅਸੀਂ ਸਾਰੇ ਉਹਨੂੰ ਮੰਨਦੇ ਹਾਂ, ਉਹ ਕੰਜਰੋ ਤੁਸੀਂ ਤਾਂ ਰਾੜੇ ਵਾਲਿਆਂ ਨੇ ਜਿਹੜੀਆਂ ਹੁਣ ਤੱਕ ਕਿਤਾਬਾਂ ਹੁਣ ਲਿਖੀਆਂ ਨੇ ਤੁਹਾਡੇ ਸਾਹਮਣੇ, ਤੁਸੀਂ ਤਾਂ ਉਹਨੂੰ ਵੀ ਇਤਿਹਾਸ ਮੰਨੀ ਬੈਠੇ ਹੋ, ਤੁਹਾਡੇ ਸਾਹਮਣੇ ਸਾਰਾ ਕੁਛ ਪਰੂਫ ਆ, ਅਸੀਂ ਫਿਰ ਇਹ ਤੁਸੀਂ ਇਹਨੂੰ ਇਤਿਹਾਸ ਮੰਨਦੇ ਹੋ, ਉਹਨਾਂ ਦੇ ਚੇਲੇ ਵੀ ਮੰਨਦੇ ਨੇ, ਫਿਰ ਤੁਹਾਡੀ ਸੋਚ ਤੇ ਉਹਨਾਂ ਦੇ ਵਿੱਚ ਫਰਕ ਕਿਤੇ ਵੀ ਹੈ ਨੀ ਗਾ, ਬਿਲਕੁਲ ਹੀ ਹੈ ਨਹੀਂ, ਹੈ ਨਹੀਂ, ਹੈ ਨਹੀਂ ਜੀ। ਉਹਦੀ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਆ, ਅਸੀਂ ਜਿਹੜਾ ਅਸੀਂ ਹੁਣ ਤੱਕ ਕਹਿੰਦੇ ਹਾਂ ਨਾ ਵੀ ਹਰਿਮੰਦਰ ਸਾਹਿਬ ਚੋਂ ਮੂਰਤੀਆਂ ਆਪਣੇ ਦਰਬਾਰ ਸਾਹਿਬ ਚੋਂ ਜੀ ਮੂਰਤੀਆਂ ਚੁਕਾ ਦਿੱਤੀਆਂ ਗਈਆਂ ਸੀਗੀਆਂ, ਹਨਾ ਇਹੀ ਕਹਿੰਦੇ ਹਾਂ ਨਾ, ਪਰ ਅੱਜ ਜਿਹੜੀ ਮੈਂ ਗੱਲ ਕਹਿਣ ਰਿਹਾ, ਮੈਂ ਮੂਰਤੀਆਂ ਹਰੇਕ ਦੇ ਘਰ ਚ ਦਿਖਾਉਣੀਆਂ ਨੇ ਵੀ ਇਹਨਾਂ ਨੇ ਮੂਰਤੀਆਂ ਬਣਾਈਆਂ ਕਿਵੇਂ ਨੇ, ਉਹਦੇ ਵਿੱਚ ਇਹ ਕਹਿੰਦੇ ਨੇ ਵੀ ਰਾੜੇ ਵਾਲਿਆਂ ਦਾ ਹਿੱਸਾ ਨੀ ਹੈਗਾ ਜਿਹੜਾ ਇਹ ਕੰਮ ਆ, ਹੁਣ ਮੈਂ ਪਰੂਫ ਦੇਣਾ ਵੀ ਹਿੱਸਾ ਕਿਵੇਂ ਆ। ਹੁਣ ਇੱਥੇ ਇੱਥੋਂ ਜਿਹੜੇ ਹੁਕਮਨਾਮੇ ਕੱਢੇ ਗਏ ਨੇ ਉਹਨਾਂ ਨਾਲ ਜਦ ਜੱਟਾਂ ਦੀਆਂ ਹਰੇਕ ਦੀ ਮੋਟਰ ਦੇ ਉੱਤੇ ਮੜੀ ਬਣਾਈ, ਉਹਨਾਂ ਦੇ ਠੇਕੇ ਲੁਧਿਆਣੇ ਏਰੀਏ ਦੇ ਵਿੱਚ ਰਾੜੇ ਵਾਲਿਆਂ ਦੇ ਚੇਲੇ ਲੈਂਦੇ ਨੇ ਉਹ ਸਮਾਧਾਂ ਤੇ ਪਾਠ ਕਰਨ ਦੇ, ਇਹ ਵਿਰੋਧ ਕਰਨ ਦੇ ਪੈਸੇ ਖਾਂਦੇ ਸੀ ਲੋਕਾਂ ਤੋਂ, ਉਹ ਠੇਕੇ ਲੈ ਕੇ ਉਹਨਾਂ ਜਗ੍ਹਾ ਦੇ ਉੱਤੇ ਪਾਠ ਕਰਦੇ ਹੀ ਰਾੜੇ ਵਾਲੇ ਨੇ। ਹੁਣ ਸਾਨੂੰ ਇੱਥੋਂ ਸਮਝਣਾ ਚਾਹੀਦਾ ਵੀ ਇਹਨਾਂ ਨੇ ਇੱਥੋਂ ਮੂਰਤੀਆਂ ਚੱਕੀਆਂ ਸਾਡੇ ਘਰਾਂ ਚ ਵਾੜਤੀਆਂ, ਉਹ ਸ੍ਰੀ ਚੰਦ ਦੀਆਂ ਸਮਾਧਾਂ, ਤੇ ਫਿਰ ਅਸੀਂ ਇਹਨਾਂ ਦੀ ਮਾਨਤਾ ਨੂੰ ਤਾਂ ਇਹਨਾਂ ਨੂੰ ਮੰਨ ਕੇ ਅਸੀਂ ਕੀ ਲੈਣ ਦੇਣਾ, ਸਾਡਾ ਤਾਂ ਇਹਨਾਂ ਨਾਲ ਕੋਈ ਲੈਣ ਦੇਣ ਬਣਦਾ ਹੀ ਨੀ ਹੈਗਾ ਨਾ ਉੱਥੋਂ। ਜਿਹੜੇ ਹੁਣ ਇਹ ਗੱਲ ਹੁਣ ਉਹ ਦੂਜੀ ਗੱਲ ਕਹਿੰਦਾ ਕਹਿੰਦਾ ਵੀ ਕਹਿੰਦਾ ਜਿਹੜਾ ਜਥੇਦਾਰ ਆ ਵੀ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤੇ ਉਹਦੇ ਨਾਲ ਗੱਲ ਕਰਨੀ ਬੜੀ ਔਖੀ ਆ ਹਨਾ, ਤੇ ਉਹ ਉਹਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੇ ਜਥੇਦਾਰ ਦਾ ਸਰਟੀਫਿਕੇਟ ਬਾਦਲਾਂ ਦਾ ਕੁੱਤਾ ਚੱਕ ਕੇ ਲੈ ਗਿਆ ਹੋਵੇ, ਅਸੀਂ ਸਾਡੇ ਲਈ ਤਾਂ ਕੁਛ ਵੀ ਹੈ ਨੀ ਗਾ ਉਹ। ਬਿਲਕੁਲ ਬਿਲਕੁਲ ਜੀ ਬਿਲਕੁਲ, ਸਰਟੀਫਿਕੇਟ ਦੇਖ ਕੇ ਨੌਕਰੀ ਮਿਲਦੀ ਆ ਬਾਹਰ ਮੁਲਕਾਂ ਚ, ਜੇ ਤੁਸੀਂ ਜਾਈਏ ਆਈਏ ਜੀ ਉੱਥੇ ਦੱਸਦੇ ਹੁੰਦੇ ਨੇ, ਕਹਿੰਦੇ ਬਾਹਰਲੇ ਮੁਲਕਾਂ ਚ ਤਾਂ ਫਿਰ ਉਹ ਪਹਿਲਾਂ ਪੁੱਛਦੇ ਨੇ ਵੀ ਤੇਰੇ ਕੋਲ ਡਿਗਰੀ ਕਿਹੜੀ ਆ, ਉਹਦੇ ਹਿਸਾਬ ਨਾਲ ਦਿੰਦੇ ਨੇ, ਫਿਰ ਉਹ ਵੀ ਦੇਖਦੇ ਨੇ ਵੀ ਤੂੰ ਡਿਗਰੀ ਦੇ ਕੰਮ ਦਾ ਹੈਗਾ ਵੀ ਆ ਕਿ ਨਹੀਂ, ਤੇ ਹੁਣ ਇਹਦਾ ਸਰਟੀਫਿਕੇਟ ਕਤੀੜ ਚੱਕ ਕੇ ਲੈ ਗਈ ਬਾਦਲਾਂ ਦੀ, ਤੇ ਅਸੀਂ ਇਹਨੂੰ ਕੁਛ ਮੰਨਦੇ ਹੀ ਨੀ, ਅਸੀਂ ਇਹਦੇ ਕੋਲ ਜਾਣ ਆਉਂਦੀ ਆ ਸਾਡੀਆਂ ਗੱਲਾਂ ਵੀ ਕਰਨੀਆਂ, ਉਹ ਬੇਵਕੂਫੀ ਆ, ਸਾਡੇ ਲਈ ਤਾਂ ਹੈ ਹੀ ਕੁਛ ਨੀ, ਉੱਥੇ ਕੁਛ ਵੀ ਨੀ ਹੈਗਾ ਕਿਸੇ ਤਰੀਕੇ ਨਾਲ ਵੀ, ਕੁਛ ਨੀ ਉੱਥੇ ਸਾਡਾ। ਜਿਹੜੀ ਇੱਕ ਸਕੂਲ ਦੇ ਵਿੱਚ ਵੀ ਬੱਚਾ ਸਾਡਾ ਗੁੰਮਰਾਹ ਹੁੰਦਾ ਹੋਵੇ, ਅਸੀਂ ਬੱਚਾ ਇੱਕ ਉਹ ਸਕੂਲ ਚੋਂ ਜਦੀ ਹਟਾ ਕੇ ਕਿਸੇ ਦੂਜੀ ਜਗ੍ਹਾ ਤੇ ਲਾਉਂਦੇ ਹਾਂ, ਇੱਕ ਪਾਸਿਓਂ ਤਾਂ ਕਹੀ ਜਾਂਦੇ ਵੀ ਇੰਨਾ ਚਿਰ ਹੋ ਗਿਆ ਜੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਉਹ ਮਿਲ ਨਹੀਂ ਰਿਹਾ ਜੀ, ਇਨਸਾਫ਼ ਨਹੀਂ ਮਿਲਦਾ, ਉਹ ਭਲਿਓ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਇੰਨੇ ਚਿਰ ਸਾਹਿਬ ਤੁਸੀਂ ਉੱਥੇ ਅੰਬ ਲੈਣ ਜਾਂਦੇ ਹੋ, ਫਿਰ ਤੁਸੀਂ ਉਹਨੂੰ ਉਹ ਚੀਜ਼ ਨੂੰ ਮਾਨਤਾ ਕਾਹਦੀ ਦੇਈ ਬੈਠੇ ਹੁਣ ਤੱਕ, ਫਿਰ ਜਾਂ ਤੁਹਾਨੂੰ ਹੋ ਹੀ ਨਹੀਂ ਰਿਹਾ ਕੁਛ ਵੀ ਤੁਹਾਡਾ ਉੱਥੇ, ਜਿੱਥੇ ਨਾ ਹੋਵੇ ਸਕੂਲ ਚੋਂ ਬੱਚਾ ਹਟਾ ਲੈਂਦੇ ਹਾਂ ਅਸੀਂ, ਤੇ ਕਿੱਥੇ। ਫਿਰ ਇਹ ਬੰਦਾ ਕਹਿ ਰਿਹਾ ਕਹਿੰਦਾ ਜੀ ਇਹਨਾਂ ਨੂੰ ਜਿਵੇਂ ਹੁਣ ਪੱਡਾ ਵੀ ਕਹਿ ਰਿਹਾ ਵੀ ਉਹ ਜੀ ਇਹਨਾਂ ਨੂੰ ਤਮੀਜ਼ ਨੀ ਹੈਗੀ, ਇਹ ਉੱਥੇ ਜਾਣੇ ਚਾਹੀਦੇ ਨੇ, ਉਹ ਦੂਜਾ ਵੀ ਕਹਿ ਰਿਹਾ ਇਹਨਾਂ ਨੂੰ ਗੱਲ ਕਰਨ ਦਾ ਨੀ ਪਤਾ, ਇਹਨਾਂ ਨੂੰ ਸਾਡੇ ਇਤਿਹਾਸ ਦਾ ਨੀ ਪਤਾ, ਖੰਡੇ ਦੇ ਵਿੱਚੋਂ ਸਾਡਾ ਜਨਮ ਹੋਇਆ, ਅਸੀਂ ਤਾਂ ਗੈਰ ਕੁਦਰਤੀ ਪੈਦਾ ਹੋਇਆ, ਭਲਿਆ ਗੱਲ ਗੁਰੂ ਨਾਨਕ ਸਾਹਿਬ ਦੀ ਚੱਲਦੀ ਆ, ਗੁਰੂ ਨਾਨਕ ਸਾਹਿਬ ਤਾਂ ਆਪ ਕਹਿ ਰਹੇ ਨੇ ਹਮਾ ਆਦਮੀ ਹੈ ਇੱਕਦਮ ਹੀ ਮਰਨਾ ਮੌਤ ਮੌਤ ਨਾ ਜਾਣਾ, ਉੱਥੋਂ ਜਿਹੜੀ ਸਾਰੀ ਉੱਥੋਂ ਗੁਰੂ ਨਾਨਕ ਸਾਹਿਬ ਵੇਲੇ ਖੰਡੇ ਦੀ ਉਹਦੇ ਵਿੱਚੋਂ ਤੁਸੀਂ ਉਹ ਕਿਵੇਂ ਰਲਾ ਸਕਦੇ ਹੋ, ਕਿਉਂਕਿ ਉੱਥੋਂ ਜਦੋਂ ਉਹਨਾਂ ਦਾ ਜਨਮ ਹੋਇਆ ਜਿਹੜਾ ਉਹਨਾਂ ਦਾ ਆਪਣਾ ਸੰਸਕਾਰ ਟਾਈਮ ਤੱਕ ਵੀ ਸੀ, ਉਦੋਂ ਸਾਡੇ ਕੋਲੇ ਖੰਡੇ ਵਾਲੀ ਤਾਂ ਸਾਡਾ ਸਿੱਖੀ ਹੈ ਹੀ ਨਹੀਂ, ਜੇ ਅਸੀਂ ਉਸ ਚੀਜ਼ ਨੂੰ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਜੇ ਉਹਦਾ ਜਵਾਬ ਦੇਣਾ ਹੋਵੇ, ਫਿਰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਗੈਰ ਕੁਦਰਤੀ ਕਿਵੇਂ ਸਾਬਤ ਕਰ ਸਕਦੇ ਹੋ ਜੀ, ਕਿਉਂਕਿ ਅੰਮ੍ਰਿਤ ਦੀ ਗੱਲ ਤਾਂ ਜੇ ਅਸੀਂ ਕਰਦੇ ਹਾਂ ਤਾਂ ਦਸਵੇਂ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਹੈ ਸਾਡੀ, ਉਹਨੂੰ ਕਿਵੇਂ ਰਲਾ ਸਕਦੇ ਹੋ, ਉਹਦੇ ਨਾਲ ਕੰਪੇਅਰ ਕਿਵੇਂ ਕਰੋਗੇ ਤੁਸੀਂ, ਨਾ ਕੋਈ ਜਵਾਬ ਦੇਣਾ ਨਾ ਇਹਨਾਂ ਕੋਲ ਹੈਗਾ ਆ, ਕੋਈ ਤਰਕ ਤਾਂ ਹੈ ਨੀ ਇਹਨਾਂ ਦੇ ਕੋਲ, ਉਹ ਤਾਂ ਬਸ ਬੈਠੇ ਆਪਣੀਆਂ ਗੱਲਾਂ ਮਾਰੀ ਜਾਂਦੇ ਆ। ਤੇ ਨਾਲੇ ਮੈਂ ਇੱਕ ਗੱਲ ਹੋਰ ਕਹਿਣੀ ਸੀਗੀ, ਤੇ ਰੱਬ ਥੋੜਾ ਭਲਾ ਕਰੇ, ਤੁਹਾਡੇ ਕੋਲ ਹੰਸ ਹੈਗੇ ਜੀ? ਲਿਆਉਣੇ ਆ ਥੋੜੇ ਜਿਹੇ, ਹੁਣ ਕੋਲ ਤਾਂ ਹੈ ਨੀ, ਮੈਨੂੰ ਉਹ ਦੋਜੀ ਵੀਰ ਪੁੱਛਦੇ ਸੀ, ਕਹਿੰਦੇ ਵੀ ਸਾਨੂੰ ਹੰਸ ਚਾਹੀਦੇ ਨੇ, ਤੇ ਵੀ ਜੇ ਦੁੱਧ ਅੱਧ ਫਟਾਉਣਾ ਹੋਵੇ ਉਹਦੀ ਚੁੰਝ ਚ ਖਟਾਸ ਹੁੰਦੀ ਆ, ਮੈਂ ਕਿਹਾ ਵੀ ਪੁੱਛ ਦਾਂਗੇ ਵੀ ਉਹ ਰੇਡੀਓ ਵਾਲੇ ਵੀਰ ਗੱਲ ਕਰਦੇ ਹੁੰਦੇ ਨੇ, ਜੇ ਉਹਨਾਂ ਕੋਲ ਹੋਏ ਤਾਂ ਮੰਗਾ ਦਿੰਦੇ ਹਾਂ, ਤੇ ਜੇ ਤੁਸੀਂ ਇੱਥੋਂ ਲੈਣੇ ਨੇ ਕੋਲੋਂ ਆਪਣੇ ਉਹ ਤੁਹਾਨੂੰ ਦੱਸ ਦਿੰਦੇ ਹਾਂ। ਮੈਂ ਕਿਹਾ ਕਹਿੰਦੇ ਵੀ ਉਹ ਕਿਵੇਂ, ਮੈਂ ਕਿਹਾ ਵੀ ਜਿਹੜੇ ਜਿੰਨੇ ਆਲੇ ਦੁਆਲੇ ਸਾਧ ਨੇ ਉਹਨਾਂ ਕੋਲ ਤੁਸੀਂ ਦੁੱਧ ਲਿਜਾਓ, ਉਹ ਤੁਹਾਨੂੰ ਪਾਣੀ ਅੱਡ ਦੁੱਧ ਅੱਡ ਕਰਕੇ ਦੇ ਦੇਣਗੇ। ਉਹ ਕਹਿੰਦੇ ਕਿਵੇਂ, ਮੈਂ ਕਿਹਾ ਜਿਹੜੇ ਤੁਹਾਡੇ ਦੁੱਧ ਵਰਗੇ ਪੈਸੇ ਨੇ ਉਹ ਰੱਖ ਲੈਣਗੇ, ਤੇ ਪਾਣੀ ਦੇ ਛਿੱਟਿਆਂ ਦੀ ਉੱਥੋਂ ਗੜਬੀ ਭਰ ਕੇ ਤੁਹਾਨੂੰ ਦੇ ਦੇਣਗੇ। ਮੈਂ ਕਿਹਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਜੂ ਤੁਹਾਡਾ। ਮੈਂ ਕਿਹਾ ਇਹ ਧੰਨਵਾਦ ਕਰੋ ਭਾਈ ਰਣਜੀਤ ਸਿੰਘ ਦਾ, ਮੈਂ ਕਿਹਾ ਤੁਹਾਨੂੰ ਇੱਕ ਗੱਲ ਦੱਸੀ, ਮੈਂ ਕਿਹਾ ਉਹਦਾ ਧੰਨਵਾਦ ਕਰੋ, ਮੈਂ ਕਿਹਾ ਨਹੀਂ ਤਾਂ ਇਹਨਾਂ ਸਾਧਾਂ ਨੇ ਸਾਡੇ ਹੀਰਿਆਂ ਵਰਗੇ ਮੁੰਡੇ ਤੇ ਮੋਤੀਆਂ ਵਰਗੀਆਂ ਕੁੜੀਆਂ, ਜਿਹਨੂੰ ਕਹਿ ਲਈ ਅਸੀਂ
ਸਾਡੀ ਹੀਰਿਆਂ ਵਰਗੀ ਮੱਤ ਤੇ ਸਾਡਾ ਜਿਹੜਾ ਬੁੱਧੀ ਦਾ ਉਹ ਸਾਰਾ ਧਨ ਸੀ ਨਾ ਉਹ ਇਹਨਾਂ ਨੇ ਸਮੇਟ ਲਿਆ ਤੇ ਸਾਨੂੰ ਗੁਹਾ ਹਟਾਉਣ ਲਾਇਆ ਹੋਇਆ ਸੀ ਇਹਨਾਂ ਨੇ। ਇਹ ਸਾਧ ਸਾਧ ਹੀਰੇ ਮੋਤੀ ਖਾ ਕੇ ਗੁਹਾ ਕਰਦੇ ਰਹੇ, ਅਸੀਂ ਫੌੜਿਆਂ ਨੇ ਇਹਨਾਂ ਦਾ ਗੁਹਾ ਹਟਾਉਂਦੇ ਸੀ। ਜੇ ਅੱਜ ਭਾਈ ਰਣਜੀਤ ਸਿੰਘ ਦੀ ਜਿਹੜੀ ਗੱਲ ਕੀਤੀ ਆ ਹੰਸ ਵਾਲੀ, ਮੈਂ ਕਿਹਾ ਉਹਨਾਂ ਕਰਕੇ ਸਾਡਾ ਹੁਣ ਬਚਾਅ ਹੋ ਗਿਆ ਸਾਡਾ। ਮੈਂ ਕਿਹਾ ਧੰਨਵਾਦ ਉਹਨਾਂ ਦਾ ਕਰੋ, ਨਹੀਂ ਇਹਨਾਂ ਹੰਸਾਂ ਤੋਂ ਅਸੀਂ ਕਦੇ ਵੀ ਨਹੀਂ ਛੁੱਟ ਸਕਦੇ ਸੀਗੇ। ਮੈਂ ਕਿਹਾ ਨਹੀਂ 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 ਤਾਂ ਸਤਿਆਨਾਸ਼ ਤਾਂ ਬਹੁਤ ਬੁਰੀ ਤਰ੍ਹਾਂ ਵੱਜਣਾ ਸੀ ਜੀ, ਸਾਡਾ ਬਚਾਅ ਹੋ ਗਿਆ ਹੁਣ ਤਾਂ। ਜਿੰਨੀ ਮਹਾਂ ਸਪੀਡ ਨਾਲ ਉਹਨਾਂ ਨੇ ਛੜਾਇਆ ਨਾ, ਤੁਹਾਨੂੰ ਕੋਈ ਨਹੀਂ ਛੜਾ ਸਕਦਾ। ਮਹਾਂ ਬਾਕੀ ਜਿਹੜੇ ਵੀਰ ਕਹਿੰਦੇ ਸੀ, ਕਹਿੰਦੇ ਨਹੀਂ ਜੀ ਇਹਨਾਂ ਦੀ ਆਪਸ ਵਿੱਚ ਹੀ ਬਣਦੀ ਨੀ। ਮੈਂ ਕਿਹਾ ਇਹਨਾਂ ਦਾ ਸਾਰਾ ਕੁਛ ਇਕੱਠਾ, ਤੁਸੀਂ ਇਹ ਗੱਲ ਨੂੰ ਸਮਝ ਲਓ। ਮੈਂ ਕਿਹਾ ਜਿਵੇਂ ਬਾਦਲ ਤੇ ਕਾਂਗਰਸ ਇਕੱਠੇ ਨੇ ਨਾ, ਮੈਂ ਕਿਹਾ ਉੱਥੇ ਤੁਹਾਨੂੰ ਤੁਸੀਂ ਦੇਖਿਆ ਨੀ। ਮੈਂ ਕਿਹਾ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਜਦ ਕੰਮ ਦੋ ਚਾਰ ਵਾਰੀ ਹੁੰਦੀ ਸੀ ਗੜਬੜ, ਅਕਾਲੀ ਕਾਂਗਰਸ ਇਕੱਠੇ ਹੋ ਕੇ ਹਰੇਕ ਚੀਜ਼ ਦੇ ਪਿੱਛੇ ਤੁਰਦੇ ਸੀ ਉੱਥੇ। ਮੋਟਿਵ ਸਾਂਝਾ ਹੈ ਨਾ, ਤਾਂ ਹੀ ਤਾਂ ਹੁਣ ਟਕਸਾਲੀ ਤੇ ਜਾਗਰੂਕ ਤੇ ਬਾਕੀ ਬਾਬਾਆਂ ਦਾ ਲੜਨਾ ਸਾਰੇ ਇਕੱਠੇ ਹੋਣ ਨੂੰ ਤਿਆਰ ਆ। ਹਾਂਜੀ 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 ਹਾਂਜੀ, ਕਿਉਂਕਿ ਉਹੀ ਉੱਥੋਂ ਹੀ ਕਹਿੰਦੇ ਨੇ ਵੀ ਮਾਇਆ ਕਾਰਨ ਵਿਦਿਆ ਵਿੱਚ ਜਨਮ ਅਵਿਰਥਾ ਜਾਈ, ਜਿਹੜੀ ਪਹਿਲਾਂ ਵੀਰ ਗੱਲ ਵੀ ਕਰਦਾ ਸੀ ਆਪਣੇ ਵੀ ਇਹ ਪੈਸੇ ਮੰਗ ਖਾਣੀ, ਤੇ ਹੁਣ ਉੱਥੋਂ ਇਹੀ ਕੰਮ ਕਰ ਰਹੇ ਨੇ ਵੀ ਮਾਇਆ ਕਾਰਨ ਜਿਹੜੀ ਵਿਦਿਆ ਹਾਸਲ ਕੀਤੀ ਉਹ ਮਾਇਆ ਕਾਰਨ ਵੇਚਣ ਲੱਗੇ ਹੋਏ ਨੇ। ਸਹੀ ਗੱਲ ਆ ਜੀ, ਉਹ ਤਾਂ ਰੋਟੀ ਚਾਹੀਦੀ ਉਹਨਾਂ ਨੂੰ ਤਾਂ, ਬਾਕੀ ਤਾਂ ਜੋ ਮਰਜ਼ੀ ਹੋਵੇ। ਤੇ ਚਾਹੇ ਕੋਈ ਰਹੇ ਤੇ ਚਾਹੇ ਮਰੇ, ਇਹਨਾਂ ਨੂੰ ਇਹਦੇ ਨਾਲ ਕੁਛ ਨੀ। ਹੁਣ ਜਿਹੜੀ ਭਾਈ ਰਣਜੀਤ ਸਿੰਘ ਨੂੰ ਵੀ ਉੱਥੇ ਵੀ ਜਾ ਕੇ ਗਏ ਨੇ, ਨਾਲੇ ਇੱਕ ਗੱਲ ਹੋਰ ਦੱਸ ਦਵਾਂ ਸਰੋਤਿਆਂ ਨੂੰ ਸਮਝ ਲੈਣ ਮੇਰਾ ਵੀਰ, ਦੇਖੋ ਇੱਕ ਸਿੰਬਲ ਤੋਂ ਅਸੀਂ ਡਰ ਪਾ ਲੈਂਦੇ ਹਾਂ ਅੰਦਰ, ਹਨਾ, ਜਿਹੜੀ ਵੀ ਜ਼ਿਆਦਾ ਕੋਈ ਗੋਲ ਪੱਗ ਵਾਲਾ ਮਿਲ ਜਾਂਦਾ ਨਾ ਉਹਨੂੰ ਦੇਖ ਕੇ ਭਾਈ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਵੀਰਿਆਂ ਦੀਆਂ, ਹਨਾ। ਇਸ ਲਈ ਇਹ ਵਹਿਮ ਨੂੰ ਗਾਲ ਚੋਂ ਲਾਹੋ ਪਹਿਲਾਂ ਤਾਂ, ਕੋਈ ਫਰਕ ਨੀ ਹੈਗਾ, ਉਹੀ ਬੰਦੇ ਹੁੰਦੇ ਨੇ। ਮੈਂ ਅੰਮ੍ਰਿਤ ਕੋਲੋਂ ਛੱਕਦੇ ਦੇਖੇ ਨੇ, ਉਹਨਾਂ ਦੇ ਟਕਸਾਲ ਦੀ ਮੋਹਰ ਲੱਗ ਗਈ, ਉਦੋਂ ਬਾਅਦ ਚ ਇਹ ਨੀ ਹੈਗਾ ਵੀ ਉਹਨਾਂ ਦੇ ਅੰਦਰ ਵੀ 500 ਡੰਡ ਲਾਉਣ ਵਾਲੇ ਜਾਂ ਨੀ ਜਾਨ ਆ ਗਈ ਜੀ, ਉਹਨਾਂ ਦੇ ਅੰਦਰ ਕੁਛ ਵੀ ਆ ਗਿਆ। ਇੱਕ ਗੱਲ ਇਹ ਹੋ ਗਈ ਵੀ ਸਾਨੂੰ ਕਿਤੋਂ ਸਪੋਰਟ ਮਿਲ ਜਾਣੀ ਆ, ਉਹਦੇ ਸਿਰ ਤੇ ਬੋਲਦੇ ਨੇ, ਨਹੀਂ ਇਕੱਲੇ ਨੂੰ ਇਕੱਲਾ ਤਾਂ ਜਿਹੜਾ ਵੀ ਕਿਤੇ ਲੜਦਾ ਭਾਈ ਕੋਈ ਦੋ ਮੁੱਕੀਆਂ ਵੱਧ ਮਾਰ ਸਕਦਾ ਘੱਟ ਮਾਰ ਸਕਦਾ, ਇਹ ਚੀਜ਼ ਵੀ ਤੁਹਾਨੂੰ ਦਿਮਾਗਾਂ ਤੋਂ ਕੱਢਣੀ ਪੈਣੀ ਆ ਥੋੜੀ ਜੀ। ਇਹ ਜਿਹੜਾ ਇਹ ਫਿਰ ਇੱਕ ਗੱਲ ਹੋਰ ਦੱਸ ਦਵਾਂ ਮੈਂ, ਜਿਹੜੇ ਵੀ ਏਰੀਏ ਚ ਵੜਦੇ ਨੇ, ਆਪ ਨੀ ਵੜਦੇ, ਉਸੇ ਏਰੀਏ ਦੇ ਮੁੰਡੇ ਖੜੇ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਪਾਉਂਦੇ ਨੇ, ਉਹੀ ਮੁੰਡੇ ਆਪਣੇ ਪਿੰਡਾਂ ਚ ਸਾਰੇ ਭੈਣ ਭਾਈਆਂ ਨਾਲ ਵਿਵਾਦ ਖੜਾ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਨੀ ਹੁੰਦੀ। ਪਰ ਇਹਨਾਂ ਨੂੰ ਸਾਡੇ ਵੀਰਾਂ ਨੂੰ ਮੇਰੀ ਬੇਨਤੀ ਹੈ, ਜਿਹੜੇ ਸੁਣਦੇ ਨੇ ਉਹ ਸਮਝ ਲੈਣ ਵੀ ਸਮਾਧਾਂ ਸਮੂਧਾਂ ਵਾਲੇ ਚੱਕਰਾਂ ਚ ਇਹਨਾਂ ਦੇ ਪਿੱਛੇ ਲੱਗ ਕੇ ਨੀ ਪੈਣਾ, ਨਾਲੇ ਤਾਂ ਤੁਹਾਡੇ ਨੌਂ ਦੀ ਬਦਨਾਮੀ ਹੁੰਦੀ ਆ। ਕਿਹਾ ਤੁਸੀਂ ਟਕਸਾਲ ਨਾਲ ਹੁਣ ਜੁੜੋਗੇ ਨਾ, ਹੁਣ ਜਿਹੋ ਜਿਹੇ ਹਾਲਾਤ ਨੇ ਟਕਸਾਲ ਦੇ ਤੁਸੀਂ ਆਲੇ ਦੁਆਲੇ ਦੇਖਦੇ ਹੀ ਹੋ, ਜਦ ਨੌ ਵੀ ਜੋੜੋਗੇ ਇਹਨਾਂ ਨਾਲ ਬਾਅਦ ਚ ਟੁੱਟੋਗੇ ਵੀ, ਤੁਹਾਨੂੰ ਪਿੰਡ ਚ ਕਿਸੇ ਨੇ ਖੜਨ ਨੀ ਦੇਣਾ। ਇਸ ਲਈ ਇਹਨਾਂ ਦੇ ਪਿੱਛੇ ਲੱਗ ਕੇ ਕੋਈ ਸਟੈਪ ਕਿਤੇ ਬਣਾ ਲਿਆ ਜਾਵੇ, ਤੇ ਭਾਈ ਰਣਜੀਤ ਸਿੰਘ ਨੂੰ ਜਿਹੜਾ ਕੁਛ ਕਹਿ ਰਹੇ ਨੇ ਉਹਨੂੰ ਸੁਣੋ, ਤੇ ਗੁਰੂ ਗ੍ਰੰਥ ਸਾਹਿਬ ਦੀ ਆਪ ਬਾਣੀ ਪੜ੍ਹ ਕੇ ਉਸ ਪਾਸੇ ਨੂੰ ਆਓ, ਨਾ ਕਿ ਕਿਸੇ ਦੇ ਕਹੇ ਤੇ ਆਓ, ਜਿਹੜੀ ਪਹਿਲਾਂ ਤੁਸੀਂ ਗੱਲ ਵੀ ਕਹੀ ਸੀਗੀ, ਨਾ ਕਿ ਕਿਸੇ ਦੇ ਕਹੇ ਤੇ ਉੱਧਰ ਨੂੰ ਤੋਂ, ਆਪਣਾ ਵੀ ਦਿਮਾਗ ਵਰਤਣਾ ਸ਼ੁਰੂ ਕਰੋ। ਇਹ ਤੁਹਾਨੂੰ ਵਰਤ ਰਹੇ ਨੇ, ਇਹ ਸਾਰੇ ਪੰਡਿਤ ਨੇ। ਇਹ ਅੱਜ ਜੇ ਤੁਸੀਂ ਕਹੋ ਵੀ ਮਹੰਤਾਂ ਦਾ ਕਬਜ਼ਾ ਛੁੱਟ ਗਿਆ, ਨਹੀਂ ਭਾਈ, ਅੱਜ ਵੀ ਉਹੀ ਕੁਛ ਹੋ ਰਿਹਾ। ਜੇ ਤਾਂ ਕੋਈ ਵੱਖਰਾ ਹੋਇਆ ਤਾਂ ਅੱਜ ਦੱਸੋ ਸਾਨੂੰ। ਨਾ ਨਾ, ਹੋਣਾ ਹੋ ਸਕਦਾ ਵੀ ਨਹੀਂ ਜਿੱਧਰ ਨੂੰ ਹਾਲਾਤ ਤੁਰੇ ਹੋ ਆ, ਜਿਸ ਤਰੀਕੇ ਨਾਲ ਇਹਨਾਂ ਦਾ ਬਸ ਚੱਲਦਾ ਗਿਆ, ਤਾਂ ਗਰਕਾਉਣਗੇ ਹੋਰ ਜ਼ਿਆਦਾ ਸਾਨੂੰ। ਹਾਂਜੀ 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 ਹਾਂਜੀ, ਚਲੋ ਕੋਈ ਨੀ ਜੀ, ਟਾਈਮ ਵੀ ਹੋ ਗਿਆ ਸਾਡਾ ਹੁਣ, ਠੀਕ ਆ ਜੀ, ਬਹੁਤ ਧੰਨਵਾਦ ਤੁਹਾਡਾ। 4 ਵਜੇ ਸਾਡੀ ਸਮਾਪਤੀ ਆ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਠੀਕ ਆ ਜੀ, ਸਾਡੇ ਤੁਹਾਡੇ ਸਾਰਿਆਂ ਦੇ ਮੋਢਿਆਂ ਤੇ ਆ ਗੱਲ, ਜ਼ਿੰਮੇਵਾਰੀ ਨਿਭਾਉਣ ਦੀ ਆ। ਅਸੀਂ ਆਪਣੀ ਨਿਭਾਈਏ, ਤੁਸੀਂ ਆਪਣੀ ਨਿਭਾਓ। ਕੋਈ ਹਊਆ ਨਹੀਂ ਹੈਗਾ, ਕੋਈ ਐਸਾ ਕੋਈ ਰੱਬ, ਕੋਈ ਐਸੀ ਸ਼ਕਤੀ, ਕੋਈ ਕਰਾਮਾਤ ਕੱਖ ਨਹੀਂ ਹੈ ਇਹਨਾਂ ਦੇ ਕੋਲ। ਜੇ ਹੁੰਦੀ ਤਾਂ ਧੁੰਮਾਂ ਬਾਦਲਾਂ ਦੇ ਪੈਰਾਂ ਤਲਵੇ ਨਾ ਚੱਟਦਾ। ਜੇ ਇੱਦਾਂ ਇਨਕਲਾਬ ਆਉਂਦੇ ਹੁੰਦੇ ਤਾਂ ਜ਼ਰੂਰ ਭਿੰਡਰਾਲੇ ਦੇ ਮੁੰਡਿਆਂ ਨੇ ਉਸੇ ਲੀਹ ਦੇ ਉੱਤੇ ਤੁਰਨਾ ਸੀ। ਜੇ ਇੱਦਾਂ ਟਕਸਾਲੀ ਹੋਣ ਨਾ, ਕਕਾਰ ਪਾਉਣ ਨਾ, ਕਿਰਪਾਨ ਪਾਉਣ ਨਾ, ਕੋਈ ਇੱਦਾਂ ਦੀ ਸ਼ਕਤੀ ਮਿਲਦੀ ਹੁੰਦੀ, ਡਰਦੇ ਕਿਉਂ ਉਹ? ਕਿਉਂ ਇਹਨਾਂ ਦੇ ਬੰਦੇ ਪੁਲਿਸ ਦੀਆਂ ਲਲਕੀਆਂ ਕੱਢ ਕੱਢ ਕੇ ਪੁਲਿਸ ਕਲੀਅਰੈਂਸ ਲੈ ਲੈ ਕੇ ਬਾਹਰਲੇ ਮੁਲਕਾਂ ਜਾ ਕੇ ਬਹਿੰਦੇ? ਠੀਕ ਹੈ, ਬਸ ਗੱਲ ਇੰਨੀ ਆ ਵੀ ਉਹ ਗਿਆਨੀ ਜੈਸੂ ਦਾ ਥਾਪੜਾ ਸੀਗਾ, ਪਤਾ ਸੀ ਉਹ ਬੰਦੇ ਨੇ, ਜਟਕਾ ਸੁਭਾਅ ਸੀ ਉਹਦਾ, ਅੜਬ ਸੁਭਾਅ ਸੀ, ਥੋੜ੍ਹਾ ਜਿਹਾ ਵੱਡੀਆਂ ਵੱਡੀਆਂ ਸਟੇਟਮੈਂਟਾਂ ਦੇ ਦਿੱਤੀਆਂ। ਸਾਡਾ ਪੰਜਾਬੀਆਂ ਨੂੰ ਇੱਦਾਂ ਦੀਆਂ ਗੱਲਾਂ ਜਿਹੜੀਆਂ ਪ੍ਰਭਾਵਿਤ ਕਰ ਜਾਂਦੀਆਂ। ਸਾਨੂੰ ਗਾਉਣੇ ਵਾਲੇ ਜਿਹੜੇ ਆ, ਇੱਦਾਂ ਬੱਬੂ ਮਾਨ ਦੇ ਕਦੇ ਅਸੀਂ ਫੈਨ ਹੁੰਦੇ ਹਾਂ, ਕਦੇ ਕਿਸੇ ਦੇ ਹੁੰਦੇ ਹੋ, ਇਸੇ ਕਰਕੇ ਹੁੰਦੇ ਹਾਂ ਵੀ ਉੱਦਾਂ ਦੀ ਚੱਕਵੀਆਂ ਗੱਲਾਂ ਜਰਾ ਸਾਨੂੰ ਚੰਗੀਆਂ ਲੱਗਦੀਆਂ ਆ। ਉਸੇ ਬਿਰਤੀ ਨੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਭਿੰਡਰਾਲੇ ਦੇ ਫੈਨ ਬਣਾਇਆ ਸੀ, ਨਹੀਂ ਤਾਂ ਨਾ ਕੋਈ ਉਹਦੇ ਕੋਲ ਸੁਰਤ ਸੀ, ਨਾ ਮਗਰ ਤੁਰਨੇ ਵਾਲਿਆਂ ਦੀ ਸੀ। ਨੈਕਸਲੈਟ ਲਹਿਰ ਚੱਲੀ ਹੈ, ਜਿੰਨੀਆਂ ਵੀ
ਇਨਕਲਾਬ ਦੇ ਵੇਲੇ ਵੀ ਆਜ਼ਾਦੀ ਆਉਣ ਤੋਂ ਪਹਿਲਾਂ ਵੀ ਜਿੰਨੀਆਂ ਲਹਿਰਾਂ ਚੱਲੀਆਂ ਉਹਦੇ ਜਿਹੜਾ ਮਰਨ ਮਰਾਉਣ ਦਾ ਕੰਮ ਆ ਸਭ ਤੋਂ ਵੱਧ ਪੰਜਾਬੀਆਂ ਨੇ ਕੀਤਾ। ਕਾਰਨ ਇਹ ਆ ਵੀ ਕਬੀਲਾ ਬਿਰਤੀ ਆ, ਦਿਮਾਗ ਵਰਤਣ ਲਈ ਸਾਨੂੰ ਖੇਚਲ ਹੁੰਦੀ, ਔਖਾ ਲੱਗਦਾ ਆ, ਸਰੀਰਕ ਤੌਰ ਤੇ ਕਿਸੇ ਨੂੰ ਮਾਰਨਾ ਕੁੱਟਣਾ ਜਾਂ ਆਪ ਕੁੱਟ ਖਾਣੀ ਦੋਹਾਂ ਕੰਮਾਂ ਦੇ ਵਿੱਚ ਸਾਡੀਆਂ ਗੇਮ ਖੇਡਾਂ ਵੀ ਜਿਹੜੀਆਂ ਪੰਜਾਬੀਆਂ ਦੀਆਂ ਆ ਉਹ ਦਿਮਾਗ ਵਾਲੀਆਂ ਨਹੀਂ ਹੈਗੀਆਂ, ਸਰੀਰ ਵਾਲੀਆਂ ਖੇਡਾਂ ਜ਼ਿਆਦਾ ਆ। ਸਾਨੂੰ ਚੰਗਾ ਲੱਗਦਾ, ਸੌਖਾ ਲੱਗਦਾ ਆ, ਬਾਰਡਰ ਦੇ ਉੱਤੇ ਰਹੇ ਹਾਂ ਪਹਿਲਾਂ ਤੋਂ, ਠੀਕ ਹੈ ਜੀ। ਪੰਜਾਬ ਦੀਆਂ ਮੇਨ ਜਿਹੜੀਆਂ ਤਿੰਨੇ ਚਮਾਰ, ਚੂੜੇ ਅਤੇ ਜੱਟ, ਤਿੰਨੇ ਜਾਤਾਂ ਜਿਹੜੀਆਂ ਆ ਉਹ ਲੁੱਟਾਂ ਖੋਹਾਂ ਵਾਲੀਆਂ, ਲੜਨੇ ਲੜਾਉਣੇ ਵਾਲੀਆਂ ਆਈਆਂ, ਫਰੌਤੀਆਂ ਦੇ ਲਓ, ਪੈਸੇ ਦੇ ਕੇ ਬੰਦੇ ਮਰਾ ਲਓ ਕਰਾ ਲਓ, ਕੁਛ ਇੱਦਾਂ ਦੇ ਕੰਮਾਂ 'ਚ ਅਸੀਂ ਮਾਰ ਰਹੇ ਹਾਂ। ਅਤੇ ਹੁਣ ਵੀ ਗੈਂਗਸਟਰ ਹੋਣ ਦੇ ਵਿੱਚ ਅਤੇ ਇਹ ਟਕਸਾਲੀ ਹੋ ਕੇ ਇਨਕਲਾਬੀ ਹੋਣ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ, ਕਬੀਲਾ ਬਿਰਤੀ ਨੇ ਹੀ ਸਾਡਾ ਸੱਤਿਆਨਾਸ਼ ਮਾਰਿਆ ਹੈ। ਸਮਝ ਜਾਈਏ ਉਹ ਗੱਲ ਨੂੰ, ਅੱਜ ਲੋੜ, ਅੱਜ ਸਮਾਂ ਜਿਹੜਾ ਆ, ਚਾਹੇ ਤੁਸੀਂ ਕਿਸੇ ਖੇਡ ਵਿੱਚ ਜਾਂਦੇ ਆ, ਚਾਹੇ ਵਿੱਦਿਆ ਦੇ ਖੇਤਰ ਵਿੱਚ ਜਾਂਦੇ ਆ, ਉੱਥੇ ਦਿਮਾਗ ਦੀ ਲੋੜ ਪੈਂਦੀ ਆ। ਅਸੀਂ ਆਪਣੀ ਆਪਣੇ ਦਿਮਾਗ ਨੂੰ ਸਟ੍ਰੈਚ ਕਰੀਏ, ਵਧਾਈਏ ਉਹਨੂੰ, ਕੋਸ਼ਿਸ਼ ਕਰੀਏ ਅੱਗੇ ਵਧਣ ਦੀ, ਆਪ ਹਿੰਮਤ ਕਰਾਂਗੇ, ਆਪ ਕੌਨਫੀਡੈਂਟ ਹੋਵਾਂਗੇ, ਆਪ ਦ੍ਰਿੜਤਾ ਲਿਆਵਾਂਗੇ, ਤਾਂ ਸ਼ਾਇਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੇ ਚੁੰਗਲ 'ਚ ਵੱਜ ਜਾਣ। ਨਹੀਂ ਤਾਂ ਇਹ ਅਜਗਰ ਵਾਂਗ ਜਿਹੜਾ ਪੁਜਾਰੀ ਆ ਉਹ ਵਾਕਿਆ ਹੀ ਅਜਗਰ ਵਾਂਗ ਬਹੁਤ ਵੱਡਾ ਮੂੰਹ ਅੱਡੀ ਬੈਠਾ ਆ। ਹੁਣ ਤੱਕ ਕਿੰਨਾ ਕੁਛ ਨਿਕਲ ਲਿਆ, ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਦੇਹਾਂ ਦੀ ਸੂਹ ਨਹੀਂ ਨਿਕਲਣ ਦਿੱਤੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਦੇ ਜਿਹੜਾ ਛੁਰਾ ਵੱਜਿਆ ਆ ਉਹਦੀ ਸੂਹ ਨਹੀਂ ਨਿਕਲਣ ਦਿੱਤੀ, ਉਹਨਾਂ ਨੇ ਸਾਨੂੰ ਤੁਹਾਨੂੰ ਕਿੱਥੇ। ਤੁਸੀਂ ਹੋਰ ਬਾਕੀ ਜਿੰਨੇ ਮਹਾਨ ਸਿੱਖ ਹੋ, ਇੱਕ ਗਾਜੀ ਦਾ ਆਰਟੀਕਲ ਬੜਾ ਵਧੀਆ ਸੀਗਾ ਵੀ ਸ਼ਹੀਦੀਆਂ ਦੇ ਨਾਂ 'ਤੇ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ, ਜਿਹੜੇ ਆਤਮ ਹੱਤਿਆ ਕਰਦੇ ਸੀ ਜਾਂ ਦੂਜਿਆਂ ਨੂੰ ਮਾਰਦੇ ਸੀ, ਉਹਨਾਂ ਨੂੰ ਯੋਧੇ ਬਣਾ ਕੇ ਸਾਡੇ ਮੂਹਰੇ ਪੇਸ਼ ਕੀਤਾ। ਅਕਲ ਦਿਮਾਗ ਵਰਤਣ ਵਾਲਿਆਂ ਦੀ ਗੱਲ ਨਹੀਂ ਹੋਣ ਦਿੱਤੀ, ਜਦਕਿ ਸੰਸਾਰ ਜੇ ਚੱਲਦਾ, ਜੇ ਸੰਸਾਰ ਸੋਹਣਾ ਆ, ਮਰਨੇ ਵਾਲਿਆਂ ਕਰਕੇ ਨਹੀਂ ਸੋਹਣਾ। ਸਾਡੇ 'ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਪਹੁੰਚਿਆ ਹੈ, ਜੇ ਸਾਰੇ ਗੁਰੂ ਸਾਹਿਬ, ਸਾਰੇ ਭਗਤ ਸਾਹਿਬਾਨ ਆਪਣੇ ਆਪ ਨੂੰ ਇੱਦਾਂ ਸ਼ਹੀਦ ਕਰਵਾਉਣ ਲਈ ਉਸ ਪਾਸੇ ਨੂੰ ਤੁਰ ਪੈਂਦੇ ਅਤੇ ਪੈਂਦੀ ਪੈਂਦੀ ਸੱਟੇ ਜਾ ਕੇ ਸਿੱਧੇ ਟੱਕਰ ਮਾਰਦੇ, ਜਿੱਦਾਂ ਇਹ ਟਕਸਾਲੀ ਯੋਧੇ ਬਣਾ ਕੇ ਤੋਰਦੇ ਆ, ਤਾਂ ਸਾਡੇ 'ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਨਾ ਹੁੰਦਾ ਜਿਹੜਾ ਅੱਜ ਆ। ਇਸ ਕਰਕੇ ਸਮਝਦਾਰ ਬਣੀਏ, ਸਿਆਣੇ ਬਣੀਏ, ਸ਼ਰਧਾਵਾਨ ਹੋ ਕੇ ਇਹਨਾਂ ਦੇ ਮਗਰ ਨਾ ਲੱਗੀਏ, ਤਰਕ ਰੱਖੀਏ ਆਪਣੇ ਦਿਮਾਗ ਦੇ ਵਿੱਚ, ਲੌਜਿਕ ਰੱਖੀਏ, ਫਿਰ ਸਾਡਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਲਾ ਆ। ਧੰਨਵਾਦ, ਆਪਾਂ ਮਿਲਾਂਗੇ ਆਉਣ ਵਾਲੇ ਦਿਨਾਂ 'ਚ। ਸਾਡੇ ਵੱਲੋਂ ਹੁਣ ਗੁਰੂ ਫਤਿਹ ਜੀ।